जी सारे दोस्तों नूं जी आयां नूं लालपुर यंग हिस्टोरियन क्लब की हिस्टरी लैक्चर सीरीज़ के जिले दोस्त सानू वेख रहे मैं उन्होंने दरखास्त करांगा उन्होंने बेनती करांगा कि प्लीज़ तुसी इनू शेयर कर दिओ ताकि बाकी लोग भी साढ़े तक पहुँच सकन और असी अज का जरा प्रोग्राम है उन्होंने शुरू कर सकी है। प्लीज़ शेयर करन लगे जरा है तुसी जरा यूट्यूब का लिंक दिता हुंदा ਉਹਨੂੰ ਵੀ ਸ਼ੇਅਰ ਕਰ ਦਿਆ ਕਰੋ ਤਾਂ ਕਿ ਉੱਥੇ ਵੀ ਜ਼ਿਆਦਾ ਲੋਕ ਆ ਸਕਣ ਗੱਲਬਾਤ ਹੋ ਸਕੇ। ਸੋ ਅੱਜ ਦਾ ਜਿਹੜਾ ਦਿਨ ਹੈ ਅੱਜ ਦਾ ਇੱਕ ਬਹੁਤ ਸਪੈਸ਼ਲ ਦਿਨ ਹੈ ਸਾਡੇ ਵਾਸਤੇ। ਅੱਜ ਸਾਡੇ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਜਿਹੜਾ ਪਿਛਲੇ 2 ਸਾਲ ਤੋਂ ਕੰਮ ਕਰ ਰਿਹਾ ਸੀ ਔਰ ਅਸੀਂ ਹਰ ਦਿਨ ਕੁਛ ਨਿਆ ਕਰਦੇ ਰਹਿੰਦੇ ਸਾਂ ਔਰ ਉਹ ਅਸੀਂ ਕਿਉਂਕਿ ਲੈਲਪੁਰ ਔਰ ਲਾਹੌਰ ਦੇ ਦੋਸਤਾਂ ਦੇ ਨਾਲ ਮਿਲ ਕੇ ਔਰ ਕੁਛ ਦੋਸਤ ਬਾਹਰੋਂ ਆਏ ਉਹਨਾਂ ਦੇ ਨਾਲ ਮਿਲ ਕੇ ਅਸੀਂ ਕੋਈ ਟਾਕਸ ਰਖਾ ਲਈਆਂ ਕੋਈ ਗੱਲਬਾਤ ਕੋਈ ਨਵੀਆਂ ਚੀਜ਼ਾਂ ਔਰ ਤਾਰੀਖ ਦੇ ਨਾਲ ਲੋਕਾਂ ਨੂੰ ਜੋੜਿਆ ਕਿ ਸ਼ਾਇਦ ਇੱਕ ਇਹੀ ਰਸਤਾ ਸਾਡੇ ਕੋਲ ਬਾਕੀ ਹੈ ਕਿ ਅਗਰ ਅਸੀਂ ਇਹਨੂੰ ਠੀਕ ਤਰੀਕੇ ਨਾਲ ਸਮਝ ਲਈਏ ਤੇ ਸਾਡੇ ਕਾਫੀ ਸਾਰੇ ਰੌਲੇ ਵੈਸੇ ਹੀ ਮੁੱਕ ਜਾਂਦੇ ਨੇ ਤੇ ਅਸੀਂ ਉਹਨੂੰ ਬਿਹਤਰ ਤਰੀਕੇ ਨਾਲ ਕਰਨ ਦੀ ਇੱਕ ਛੋਟੀ ਜਿਹੀ ਮਾੜੀ ਜਿਹੀ ਕੋਸ਼ਿਸ਼ ਕਰਦੇ ਰਹੇ। ਮੈਂ ਕਹਿੰਦਾ ਕਿ ਨੋ ਡਾਊਟ ਇਸ ਪੂਰੇ ਰਸਤੇ ਦੇ ਵਿੱਚ ਮੇਰੇ ਦੋਸਤਾਂ ਦਾ ਬਹੁਤ ਵੱਡਾ ਸਾਥ ਸੀ ਜਿਹੜੇ ਸਾਡੇ ਨਾਲ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਨਾਲ ਜੁੜੇ ਰਹੇ। ਉਹ ਸਾਡੇ ਇਸ ਪੰਜਾਬ ਤੋਂ ਤੇ ਬਹੁਤ ਦੇਰ ਤੋਂ ਸਾਡੇ ਨਾਲ ਸਾਰੇ ਦੋਸਤ ਕੰਮ ਕਰਵਾ ਰਹੇ ਆ ਪਰ ਮੈਂ ਬਹੁਤ ਮਸ਼ਹੂਰ ਹਾਂ ਔਰ ਬਹੁਤ ਜ਼ਿਆਦਾ ਜਿਹੜਾ ਉਹਨਾਂ ਦਾ ਸ਼ੁਕਰ ਗੁਜ਼ਾਰ ਹਾਂ ਕਿ ਜਿਹੜੇ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਦੋਸਤ ਆਏ ਔਰ ਉਹਨਾਂ ਨੇ ਆ ਕੇ ਨਾ ਸਿਰਫ ਇੱਥੇ ਲੈਕਚਰ ਦਿੱਤੇ ਆਪਣਾ ਟਾਈਮ ਕੱਢਿਆ ਔਰ ਇੱਥੇ ਗੱਲਬਾਤ ਕੀਤੀ ਬਲਕਿ ਇਹਨੂੰ ਓਨ ਵੀ ਕੀਤਾ ਨਾਲ ਦੀ ਨਾਲ ਜਿੱਥੇ ਉਹ ਗੱਲ ਕਰਦੇ ਸਨ ਉੱਥੇ ਉਹ ਸਕਾਲਰਸ ਨੂੰ ਵੀ ਸੁਜੈਸਟ ਕਰਦੇ ਸਨ। ਸੋ ਇਹ ਇੱਕ ਸਾਡਾ ਸਿਲਸਿਲਾ ਅੱਜ ਅਸੀਂ 50ਵਾਂ ਲੈਕਚਰ ਕਰਨ ਜਾ ਰਹੇ ਹਾਂ। ਸਾਡੇ ਵਾਸਤੇ ਅੱਜ ਇੱਕ ਬਹੁਤ ਵੱਡਾ ਦਿਨ ਹੈ ਕਿ ਅਸੀਂ ਇਹ 50 ਲੈਕਚਰ ਜਿਹੜੇ ਨੇ ਪੂਰੇ ਕਰ ਲਏ ਸਿਰਫ ਹਿਸਟਰੀ ਲੈਕਚਰ ਸੀਰੀਜ਼ ਦੇ ਬਾਕੀ ਸਾਡੇ ਜਿਹੜੇ ਹੈ ਉਹ ਨਾਲ ਨਾਲ ਚੱਲ ਰਹੇ ਨੇ। ਸੋ ਅੱਜ ਦਾ ਜਿਹੜਾ 50ਵਾਂ ਲੈਕਚਰ ਇਹ ਇੱਕ ਬਹੁਤ ਇੰਪੋਰਟੈਂਟ ਲੈਕਚਰ ਹੈ ਔਰ ਇਸ ਦਿਨ ਨਾਲ ਔਰ ਉਧਰੋਂ ਜਿਹੜਾ ਦਿਨ ਅਸੀਂ ਕਰਨਾ ਚਾਹ ਰਹੇ ਸਾਂ ਉਹ ਇਕੱਠਾ ਆ ਗਿਆ। ਉਹ ਅੱਜ ਇੱਕ ਬਹੁਤ ਵੱਡਾ ਟਾਪਿਕ ਬਹੁਤ ਵੱਡੀ ਗੱਲਬਾਤ ਜਿਹੜੀ ਮੈਂ ਸਮਝਦਾ ਕਿ ਸਾਡੇ ਵਾਸਤੇ ਬਹੁਤ ਅਹਿਮ ਹੈ ਉਹ ਅੱਜ ਅਸੀਂ ਊਧਮ ਸਿੰਘ ਜੀ ਦੇ ਬਾਰੇ ਗੱਲਬਾਤ ਸੁਣਾਂਗੇ ਆਪਣੇ ਵਿਚਾਰ ਜਿਹੜੇ ਨੇ ਉਹ ਆਪਣੇ ਸਕਾਲਰ ਦੇ ਨਾਲ ਸਾਂਝੇ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਜਿਹੜੇ ਸਾਡੇ ਸਵਾਲ ਨੇ ਔਰ ਸਭ ਤੋਂ ਵੱਧ ਕਿ ਅਸੀਂ ਅੱਜ ਉਹਨਾਂ ਦੀ ਗੱਲ ਸੁਣਾਂਗੇ। ਊਧਮ ਸਿੰਘ ਦੇ ਟਾਪਿਕ ਨੂੰ ਜਦੋਂ ਅਸੀਂ ਕਾਫੀ ਦੇਰ ਪਹਿਲਾਂ ਮੇਰਾ ਖਿਆਲ ਹੈ ਕਿ ਕੋਈ 1.5 ਮਹੀਨੇ ਤੋਂ ਅਸੀਂ ਜਿਹੜਾ ਹੈ ਉਹ ਆਪਣੇ ਜਿਹੜੇ ਸਾਡੇ ਅੱਜ ਰਿਸੋਰਸ ਪਰਸਨ ਨੇ ਸਰ ਰੁਕੇਸ਼ ਕੁਮਾਰ ਹੋਰੀ ਉਹਨਾਂ ਦੇ ਨਾਲ ਅਸੀਂ ਮੁਖਤਲਿਫ ਕੋਈ 1.5 ਮਹੀਨੇ ਤੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਹਾਂ। ਉਹਨਾਂ ਦੀ ਕਿਤਾਬ ਮੇਰੇ ਕੋਲ ਆਈ ਉਹ ਅਸੀਂ ਕਿਤਾਬ ਪੜ੍ਹੀ ਔਰ ਉਹ ਕਿਤਾਬ ਦੇ ਉੱਪਰ ਅਸੀਂ ਕਾਫੀ ਆਪਸ ਗੱਲਬਾਤ ਵੀ ਕੀਤੀ ਉਹ ਬਹੁਤ ਇੰਟਰਸਟਿੰਗ ਲੱਗੀ ਬੜੇ ਨਵੇਂ ਸੋਰਸਿਸ ਮੈਥਡੋਲੋਜੀ ਬੜੀ ਸੋਹਣੀ ਸੁਨੱਖੇ ਤਰੀਕੇ ਦੇ ਨਾਲ ਕੀਤੀ ਗਈ ਉਹਦੇ ਵਿੱਚ ਸਾਨੂੰ ਮਿਲੀ। ਸੋ ਅਸੀਂ ਕਰਦਿਆਂ ਕਰਦਿਆਂ ਜਦੋਂ ਸਾਡੇ ਜਿਹੜਾ ਦਿਨ ਅੱਜ ਦਾ ਜਦੋਂ ਅਸੀਂ 31 ਜੁਲਾਈ ਦੀ ਅਗਰ ਗੱਲ ਕਰੀਏ ਔਰ ਉਧਰੋਂ ਅੱਜ ਸਾਡੇ 50ਵੇਂ ਲੈਕਚਰ ਦੀ ਗੱਲ ਕਰੀਏ ਕਿਉਂਕਿ ਅੱਜ ਸਾਡੇ ਈਦ ਦੀਆਂ ਛੁੱਟੀਆਂ ਤੋਂ ਪਹਿਲਾਂ ਜਿਹੜਾ ਉਦੋਂ ਬਾਅਦ ਅੱਜ ਤੋਂ ਬਾਅਦ ਈਦ ਦੀਆਂ ਛੁੱਟੀਆਂ ਹੋ ਜਾਣਗੀਆਂ ਔਰ ਅੱਜ ਜਿਹੜਾ ਹੈ ਸਾਡਾ 50ਵਾਂ ਲੈਕਚਰ ਇਸ ਤੋਂ ਬਾਅਦ ਅਸੀਂ 4-5 ਛੁੱਟੀਆਂ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ। ਸੋ ਅੱਜ ਦਾ ਲੈਕਚਰ ਜਿਹੜਾ ਹੈ ਉਹ ਊਧਮ ਸਿੰਘ ਜੀ ਦੇ ਉੱਤੇ ਹੈ ਔਰ ਅੱਜ ਸਾਡੇ ਨਾਲ ਜਿਹੜੇ ਰਿਸੋਰਸ ਪਰਸਨ ਨੇ ਰਕੇਸ਼ ਕੁਮਾਰ ਹੋਣੀ ਹੈ ਮੈਂ ਇਹਨਾਂ ਦਾ ਤਾਰਫ ਕਰਾਵਾਂਗਾ। ਜਦੋਂ ਮੈਂ ਇਹਨਾਂ ਦਾ ਤਾਰਫ ਪੜਿਆ ਸੀ ਮੇਰੇ ਬਾਅਦ ਮੈਨੂੰ ਬਹੁਤ ਇੰਟਰਸਟਿੰਗ ਲੱਗਾ ਮੈਂ ਉਹਨਾਂ ਦੇ ਨਾਲ ਗੱਲ ਵੀ ਕਰ ਰਿਹਾ ਸੀ ਅਸੀਂ ਸਟੂਡੀਓ ਦੇ ਵਿੱਚ। ਸਰ ਬੇਸਿਕਲੀ ਜਿਹੜਾ ਹੈ ਉਹ ਇੰਜੀਨੀਅਰਿੰਗ ਦੇ ਨਾਲ ਨੇ ਔਰ ਰੇਲਵੇ ਦੇ ਵਿੱਚ ਇੰਜੀਨੀਅਰ ਦੇ ਤੌਰ ਤੇ ਕੰਮ ਕਰਦੇ ਰਹੇ ਔਰ ਫਿਰ ਇਹ ਕੰਮ ਆਪਣੀ ਰਿਟਾਇਰਮੈਂਟ ਤੋਂ ਪਹਿਲੇ ਹੀ ਰਿਟਾਇਰਮੈਂਟ ਲੈ ਲਈ ਔਰ ਜਿਹੜਾ ਉਹਨਾਂ ਨੇ ਕੰਮ ਕੀਤਾ ਇੱਕ ਤੇ ਉਹ ਉਹਨਾਂ ਦਾ ਪਿੰਡ ਜਿਹੜਾ ਹੈ ਸੋਨਮ ਵਾਲਾ ਊਧਮ ਸਿੰਘ ਵਾਲਾ ਉਹਨਾਂ ਦਾ ਪਿੰਡ ਹੈ ਔਰ ਸੇਮ ਹੀ ਉਹਨਾਂ ਦਾ ਪਿੰਡ ਹੈ ਔਰ ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਊਧਮ ਸਿੰਘ ਤੇ ਜਿਹੜਾ ਕੰਮ ਕੀਤਾ ਉਹ ਵੀ ਬੜਾ ਇੰਟਰਸਟਿੰਗ ਹੈ। ਨਾਲ ਦੀ ਨਾਲ ਅਸੀਂ ਉਹਨਾਂ ਦੇ ਬਾਕੀ ਜਿੱਦਾਂ ਪੜਿਆ ਔਰ ਉਹਨਾਂ ਨੂੰ ਜਿਹੜੇ ਅਵਾਰਡਸ ਮਿਲੇ ਉਹਨਾਂ ਦੇ ਵਿੱਚ ਇੱਕ ਬਹੁਤ ਖੂਬਸੂਰਤ ਅਵਾਰਡ ਬਾਬਾ ਫਰੀਦ ਅਵਾਰਡ ਹੈ ਉਹਦਾ ਮੈਂ ਜ਼ਰੂਰ ਜ਼ਿਕਰ ਕਰਾਂਗਾ। ਬਾਕੀ ਅਵਾਰਡ ਤੇ ਵੀ ਅਸੀਂ ਲਿਖੇ ਕਿ ਜਿਹੜਾ ਉਹਨਾਂ ਨੂੰ ਓਨੈਸਟੀ ਦੇ ਉੱਪਰ ਮਿਲਿਆ ਔਰ ਉਹਨਾਂ ਨੇ ਜਿਹੜਾ ਹੈ ਉਹ ਅਵਾਰਡ ਬਹੁਤ ਘੱਟ ਲੋਕਾਂ ਨੂੰ ਮਿਲਦਾ
ਔਰ ਉਹਨਾਂ ਨੂੰ ਉਹ ਵੀ ਮਿਲਿਆ। ਸੋ ਅੱਜ ਸਾਡੇ ਜਿਹੜਾ ਨਾ ਉਹ ਅੱਜ ਸਾਡੇ ਜਿਹੜੇ ਮਹਿਮਾਨ ਨੇ ਰਕੇਸ਼ ਕੁਮਾਰ ਜੀ, ਮੈਂ ਹੁਣ ਉਹਨਾਂ ਨੂੰ ਦਰਖਾਸਤ ਕਰਾਂਗਾ ਕਿ ਉਹ ਵੀ ਆਉਣ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਮੈਂ ਜੀ ਸਰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਧੰਨਵਾਦ, ਸੁਣ ਰਹੇ ਸਾਰੇ ਦੋਸਤਾਂ ਦਾ ਸਤਿਕਾਰ। ਸਰ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਅੱਜ ਟਾਈਮ ਕੱਢਿਆ ਤੇ ਤੁਸੀਂ ਅੱਜ ਇੱਥੇ ਸਾਡੇ ਕੋਲ ਆਏ, ਤੇ ਸਰ ਹੁਣ ਅਸੀਂ ਤੁਹਾਡੀ ਗੱਲਬਾਤ ਸੁਣਾਂਗੇ, ਤੁਹਾਡੀ ਗੱਲਬਾਤ ਤੋਂ ਬਾਅਦ ਕੁਝ ਸਵਾਲਾਂ ਔਰ ਕਮੈਂਟਸ ਦੇ ਨਾਲ ਹਾਜ਼ਰ ਹੋਵਾਂਗੇ ਸਕਰੀਨ ਹੁਣ ਤੁਹਾਡੇ ਕੋਲ। ਠੀਕ ਹੈ। ਸ਼ਹੀਦ ਊਧਮ ਸਿੰਘ ਬਾਰੇ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਆਪਣੀ ਅੱਖਾਂ ਨਾਲ ਦੇਖਿਆ ਤੇ ਉਸਦੀ ਪੀੜ ਨੂੰ ਆਪਣੇ ਹਿਰਦੇ ਵਿੱਚ 21 ਸਾਲ ਸਮਾਈ ਰੱਖਿਆ ਤੇ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਮਾਈਕਲ ਅਡਵਾਇਰ ਨੂੰ ਜਾਨ ਤੋਂ ਮਾਰ ਕੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਮੌਤ ਦਾ ਬਦਲਾ ਦਿੱਤਾ। ਬਹੁਤ ਸਾਰੇ ਗੀਤਾਂ, ਕਵਿਤਾਵਾਂ, ਕਵਿਸ਼ਰੀਆਂ, ਢਾਡੀ ਵਾਰਾਂ, ਨਾਟਕਾਂ, ਦਸਤਾਵੇਜ਼ੀ ਫਿਲਮਾਂ ਤੇ ਫਿਲਮਾਂ ਆਦਿ 'ਚ ਇਹੀ ਦਿਖਾਇਆ ਜਾਂਦਾ ਹੈ। ਊਧਮ ਸਿੰਘ ਨੂੰ ਸਿਰਫ ਮਾਈਕਲ ਅਡਵਾਇਰ ਨੂੰ ਮਾਰ ਕੇ ਜਲ੍ਹਿਆਂਵਾਲਾ ਬਾਗ ਦੇ ਬਦਲੇ ਲੈਣ ਵਾਲਾ ਸੂਰਮਾ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਊਧਮ ਸਿੰਘ ਦੇ ਜਿਹੜੇ ਦਸਤਾਵੇਜ਼ ਸੀਗੇ, ਬ੍ਰਿਟਿਸ਼ ਸਰਕਾਰ ਨੇ ਇਹਨਾਂ 'ਤੇ 100 ਸਾਲ ਲਈ ਪਾਬੰਦੀ ਲਾ ਦਿੱਤੀ ਸੀ। ਜੱਜ ਐਟਕਿੰਸਨ ਨੇ ਮੁਕੱਦਮੇ ਦੌਰਾਨ 5 ਜੂਨ 1940 ਨੂੰ ਊਧਮ ਸਿੰਘ ਨੂੰ ਫਾਂਸੀ ਸੁਣਾਉਣ ਤੋਂ ਬਾਅਦ ਪ੍ਰੈਸ ਨੂੰ ਹਦਾਇਤ ਦਿੱਤੀ ਸੀ ਕਿ ਉਹ ਅਦਾਲਤ ਵਿੱਚ ਊਧਮ ਸਿੰਘ ਵੱਲੋਂ 25 ਮਿੰਟ ਬੋਲੇ ਸ਼ਬਦਾਂ ਬਾਰੇ ਨਾ ਛਾਪਣ ਤੇ ਬਾਅਦ ਦੇ ਵਿੱਚ 1958 ਦੇ ਵਿੱਚ ਪਬਲਿਕ ਰਿਕਾਰਡ ਐਕਟ ਦੇ ਅਧੀਨ ਇਹ ਜਿਹੜੀ ਡਾਕੂਮੈਂਟ ਦੀ ਪਾਬੰਦੀ 2016 ਤੱਕ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ 1965 ਦੇ ਵਿੱਚ ਦੁਬਾਰਾ ਫਿਰ ਇਹ ਜਿਹੜੀ ਪਾਬੰਦੀ ਸੀ ਸਾਰੇ ਡਾਕੂਮੈਂਟਾਂ 'ਤੇ 2040 ਤੱਕ ਲਗਾ ਦਿੱਤੀ ਸੀ। ਲੇਕਿਨ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਬ੍ਰਿਟਿਸ਼ ਅਤੇ ਇੰਡੀਅਨ ਵਰਕਰ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਵਾਲਿਆਂ ਨੇ, ਜਿਹੜੇ ਸਾਡੇ ਮਤਲਬ ਕਿ ਸਾਥੀ ਦੋਸਤ ਜਿਹੜੇ ਹੈਗੇ ਆ ਭਾਰਤੀ, ਉੱਥੇ ਇੰਗਲੈਂਡ 'ਚ ਰਹਿੰਦੇ ਆ, ਇਹਨਾਂ ਨੇ ਬ੍ਰਿਟਿਸ਼ ਸਰਕਾਰ ਨੂੰ ਅਪਰੋਚ ਕੀਤੀ ਉੱਥੇ ਦੇ MP ਰਾਹੀਂ ਕਿ ਬਹੁਤ ਸਾਲ ਹੋ ਗਏ ਕਿ ਹੁਣ ਤਾਂ ਭਾਰਤ ਅੱਡ ਮੁਲਕ ਹੈ, ਇੰਗਲੈਂਡ ਅੱਡ ਮੁਲਕ ਹੈ ਅਤੇ ਹੁਣ ਤਾਂ ਰਿਲੇਸ਼ਨ ਬਹੁਤ ਵਧੀਆ ਹੈ, ਵੀ ਉਹਦੇ ਜਿਹੜੇ ਡਾਕੂਮੈਂਟ ਤੁਹਾਨੂੰ ਜਾਰੀ ਕਰਨੇ ਚਾਹੀਦੇ ਆ। ਉਹਨਾਂ ਦੀ ਐਫਰਟ ਨਾਲ 5 ਜਿਹੜੀ ਫਾਈਲਾਂ ਸੀਗੀਆਂ ਉਸ ਵੇਲੇ 1997 ਦੇ ਵਿੱਚ ਜਾਰੀ ਹੋਈਆਂ, 1 ਫਾਈਲ ਬਾਅਦ 'ਚ ਹੋਈ ਅਤੇ 2016 ਦੇ ਬਾਅਦ ਵੀ ਸਾਨੂੰ ਪਤਾ ਲੱਗਿਆ ਕਿ ਪਬਲਿਕ ਰਿਕਾਰਡ ਆਫਿਸ ਨੇ ਕੁਛ ਫਾਈਲਾਂ ਜਾਰੀ ਕੀਤੀਆਂ। ਉਹ 4 ਫਾਈਲਾਂ ਅਸੀਂ ਕਰੀਬ ਕਰੀਬ 2018 ਦੇ ਕਰੀਬ ਉਹਨਾਂ ਕੋਲੋਂ ਮਤਲਬ ਉਹਦੀਆਂ ਕਾਪੀਆਂ ਲੈਣ ਦੇ ਵਿੱਚ ਕਾਮਯਾਬ ਹੋ ਗਏ ਸੀ। ਮਤਲਬ ਬ੍ਰਿਟਿਸ਼ ਜਿਹੜੇ ਊਧਮ ਸਿੰਘ ਬਾਰੇ ਜਦੋਂ ਬ੍ਰਿਟਿਸ਼ ਸਰਕਾਰ ਵੱਲੋਂ ਡਾਕੂਮੈਂਟ ਜਾਰੀ ਕਰਨ ਤੋਂ ਬਾਅਦ ਬਹੁਤ ਕੁਛ ਇਹੋ ਜਿਹਾ ਨਵਾਂ ਪਤਾ ਲੱਗਿਆ ਜਿਹੜਾ ਪਹਿਲਾਂ ਨਹੀਂ ਪਤਾ ਸੀ। ਇਸ ਤੋਂ ਪਤਾ ਲੱਗਿਆ ਕਿ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਬਾਰੇ ਬੜੇ ਪ੍ਰਮਾਣਿਤ ਪਤਾ ਲੱਗਿਆ ਕਿ ਅਸਲ ਵਿੱਚ ਜਲ੍ਹਿਆਂਵਾਲੇ ਬਾਗ ਦੇ ਬਦਲੇ ਵਾਲੀ ਕੋਈ ਗੱਲ ਨਹੀਂ ਸੀ। ਪ੍ਰਮਾਣਿਤ ਤੱਥ ਦੱਸਦੇ ਨੇ ਕਿ ਉਹਨਾਂ ਦਾ ਮਕਸਦ ਦੇਸ਼ ਨੂੰ ਬ੍ਰਿਟਿਸ਼ ਸਾਮਰਾਜਵਾਦ ਤੋਂ ਆਜ਼ਾਦ ਕਰਾਉਣਾ ਸੀ। ਉਹ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀਆਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਅਤੇ ਉਹਨਾਂ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਵਿਰੁੱਧ ਸੀ। ਉਹਨਾਂ ਦਾ ਸੁਪਨਾ ਇੱਕ ਵਧੀਆ ਸਮਾਜ ਦਾ ਸੀ, ਜਿਸ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਸੀ। ਮੈਂ ਉਹਨਾਂ ਦੇ ਬਚਪਨ ਦੀ ਤੁਹਾਡੇ ਨਾਲ ਕੁਛ ਗੱਲਾਂ ਕਰਾਂਗਾ। ਉਹਨਾਂ ਦਾ ਜਨਮ ਸੁਨਾਮ ਦੇ ਵਿੱਚ ਹੋਇਆ ਸੀ, ਜਿਹਨੂੰ ਅੱਜ ਕੱਲ੍ਹ ਸੁਨਾਮ ਊਧਮ ਸਿੰਘ ਵਾਲਾ ਨਾਂ 'ਤੇ ਜਾਣਦੇ ਨੇ। 26 ਦਸੰਬਰ 1899 ਹੋਇਆ ਸੀ। ਉਹਨਾਂ ਦੀ ਮਾਤਾ ਦਾ ਨਾਂ ਚੂੜ ਸੀਗਾ, ਮਤਲਬ ਉਹਨਾਂ ਦੇ ਪਿਤਾ ਦਾ ਨਾਂ ਚੂੜ ਸੀ ਅਤੇ ਮਾਤਾ ਦਾ ਨਾਂ ਨਰਾਇਣੀ ਸੀਗਾ। ਮਾਤਾ ਪਿਤਾ ਨੇ ਅੰਮ੍ਰਿਤ ਪਾਉਣ ਤੋਂ ਬਾਅਦ ਜਿਹੜਾ ਪਿਤਾ ਜੀ ਦਾ ਨਾਂ ਟਹਿਲ ਸਿੰਘ ਹੋ ਗਿਆ ਸੀ ਅਤੇ ਮਾਤਾ ਜੀ ਦਾ ਨਾਂ ਹਰਨਾਮ ਕੌਰ ਹੋ ਗਿਆ ਸੀਗਾ। ਇਹ ਜਿਹੜੇ ਟਹਿਲ ਸਿੰਘ ਸੀਗੇ ਇੱਕ ਗਰੀਬ ਪਰਿਵਾਰ 'ਚੋਂ ਸੀ, ਥੋੜ੍ਹੀ ਜਿਹੀ ਇਹਨਾਂ ਕੋਲ ਜ਼ਮੀਨ ਸੀਗੀ ਅਤੇ ਢਿੱਡ ਭਰਨ ਵਾਸਤੇ ਇਹ ਛੋਟੇ ਮੋਟੇ ਧੰਦੇ ਵਗੈਰਾ ਜਿਵੇਂ ਸਬਜ਼ੀ ਵਗੈਰਾ ਵੀ ਬੀਜਦੇ ਸੀ, ਸਬਜ਼ੀ ਵਗੈਰਾ ਵੇਚਣ ਵੀ ਜਾਂਦੇ ਸੀਗੇ। ਇਹਨਾਂ ਨੇ ਕੁਛ ਦੇਰ ਸੁਨਾਮ ਤੋਂ 5 ਮੀਲ ਦੂਰ ਉਪਲੀ ਸਟੇਸ਼ਨ ਦੇ ਉੱਤੇ ਵੀ ਜਿਹੜਾ ਚੌਕੀਦਾਰ ਦੇ ਤੌਰ 'ਤੇ ਕੰਮ ਕੀਤਾ ਸੀ। ਅਤੇ ਇਹਨਾਂ ਦਾ ਊਧਮ ਸਿੰਘ ਦਾ ਜਿਹੜਾ ਬਚਪਨ ਦਾ ਨਾਂ ਸੀਗਾ ਉਹ ਸ਼ੇਰ ਸਿੰਘ ਸੀਗਾ। ਇੱਕ ਇਹਨਾਂ ਦਾ ਇਸਨੂੰ ਵੱਡਾ ਭਰਾ ਸੀਗਾ ਜਿਹਦਾ ਨਾਂ ਸੀਗਾ ਆਪਣਾ ਸਾਧੂ ਸਿੰਘ। ਜਦੋਂ ਮਤਲਬ ਕਿ ਸ਼ੇਰ ਸਿੰਘ ਕਹਿ ਲਓ ਊਧਮ ਸਿੰਘ ਜਦੋਂ ਇਹ 3 ਸਾਲ ਦੇ ਸੀਗੇ ਤਾਂ ਇਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ ਸੀਗਾ। 1907 ਦੇ ਕਰੀਬ ਦੀਵਾਲੀ ਦੇ ਦਿਨਾਂ ਵਿੱਚ ਕਿਹਾ ਜਾਂਦਾ ਕਿ ਟਹਿਲ ਸਿੰਘ ਜਦੋਂ ਆਪਣੇ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਗਏ ਸੀ ਅਤੇ ਰਸਤੇ ਦੇ ਵਿੱਚ ਉਹ ਬਿਮਾਰ ਪੈ ਗਏ ਸੀਗੇ, ਅਤੇ ਜਦੋਂ ਬਿਮਾਰ ਪੈ ਗਏ ਸੀਗੇ ਅਤੇ ਬਿਮਾਰ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ ਸੀ ਪਿਤਾ ਜੀ ਦੇ, ਅਤੇ ਇਹ ਚੰਚਲ ਸਿੰਘ ਰਾਹੀ ਇਹਨਾਂ ਦੇ ਇੱਕ ਰਿਸ਼ਤੇਦਾਰ ਸੀਗੇ, ਉਹਨਾਂ ਨੇ ਦੋਨੇ ਬੱਚਿਆਂ ਨੂੰ ਅੰਮ੍ਰਿਤਸਰ ਜਿਹੜਾ ਤੀਮਖਾਨਾ ਪੁਤਲੀ ਘਰ ਬਣਿਆ ਹੋਇਆ ਹੈਗਾ ਉੱਥੇ ਉਹਨਾਂ ਨੂੰ ਉਹਨਾਂ ਨੇ ਦਾਖਲ ਕਰਾਤਾ ਸੀ। ਉਸ ਵੇਲੇ ਊਧਮ ਸਿੰਘ ਦੀ ਜਿਹੜੀ ਉਮਰ ਸੀਗੀ ਉਹ 5 ਸਾਲ ਦੇ ਕਰੀਬ ਸੀਗੀ। ਜਿਹੜਾ ਇਹਨਾਂ ਦਾ ਬਚਪਨ ਸੀ ਯਤੀਮਖਾਨੇ ਅੰਮ੍ਰਿਤਸਰ ਵਿੱਚ ਹੋਇਆ ਸੀਗਾ, ਉੱਥੇ ਦੋਨਾਂ ਨੂੰ ਅੰਮ੍ਰਿਤ ਛਕਾਇਆ ਗਿਆ। ਊਧਮ ਸਿੰਘ ਦਾ ਨਾਂ ਉਦੇ ਸਿੰਘ ਰੱਖਿਆ ਗਿਆ ਅਤੇ ਜਿਹੜੇ ਸਾਧੂ ਸਿੰਘ ਸੀ ਇਹਨਾਂ ਦਾ ਨਾਂ ਮੋਤਾ ਸਿੰਘ ਜਾਂ ਕੁਛ ਡਾਕੂਮੈਂਟ ਦੇ ਵਿੱਚ ਮੁਕੰਦ ਸਿੰਘ ਜਾਂ ਮੁਕਤਾ ਸਿੰਘ ਵੀ ਮਿਲਦਾ। ਅਤੇ ਇੱਥੇ ਇਹਨਾਂ ਨੇ ਆਪਣਾ ਕਿਹਾ ਜਾਂਦਾ ਕਿ ਖਾਲਸਾ ਸਕੂਲ ਇਹਨਾਂ ਨੇ ਭਰਤੀ ਕਰਾਤਾ ਸੀ, ਇਹਨੂੰ 10ਵੀਂ ਉੱਥੇ ਕੀਤੀ ਹੈ। ਅਤੇ ਇੱਥੇ ਇਹਨਾਂ ਨੇ ਦਰਜੀ ਦਾ ਕੰਮ, ਰੰਗ ਕਰਨਾ, ਕੁਰਸੀਆਂ ਬੁਣਨਾ, ਲੁਹਾਰ ਦਾ ਕੰਮ, ਤਰਖਾਣ ਦਾ ਕੰਮ ਇੱਥੇ ਇਹਨਾਂ ਨੇ ਸਿੱਖਿਆ ਸੀਗਾ।
ਇਹਨਾਂ ਦੇ ਵੱਡੇ ਭਾਈ ਦੀ ਜਿਹੜੀ ਮਤਲਬ ਸਾਧੂ ਸਿੰਘ ਸੀਗਾ ਉਹਨਾਂ ਦੀ ਮੌਤ ਜਿਹੜੀ ਸੀਗੀ ਨਮੋਨੀਆ ਨਾਲ ਕੁਛ ਦੇਰ ਬਾਅਦ ਹੋ ਗਈ ਸੀ। 1918 ਦੇ ਦੌਰਾਨ ਕਿਹਾ ਜਾਂਦਾ ਕਿ ਇਹਨਾਂ ਨੇ ਯਤੀਮਖਾਨਾ ਛੱਡ ਦਿੱਤਾ ਸੀਗਾ। ਦੂਜੇ ਪਾਸੇ ਜਿਹੜਾ ਗੱਲ ਕਰੀਏ ਤਾਂ ਉਸ ਵੇਲੇ ਜਿਹੜਾ ਉਸ ਉਹਨਾਂ ਦੌਰਾਨ ਦੇ ਵਿੱਚ ਕੀ ਸੀਗਾ ਕਿ ਦੇਸ਼ ਦੇ ਵਿੱਚ ਆਜ਼ਾਦੀ ਦੀ ਲਹਿਰ ਜਿਹੜੀ ਸੀਗੀ ਉਹ ਬਹੁਤ ਵੱਧ ਰਹੀ ਸੀਗੀ। ਉਸ ਨੂੰ ਕੁਚਲਣ ਵਾਸਤੇ ਅੰਗਰੇਜ਼ ਸਰਕਾਰ ਨੇ 1917 ਦੇ ਵਿੱਚ ਇੱਕ ਸਿਡਨੀ ਰੋਲਟ ਨਾਂ ਦੇ ਅੰਗਰੇਜ਼ ਜੱਜ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਸੀ ਜਿਹਨੇ ਭਾਰਤ ਦੇ ਵਿੱਚ ਅੰਗਰੇਜ਼ੀ ਸਰਕਾਰ ਨੂੰ ਉਲਟਾਉਣ ਲਈ ਚੱਲ ਰਹੀਆਂ ਸਾਰੀਆਂ ਵਿਦਰੋਹੀ ਲਹਿਰਾਂ ਦੇ ਵਿਸਥਾਰ ਅਤੇ ਪ੍ਰਕਿਰਤੀ ਬਾਰੇ ਪੜਤਾਲ ਕੀਤੀ ਅਤੇ ਉਹਨਾਂ ਨੇ 18 ਜਨਵਰੀ 1919 ਨੂੰ 2 ਰੋਲਟ ਐਕਟ ਮਤਲਬ ਕਿ ਲਿਆਂਦੇ। ਇਸ ਰੋਲਟ ਐਕਟ ਜਿਹੜੇ ਸੀਗੇ ਇਹ ਜਿਹੜੀ ਲੋਕ ਲਹਿਰ ਨੂੰ ਕੁਚਲਣ ਵਾਸਤੇ ਸੀਗੇ। ਇਹਦੇ ਵਿੱਚ ਸੀਗਾ ਕਿ ਇੱਕ CID ਦੇ ਸਿਪਾਹੀ ਦੇ ਰਿਪੋਰਟ ਦੇ ਉੱਤੇ ਵੀ ਕਿਸੇ 'ਤੇ ਵੀ ਦੇਸ਼ ਦਰੋਹ ਦਾ ਜਿਹੜਾ ਸੀਗਾ ਦੋਸ਼ ਲਾ ਕੇ ਪਰਚਾ ਦਰਜ ਹੋ ਸਕਦਾ ਸੀ, ਉਹਨੂੰ ਸਫਾਈ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ ਸੀਗਾ ਅਤੇ ਉਹ ਅਦਾਲਤ ਵਿੱਚ ਇਹਦੇ ਖਿਲਾਫ਼ ਨਹੀਂ ਜਾ ਸਕਦਾ ਸੀਗਾ। ਲੋਕਾਂ ਨੇ ਇਹਨੂੰ ਕਾਲਾ ਕਾਨੂੰਨ ਕਿਹਾ, ਨਾ ਦਲੀਲ, ਨਾ ਅਪੀਲ, ਨਾ ਵਕੀਲ। ਪੂਰੇ ਭਾਰਤ ਦੇ ਵਿੱਚ ਇਹਦਾ ਵਿਰੋਧ ਹੋਇਆ। ਮਹਾਤਮਾ ਗਾਂਧੀ ਜੀ ਨੇ 30 ਮਾਰਚ 1919 ਨੂੰ ਇੱਕ ਦਿਨ ਹੜਤਾਲ ਦਾ ਸੱਦਾ ਦਿੱਤਾ, ਬਾਅਦ 'ਚ ਇਹ ਜਿਹੜਾ ਦਿਨ ਸੀ ਬਦਲ ਕੇ ਇਹਨੂੰ ਉਹਨਾਂ ਨੇ 6 ਅਪ੍ਰੈਲ ਕਰ ਦਿੱਤਾ ਸੀਗਾ। ਲੇਕਿਨ ਅੰਮ੍ਰਿਤਸਰ ਦੇ ਵਿੱਚ ਦੋਨੇ ਦਿਨਾਂ ਦੇ ਵਿੱਚ ਹੀ ਹੜਤਾਲਾਂ ਹੋਈਆਂ ਸੀਗੀਆਂ ਅਤੇ ਉਸ ਤੋਂ ਬਾਅਦ 9 ਤਰੀਕ ਨੂੰ ਰਾਮਨੌਮੀ ਦੇ ਤਿਉਹਾਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਨੇ ਸਾਂਝੇ ਰੂਪ 'ਚ ਇਸ ਤਿਉਹਾਰ ਨੂੰ ਮਨਾਇਆ ਸੀਗਾ ਅਤੇ ਇੱਕ ਸਾਂਝਾ ਜਲੂਸ ਕੱਢ ਕੇ ਹਿੰਦੂ ਮੁਸਲਿਮ ਏਕਤਾ ਦਾ ਉਸ ਵੇਲੇ ਇੱਕ ਉਹਨਾਂ ਨੇ ਸਬੂਤ ਦਿੱਤਾ ਸੀਗਾ। ਅਤੇ ਮਾਈਕਲ ਅਡਵਾਇਰ ਦੀ ਹਦਾਇਤਾਂ 'ਤੇ ਕਿਹਾ ਜਾਂਦਾ ਕਿ 10 ਅਪ੍ਰੈਲ 1919 ਨੂੰ ਸੈਫੁਦਿਲ ਕਿਚਲੂ ਅਤੇ ਡਾਕਟਰ ਸੱਤਿਆਪਾਲ ਨੂੰ ਅੰਮ੍ਰਿਤਸਰ ਜ਼ਿਲ੍ਹਾ ਕਮਿਸ਼ਨਰ ਨੇ ਬੁਲਾ ਕੇ ਸਵੇਰੇ ਉਹਨਾਂ ਨੂੰ ਜ਼ਬਰਦਸਤੀ ਅਰੈਸਟ ਕਰਕੇ, ਯਾਨੀ ਕਿ ਅੰਮ੍ਰਿਤਸਰ ਤੋਂ ਦੂਰ 160 ਕਿਲੋਮੀਟਰ ਦੂਰ ਧਰਮਸ਼ਾਲਾ ਜਿਹੜਾ ਹੈਗਾ ਉਹ ਭੇਜਤਾ ਸੀਗਾ। ਇਹ ਦੋਨੇ ਉਸ ਵੇਲੇ ਅੰਮ੍ਰਿਤਸਰ ਦੇ ਵਿੱਚ ਲੋਕਾਂ ਦੇ ਹਮਲ ਪਿਆਰੇ ਲੀਡਰ ਸੀ। ਲੋਕਾਂ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਬਾਰੇ ਸੁਣ ਕੇ ਬਹੁਤ ਵੱਡਾ ਰੋਹ ਫੈਲਿਆ ਅਤੇ ਲੋਕ ਇਕੱਠੇ ਹੋ ਕੇ DC ਦੇ ਦਫ਼ਤਰ ਵਾਲੇ ਜਾਣ ਲੱਗੇ ਅਤੇ ਉੱਥੇ ਪੁਲ ਦੇ ਉੱਤੇ ਇਹਨਾਂ ਦੀ ਪੁਲਿਸ ਨਾਲ ਝੜਪ ਹੋਈ ਅਤੇ ਗੋਲਾਬਾਰੀ ਪੁਲਿਸ ਵੱਲੋਂ ਕੀਤੀ ਗੋਲਾਬਾਰੀ ਦੇ ਵਿੱਚ 20 ਦੇ ਕਰੀਬ ਲੋਕ ਜਿਹੜੇ ਸੀਗੇ ਮਾਰੇ ਗਏ ਸੀ, ਕੁਛ ਜ਼ਖਮੀ ਹੋ ਗਏ ਸੀਗੇ ਅਤੇ ਲੋਕਾਂ ਦੇ ਵੀ ਅੰਗਰੇਜ਼ੀ ਜਿਹੜੇ ਅਫਸਰ ਸੀਗੇ ਉਸ ਵੇਲੇ ਉਹਨਾਂ 'ਤੇ ਕੁਛ ਦੇ ਉੱਤੇ ਜਿਹੜੇ ਬੈਂਕਾਂ 'ਤੇ, ਪੋਸਟ ਆਫਿਸ 'ਤੇ, ਰੇਲਵੇ ਦੇ ਗਾਰਡ 'ਤੇ ਵੀ ਹਮਲੇ ਕੀਤੇ ਸੀਗੇ, ਕੁਛ ਲੋਕਾਂ ਨੂੰ ਮਾਰਤਾ ਸੀਗਾ। ਅਤੇ 11 ਤਰੀਕ ਨੂੰ ਜਿਹੜੇ ਲੋਕ ਮਰੇ ਸੀਗੇ ਆਪਣੇ 10 ਦੀ ਫਾਇਰਿੰਗ ਦੇ ਵਿੱਚ, ਬ੍ਰਿਟਿਸ਼ ਸਰਕਾਰ ਨੇ ਲੋਕਾਂ ਨੂੰ ਉਹਨਾਂ ਦੇ ਸੰਸਕਾਰ ਵਿੱਚ ਰੋਕਿਆ, ਉਹਨਾਂ ਨੂੰ ਜਾਣ ਲੈ ਦਿੱਤਾ ਅਤੇ ਇਹਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਹ ਇਸਦਾ ਫੈਲਿਆ। 11 ਤਰੀਕ ਨੂੰ ਡਿਪਟੀ ਕਮਿਸ਼ਨਰ ਨੇ ਅਨਾਊਂਸਮੈਂਟ ਕੀਤੀ ਕਿ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਇਹਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਇਸੇ ਤਰ੍ਹਾਂ ਉਸ ਤੋਂ ਬਾਅਦ 13 ਅਪ੍ਰੈਲ 1919 ਜਲ੍ਹਿਆਂਵਾਲਾ ਬਾਗ ਦਾ ਜਿਹੜਾ ਸਾਕਾ ਵਾਪਰਿਆ। ਊਧਮ ਸਿੰਘ ਦੀ ਜਿਹੜੀ ਗੱਲ ਜੁੜਦੀ ਹੈਗੀ ਹੈ, ਇੱਕ ਤਾਂ ਸਭ ਤੋਂ ਪਹਿਲਾਂ ਇਸ਼ੂ ਇਹ ਆਉਂਦਾ ਕਿ ਊਧਮ ਸਿੰਘ ਜਦੋਂ ਜਲ੍ਹਿਆਂਵਾਲਾ ਬਾਗ ਦਾ ਘਟਨਾ ਹੋਈ ਉਸ ਵੇਲੇ ਉਹ ਜਲ੍ਹਿਆਂਵਾਲੇ ਬਾਗ 'ਚ ਮੌਜੂਦ ਸੀ ਕਿ ਨਹੀਂ ਸੀਗੇ। ਇਹ ਬਹੁਤ ਮਹੱਤਵਪੂਰਨ ਮਤਲਬ ਕਿ ਜਿਹੜਾ ਹੈਗਾ ਮੁੱਦਾ ਹੈਗਾ ਜਿਹੜਾ ਉਹਨਾਂ ਦੀ ਵਿਚਾਰਧਾਰਾ ਨਾਲ ਅੱਗੇ ਜਾ ਕੇ ਜੁੜਦਾ ਹੈਗਾ। ਦੇਖੋ 3 ਤਰ੍ਹਾਂ ਦੇ ਲੇਖਕ ਹੋਏ ਆ। ਪਹਿਲੀ ਲੇਖਕਾਂ ਦੀ ਧਾਰਨਾ ਮੁਤਾਬਕ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਦੇ ਵਿੱਚ ਗੋਲਾਬਾਰੀ ਹੋਈ ਸੀਗਾ ਤਾਂ ਊਧਮ ਸਿੰਘ ਉੱਥੇ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸੀਗੇ ਅਤੇ ਉਹਨਾਂ ਦੇ ਗੋਲੀ ਵੀ ਲੱਗੀ ਸੀਗੀ। ਅਤੇ 14 ਤਰੀਕ ਨੂੰ ਉਹਨਾਂ ਨੇ ਆ ਕੇ ਉੱਥੇ ਜਿਹੜੇ ਹੈਗੇ ਆ ਹੋਰ ਆਪਣੇ ਯਤੀਮਖਾਨੇ ਦੇ ਸਾਥੀਆਂ ਨਾਲ ਅਤੇ ਜਿਹੜੀਆਂ ਲੋਕਾਂ ਦੀ ਡੈੱਡ ਬੋਡੀ ਸੀਗੀ ਉਹਨਾਂ ਨੂੰ ਯਾਨੀ ਕਿ ਟਿਕਾਣੇ ਲਗਾਉਣ ਦੇ ਵਿੱਚ ਯਾਨੀ ਕਿ ਉਹਨਾਂ ਦੀ ਮਦਦ ਕੀਤੀ। ਇਹ ਵੀ ਕਿਹਾ ਜਾਂਦਾ ਕਿ ਉੱਥੇ ਜਿਹੜਾ ਅੰਗਰੇਜ਼ ਸਰਕਾਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਵਿੱਚ ਕਤਲੇਆਮ ਹੋਇਆ ਸੀਗਾ ਉਹਨੂੰ ਦੇਖ ਕੇ ਜਿਹੜਾ ਕੁਛ ਲੇਖਕਾਂ ਨੇ ਲਿਖਿਆ ਕਿ ਜਿਹੜਾ ਊਧਮ ਸਿੰਘ ਨੇ ਅਕਾਲ ਤਖ਼ਤ 'ਤੇ ਜਾ ਕੇ ਇਹ ਸਹੁੰ ਖਾਧੀ ਸੀ ਕਿ ਮੈਂ ਮਾਈਕਲ ਅਡਵਾਇਰ ਦੀ ਖੂਨ ਦਾ ਮਤਲਬ ਕਿ ਜਿਹੜਾ ਉਹਨੂੰ ਮਾਰ ਕੇ ਜਿਹੜੇ ਸ਼ਹੀਦ ਹੋਏ ਹੈਗੇ ਉਹਦਾ ਬਦਲਾ ਲਵਾਂਗਾ। ਦੂਜੀ ਧਾਰਨਾ ਦੇ ਲੇਖਕਾਂ ਦਾ ਇਹ ਕਹਿਣਾ ਹੈ ਕਿ ਗੋਲਾਬਾਰੀ ਵੇਲੇ ਤਾਂ ਮੌਜੂਦ ਨਹੀਂ ਸੀਗਾ, ਉਸ ਤੋਂ ਬਾਅਦ ਉੱਥੇ ਆਇਆ ਅਤੇ ਅਗਲੇ ਦਿਨ ਵੀ ਉਹ ਲਾਸ਼ਾਂ ਸੰਭਾਲਣ 'ਚ ਮਦਦ ਕਰਦੇ ਰਹੇ। ਤੀਜੀ ਧਾਰਨਾ ਦੇ ਵਿੱਚ ਕਿਤੋਂ ਲੇਖਕ ਇਹੋ ਜਿਹੇ ਹਨ ਜਿਹੜੇ ਕਹਿੰਦੇ ਆ ਕਿ ਵੀ ਉਹ ਉੱਥੇ ਮੌਜੂਦ ਨਹੀਂ ਸੀਗੇ। ਲੇਕਿਨ ਬ੍ਰਿਟਿਸ਼ ਰਿਕਾਰਡ ਮੁਤਾਬਕ ਜਿਹੜੇ ਊਧਮ ਸਿੰਘ ਸੀਗੇ 13 ਅਤੇ 14 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਵਿੱਚ ਮੌਜੂਦ ਨਹੀਂ ਸੀਗੇ, ਕਿਉਂਕਿ ਇਹ ਜਿਹੜੇ ਕੁਛ ਲੇਖਕਾਂ ਦੀ ਜਿਹੜੀ ਗੱਲਾਂ ਇਹ ਪ੍ਰਚਲਿਤ ਗੱਲਾਂ ਨੇ। ਕਿਉਂਕਿ ਹੁਣ ਜਦੋਂ ਬ੍ਰਿਟਿਸ਼ ਸਰਕਾਰ ਵੱਲੋਂ ਡਾਕੂਮੈਂਟ ਜਾਰੀ ਹੋ ਗਏ ਸੀ 97 ਦੇ ਵਿੱਚ, ਉਸ ਤੋਂ ਬਾਅਦ 16 ਦੇ ਵਿੱਚ ਬਹੁਤ ਕੁਛ ਸਪਸ਼ਟ ਸਾਬਤ ਹੋ ਗਿਆ ਅਤੇ ਬਹੁਤ ਸਬੂਤ ਮਿਲਦੇ ਨੇ। ਕੈਨਨ ਰੋ ਪੁਲਿਸ ਸਟੇਸ਼ਨ ਦੀ 13 ਮਾਰਚ 1940 ਦੀ ਰਿਪੋਰਟ ਮੁਤਾਬਕ ਊਧਮ ਸਿੰਘ ਨੇ ਖੁਦ ਕਿਹਾ ਸੀਗਾ ਕਿ ਉਹ ਮਤਲਬ ਕਿ ਜੂਨ 1919 ਦੇ ਵਿੱਚ ਉਹ ਭਾਰਤ ਆਏ ਸੀਗੇ। ਯਾਨੀ ਕਿ 5 ਜੂਨ 1940 ਨੂੰ ਜਦੋਂ ਜੱਜ ਦੇ ਸਾਹਮਣੇ ਊਧਮ ਸਿੰਘ ਦਾ ਮੁਕੱਦਮਾ ਚੱਲਿਆ ਸੀਗਾ, ਜੱਜ ਐਟਕਿਨਸਨ ਦੇ ਸਾਹਮਣੇ ਊਧਮ ਸਿੰਘ ਨੇ ਕਿਹਾ ਸੀਗਾ ਜਦੋਂ ਅੰਮ੍ਰਿਤਸਰ ਦੇ ਵਿੱਚ 1919 'ਚ ਗੋਲੀਆਂ ਚੱਲੀਆਂ ਮੈਂ ਉਸ ਵੇਲੇ ਪੂਰਬੀ ਅਫਰੀਕਾ ਦੇ ਵਿੱਚ ਸੀਗਾ।
ਮੈਨੂੰ ਇੱਕ ਫਾਈਲ ਜਿਹੜੀ ਨੈਸ਼ਨਲ ਆਰਕਾਈਵ ਜਿਹੜੀ ਹੈਗੀ ਹੈ ਦਿੱਲੀ ਤੋਂ ਮਿਲੀ ਸੀਗੀ, ਇਹਦਾ ਨੰਬਰ ਸੀਗਾ ਆਪਣਾ 77 ਆਫ ਈਅਰ 1940 ਦੀ। ਇਹ ਬਹੁਤ ਛੋਟੀ ਜਿਹੀ ਫਾਈਲ ਹੈ, ਇਹਦੇ ਵਿੱਚ ਸਿਰਫ ਦੋ ਟੈਲੀਗ੍ਰਾਮਾਂ ਦਾ ਹੀ ਜ਼ਿਕਰ ਹੈ। ਇੱਕ ਟੈਲੀਗ੍ਰਾਮ 16 ਜੂਨ 1940 ਨੂੰ ਸੈਕਟਰੀ ਆਫ ਸਟੇਟ ਫੋਰ ਇੰਡੀਆ ਲੰਡਨ ਨੇ ਗਵਰਨਰ ਜਨਰਲ ਹੋਮ ਵਿਭਾਗ ਸ਼ਿਮਲਾ ਨੂੰ ਇੱਕ ਟੈਲੀਗ੍ਰਾਮ ਭੇਜੀ ਸੀ ਕਿ ਊਧਮ ਸਿੰਘ ਨੇ ਕਿਹਾ ਕਿ ਉਸਦਾ ਭਰਾ ਭੈਣ 1919 ਦੀ ਗੋਲਾਬਾਰੀ ਵਿੱਚ ਮਾਰੇ ਗਏ ਹਨ, ਉਹ ਉਸ ਵੇਲੇ ਅੰਮ੍ਰਿਤਸਰ ਵਿੱਚ ਸੀ, ਕਿਰਪਾ ਕਰਕੇ ਇਸ ਦੀ ਸੱਚਾਈ ਦੀ ਖੋਜਬੀਨ ਕਰਕੇ ਟੈਲੀਗ੍ਰਾਮ ਭੇਜੋ। ਇਹਦੇ ਜਵਾਬ ਦੇ ਵਿੱਚ 20 ਜੂਨ 1940 ਨੂੰ ਸ਼ਿਮਲੇ ਤੋਂ ਭਾਰਤ ਸਰਕਾਰ ਨੇ ਹੋਮ ਵਿਭਾਗ ਨੂੰ ਇੱਕ ਟੈਲੀਗ੍ਰਾਮ ਭੇਜੀ ਸੀਗੀ ਜਿਸ ਵਿੱਚ ਲਿਖਿਆ ਸੀ ਕਿ ਊਧਮ ਸਿੰਘ ਦੇ ਪਿੰਡ ਸੁਨਾਮ ਪਟਿਆਲਾ ਸਟੇਟ ਅੰਮ੍ਰਿਤਸਰ ਵਿੱਚ ਪੁੱਛਤਾਛ ਕੀਤੀ ਗਈ ਹੈ, ਜਿਸ ਦੇ ਵਿੱਚ ਉਸਦੇ ਬਿਆਨ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਸਦਾ ਕੋਈ ਰਿਸ਼ਤੇਦਾਰ ਸਾਲ 1919 ਵਿੱਚ ਅੰਮ੍ਰਿਤਸਰ ਦੀ ਗੋਲਾ ਵਿੱਚ ਮਾਰਿਆ ਗਿਆ ਜਾਂ ਉਹ ਆਪ ਅੰਮ੍ਰਿਤਸਰ ਉਸ ਵੇਲੇ ਸ਼ਾਮਲ ਸੀ। ਮਤਲਬ ਇਹ ਡਾਕੂਮੈਂਟਡ ਹੈ ਕਿ ਉਹ ਮਤਲਬ ਕਿ ਉਹ ਬ੍ਰਿਟਿਸ਼ ਗੌਰਮੈਂਟ ਨੇ ਵੀ ਤਹਿਕੀਕਾਤ ਕੀਤੀ ਸੀ, ਉਹਨੇ ਆਪ ਵੀ ਮੁਕੱਦਮੇ ਦੌਰਾਨ ਕਿਹਾ ਸੀਗਾ, ਅਤੇ ਪੁਲਿਸ ਦੀ ਰਿਪੋਰਟ ਮੁਤਾਬਕ ਕਿ ਉਹ ਜਲਿਆਂਵਾਲਾ ਬਾਗ ਦੇ ਵਿੱਚ 13 ਅਤੇ 14 ਨੂੰ ਜਿਹੜਾ ਸੀਗਾ ਅੰਮ੍ਰਿਤਸਰ ਦੇ ਵਿੱਚ ਉਹ ਮੌਜੂਦ ਨਹੀਂ ਸੀਗੇ। ਦੂਜਾ ਜਿਹੜਾ ਮਹਿ ਜਿਹੜਾ ਇੰਪੋਰਟੈਂਟ ਜਿਹੜਾ ਮੁੱਦਾ ਹੈਗਾ ਉਹ ਹੈਗਾ ਕਿ ਜਲਿਆਂਵਾਲਾ ਬਾਗ ਦੀ ਗੋਲਾਬਾਰੀ ਲਈ ਮਾਈਕਲ ਡਵਾਇਰ ਨੂੰ ਨਹੀਂ ਡਾਇਰ ਨੂੰ ਸਜ਼ਾ ਹੋਈ ਸੀ। ਬਹੁਤ ਲੋਕਾਂ ਨੂੰ ਸਾਡੇ ਇੱਥੇ ਇਹ ਭੁਲੇਖਾ ਰਹਿੰਦਾ ਕਿ ਮਾਈਕਲ ਡਵਾਇਰ ਕੌਣ ਸੀ, ਡਾਇਰ ਕੌਣ ਸੀ। ਇੱਥੇ ਨਾਟਕਾਂ ਦੇ ਵਿੱਚ ਵੀ ਹੋਰ ਬਹੁਤ ਡਾਕੂਮੈਂਟਾਂ ਦੇ ਵਿੱਚ ਵੀ ਇਹੀ ਮਿਲ ਜਾਂਦੇ ਕਿ ਊਧਮ ਸਿੰਘ ਨੇ ਡਾਇਰ ਨੂੰ ਹੀ ਮਾਰਿਆ। ਤੁਸੀਂ ਆਮ ਪੜ੍ਹ ਸਕਦੇ ਹੋ। ਮੈਂ ਥੋੜ੍ਹਾ ਜਿਹਾ ਸਪਸ਼ਟ ਕਰਦਾ ਕਿ ਮਾਈਕਲ ਡਵਾਇਰ ਜਿਹੜਾ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ, ਇਹਨਾਂ ਦਾ ਦਫ਼ਤਰ ਲਾਹੌਰ ਦੇ ਵਿੱਚ ਸੀ। 13 ਅਪ੍ਰੈਲ 1919 ਨੂੰ ਇਹ ਲਾਹੌਰ ਵਿੱਚ ਸੀ। ਜਿਹੜਾ ਡਾਇਰ ਸੀਗਾ ਇਹ ਡਾਇਰ ਫੌਜ ਦੇ ਬ੍ਰਿਗੇਡੀਅਰ ਜਨਰਲ ਸੀਗੇ, ਅਤੇ ਇਹ 11 ਅਪ੍ਰੈਲ ਦੀ ਸਵੇਰ ਨੂੰ ਡਿਪਟੀ ਕਮਿਸ਼ਨਰ ਨੇ ਜਦੋਂ ਅਨਾਊਂਸਮੈਂਟ ਕਰਤੀ ਸੀ ਕਿ ਫੌਜ ਜਿਹੜਾ ਅੰਮ੍ਰਿਤਸਰ ਸਾਹਿਬ ਹੈ ਫੌਜ ਦੇ ਹਵਾਲੇ ਕੀਤਾ ਸੀ, ਉਦੋਂ ਜਿਹੜੀ ਕਮਾਂਡ ਸੀਗੀ ਉਹ ਬ੍ਰਿਗੇਡੀਅਰ ਜਨਰਲ ਡਾਇਰ ਦੇ ਕੋਲ ਸੀ। ਅਤੇ 13 ਅਪ੍ਰੈਲ ਨੂੰ ਡਾਇਰ ਵੱਲੋਂ ਅੰਮ੍ਰਿਤਸਰ ਦੇ ਵਿੱਚ ਮੁਨਿਆਦੀ ਕਰਾਈ ਗਈ ਸੀਗੀ, ਅਤੇ ਕਿ ਨਗਰ ਦੇ ਵਿੱਚ ਰਹਿਣ ਵਾਲੇ ਕੋਈ ਵਿਅਕਤੀ ਨਿੱਜੀ ਪ੍ਰਾਈਵੇਟ ਕਾਰ ਜਿਹੜਾ ਹੈਗਾ ਆਪਣੇ ਕਾਰ ਦੇ ਵਿੱਚ ਕਿਰਾਏ 'ਤੇ ਸਵਾਰੀ 'ਤੇ ਪੈਦਲ ਨਗਰ ਤੋਂ ਬਾਹਰ ਨਾ ਜਾਏ, 8 ਵਜੇ ਤੋਂ ਬਾਹਰ ਕੋਈ ਬਾਹਰ ਨਾ ਨਿਕਲੇ, ਅਤੇ ਹੋਰ ਸ਼ਹਿਰ ਦੇ ਵਿੱਚ ਵੀ ਜਲੂਸ ਕੱਢਣ ਦੇ ਵਿੱਚ ਕੋਈ ਇਕੱਠ ਕਰਨ ਦੇ ਉੱਤੇ ਪਾਬੰਦੀ ਹੈ। 13 ਅਪ੍ਰੈਲ 1919 ਨੂੰ 4:30 ਦੇ ਕਰੀਬ ਲੋਕਾਂ ਦੇ ਇੱਕ ਬਹੁਤ ਵੱਡਾ ਜਿਹੜਾ ਜਲਸਾ ਦਾ ਜਲਿਆਂਵਾਲਾ ਬਾਗ 'ਚ ਆਯੋਜਨ ਕੀਤਾ ਗਿਆ ਸੀ। ਕਿਹਾ ਜਾਂਦਾ ਕਿ 20,000 ਦੇ ਕਰੀਬ ਉੱਥੇ ਲੋਕਾਂ ਦਾ ਇਕੱਠ ਸੀਗਾ। ਇਹ ਜਿਹੜੇ ਲੋਕ ਸੀ ਉਦੋਂ ਸੈਫੁਦੀਨ ਕਿਚਲੀ ਅਤੇ ਸੱਤਿਆਪਾਲ ਦੀ ਰਿਹਾਈ ਦੀ ਮੰਗ ਕਰ ਰਹੇ ਸੀ, ਅੰਗਰੇਜ਼ ਸਰਕਾਰ ਵੱਲੋਂ ਲੋਕਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਬਾਰੇ ਜਾਣੂ ਕਰਾਉਣਾ ਸੀ, ਅਤੇ ਨਾਲ ਹੀ ਜਿਹੜਾ ਰੋਲਰ ਟੈਕਸ ਸੀ ਉਹਦੀ ਵਿਰੋਧਤਾ ਵਾਸਤੇ ਇਹ ਇਕੱਠ ਕੀਤਾ ਗਿਆ ਸੀ। ਜਨਰਲ ਡਾਇਰ ਜਿਹੜਾ ਸੀਗਾ ਆਪਣੇ ਨਾਲ 50 ਬੰਦੂਕਧਾਰੀ ਸੈਨਿਕਾਂ ਖੁਖਰੀਆਂ ਨਾਲ ਲੈਸ 40 ਗੋਰਖਿਆਂ ਨੂੰ ਲੈ ਕੇ ਬਿਨਾਂ ਇੱਕ ਮਿੰਟ ਵੀ ਗਏ ਉਹਨੇ ਗੋਲਾਬਾਰੀ ਦਾ ਜਿਹੜਾ ਹੁਕਮ ਦਿੱਤਾ, ਜਿਹਦੇ ਵਿੱਚ ਕਰੀਬ ਬ੍ਰਿਟਿਸ਼ ਅੰਕੜਿਆਂ ਮੁਤਾਬਕ 379 ਲੋਕ ਜਿਹੜੇ ਸੀਗੇ 379 ਲੋਕ ਮਾਰੇ ਗਏ ਸੀਗੇ, 1200 ਤੋਂ ਵੱਧ ਜ਼ਖਮੀ ਹੋਏ ਸੀ। ਜਦੋਂ ਕਿ ਲੋਕਾਂ ਦੇ ਮੁਤਾਬਕ ਕਈ ਹੋਰ ਜਿਹੜੇ ਉਸ ਵੇਲੇ ਦੇ ਹੈਗੇ ਲੇਖਕਾਂ ਨੇ ਇਹ ਲਿਖਿਆ ਕਿ ਇਸ ਤੋਂ ਕਿਤੇ ਵੱਧ ਲੋਕ ਜਿਹੜੇ ਮਾਰੇ ਗਏ ਸੀਗੇ। ਇਸ ਸਾਰੀ ਘਟਨਾ ਬਾਰੇ ਮਾਈਕਲ ਡਵਾਇਰ ਨੇ ਇੱਕ ਕਿਤਾਬ ਬਾਅਦ ਦੇ ਵਿੱਚ ਲਿਖੀ ਸੀ, ਭਾਰਤ ਜਿਵੇਂ ਕਿ ਮੈਂ ਜਾਣਿਆ, ਇੰਡੀਆ ਐਜ਼ ਆਈ ਨਿਊ ਇਟ, 1925 ਦੇ ਵਿੱਚ। ਉਹਦੇ ਵਿੱਚ ਉਹਨੇ ਇਸ ਘਟਨਾ ਦਾ ਜ਼ਿਕਰ ਕੀਤਾ ਹੋਇਆ। ਉਹਨੇ ਇਸ ਵਿੱਚ ਲਿਖਿਆ ਕਿ ਅੰਮ੍ਰਿਤਸਰ ਦੇ ਵਿੱਚ ਜਨਰਲ ਡਾਇਰ ਦੀ ਅਗਵਾਈ 'ਚ ਫੌਜ ਦੇ ਬਾਗੀਆਂ ਵਿਚਾਲੇ ਇਸ ਝੜਪ ਬਾਰੇ ਅਫਵਾਹਾਂ ਤਾਂ ਸ਼ਾਮ ਨੂੰ ਪੁੱਜ ਚੁੱਕੀਆਂ ਸਨ, ਪਰ ਸਰਕਾਰੀ ਤੌਰ 'ਤੇ ਡਿਪਟੀ ਕਮਿਸ਼ਨਰ ਵੱਲੋਂ 2 ਬ੍ਰਿਟਿਸ਼ ਅਧਿਕਾਰੀਆਂ ਰਾਹੀਂ ਮੈਨੂੰ ਰਿਪੋਰਟ 14 ਤਰੀਕ ਨੂੰ ਸਵੇਰੇ 3 ਵਜੇ ਮਿਲੀ। ਮੈਂ ਫੌਜੀ ਰਿਪੋਰਟ ਦੇ ਬਿਨਾਂ ਇੰਤਜ਼ਾਰ ਕੀਤੇ ਟੈਲੀਗ੍ਰਾਮ ਰਾਹੀਂ ਇਹ ਸੁਨੇਹਾ ਭਾਰਤ ਸਰਕਾਰ ਨੂੰ ਭੇਜ ਦਿੱਤਾ। 14 ਅਪ੍ਰੈਲ ਨੂੰ ਬਾਅਦ ਡਾਇਰ ਦੇ ਮਿਲਟਰੀ ਉੱਚ ਅਧਿਕਾਰੀ ਜਨਰਲ ਬਨੋਨ ਨੂੰ ਡਾਇਰ ਦੀ ਰਿਪੋਰਟ ਮਿਲੀ। ਉਸ ਨੇ ਮੈਨੂੰ ਜਵਾਨੀ ਦੱਸਿਆ ਅਤੇ ਡਾਇਰ ਦੇ ਉੱਚ ਫੌਜੀ ਅਧਿਕਾਰੀਆਂ ਨੇ ਉਸ ਨੂੰ ਇਹ ਭਾਰਤ ਸਰਕਾਰ ਨੂੰ ਭੇਜ ਦਿੱਤੀ। ਜਨਰਲ ਬਨੋਨ ਨੇ ਮੈਨੂੰ ਕਿਹਾ ਉਹ ਡਾਇਰ ਦੀ ਕਾਰਵਾਈ ਦੀ ਪੜੋੜ ਤੱਕ ਭੇਜ ਰਿਹਾ ਹੈ। ਮੈਂ ਪਹਿਲਾਂ ਝਿਜਕਿਆ, ਡਾਇਰ ਦੀ ਕਾਰਵਾਈ ਫੌਜੀ ਸੀ, ਮੈਂ ਸਾਰਾ ਕੁਝ ਧਿਆਨ 'ਚ ਰੱਖਦਿਆਂ ਜਨਰਲ ਬਨੋਨ ਦੀ ਮਾਨਤਾ 'ਚ ਵਾਧਾ ਕੀਤਾ। ਜਨਰਲ ਬਨੋਨ ਨੇ ਇਹੀ ਸੁਨੇਹਾ ਡਾਇਰ ਨੂੰ ਭੇਜਿਆ ਕਿ ਲੈਫਟੀਨੈਂਟ ਗਵਰਨਰ ਜਿਹੜੇ ਹੈਗੇ ਤੁਹਾਡੀ ਇਸ ਕਾਰਵਾਈ ਦੀ ਪ੍ਰੋੜਤਾ ਕਰਦੇ। ਮੇਰਾ ਕਹਿਣ ਦਾ ਮਤਲਬ ਸਪਸ਼ਟ ਹੈ ਕਿ ਇਸ ਜਿਹੜੀ ਪਾਰਟੀਕੁਲਰ ਜਲਿਆਂਵਾਲਾ ਬਾਗ ਦੀ ਜਿਹੜੀ ਕਾਰਵਾਈ ਸੀਗੀ ਇਹਦੇ ਵਿੱਚ ਜਿਹੜੀ ਗੋਲੀ ਚਲਾਈ ਸੀ ਇਹ ਸਾਰਾ ਕੁਛ ਮਤਲਬ ਮਾਈਕਲ ਡਵਾਇਰ ਨੂੰ ਤਾਂ ਅਗਲੇ ਦਿਨ ਹੀ ਪਤਾ ਲੱਗਿਆ। ਇਹ ਸਾਰਾ ਕੁਛ ਡਾਇਰ ਨੇ ਖੁਦ ਕੀਤਾ ਸੀ, ਇਹ ਉਹਦਾ ਹੀ ਖੁਦ ਦਾ ਹੀ ਫੈਸਲਾ ਸੀਗਾ। ਇਸ ਤੋਂ ਅੱਗੇ ਇਸ ਸਾਰੇ ਜਿਹੜਾ ਉਸ ਤੋਂ ਬਾਅਦ ਘਟਨਾ ਤੋਂ ਬਾਅਦ ਬਹੁਤ ਸ਼ੋਰ ਮੱਚਿਆ। 6 ਮਹੀਨੇ ਬਾਅਦ ਬ੍ਰਿਟਿਸ਼ ਸਰਕਾਰ ਨੇ 14 ਅਕਤੂਬਰ 1919 ਨੂੰ ਇੱਕ ਹੰਟਰ ਕਮਿਸ਼ਨ ਬਣਾਇਆ ਸੀ। ਹੰਟਰ ਕਮਿਸ਼ਨ ਨੇ ਮਾਈਕਲ ਡਵਾਇਰ, ਡਾਇਰ, ਹੋਰ ਬਹੁਤ ਲੋਕਾਂ ਦੇ ਬਿਆਨ ਲਿਖੇ। ਮਾਈਕਲ ਡਵਾਇਰ ਜਿਹੜਾ ਸੀਗਾ ਇਹਦਾ ਪੂਰਾ ਜ਼ੋਰ ਲੱਗਿਆ ਰਿਹਾ
कि कमीशन किसी को भी दोषी ना ठहराए। इन्हें बड़ी दलीलों लेके आती उस वेले कि जी भारत की जी फौज है ताज़ा ताज़ा भर्ती हुई है, हाले सिखलाई भी पूरी नहीं हुई, बहुत फौजी है जोड़े मतलब कि उतों छड़ के भी आ गए, बहुत जो गदर पार्टी के मैंबर हैं वो भारत च आए हुए है, मतलब इस तरह दिन बहुत ज्यादा दलील लेके आदि। डायर भी जोड़ा सगा 19 नवंबर 1919 भी हंटर कमीशन के सामने पेश होया। हंटर कमीशन के एक जवाब उन्हें कहा, मैं जाते ही गोली चला दी, मैनू ये फैसला कर मैं की करना है, केवल 30 घंटे लगे हो गए। मैं उस वक्त ये नहीं सोचा कि गोली चलाने तो पहले लोगों के खिड़ जाने लिए कहाँ, मैं महसूस किया कि मेरा हुक्म नहीं मनिया गया, मार्शल लॉ की उलंघना हुई है, इसलिए मेरा फर्ज है मैं गोली चलाव। जो उन्होंने ये पूछा गया कि मार्शल लॉ तो लगा नहीं सी, तू क्यों ना किस ये जरूरी समझा कि शहर के अमन लिए जिम्मेवार डिप्टी कमिश्नर होंगे उसकी सलाह ली जाए, तो उन्हें जवाब दिता कि उस वेले सलाह करने लिए कोई डिप्टी कमिश्नर नहीं सीगा, किसी नाल सलाह करनी सियानी गल नहीं सी, मैनू आप छेती फैसला लेना सीगा, मैं फौजी दृष्टि तो सोचा मैं फौरन गोली चला देनी चाहिए है, मैं यूं ही किया, मैं अपने फर्ज लिए कोताही कर रहा होवां। एक होर सवाल के जवाब में उन्हें कहा, मैं अपना मन बना लिया सी, जे लोगों ने मीटिंग जारी रखी तो मैं लोगों को मार देवांगा जो बागी हैं, उन्होंने आदेशों की उलंघना करके मीटिंग की है, मैं उन्होंने हत्थों च दस्ताने पा के नहीं नजिट सकता, वो लड़न लिए आए हैं, मैं उन्होंने सबक सिखाना चाहता हाँ। ये होर भी उन्होंने होर लोगों भी तहकीकात की। 8 मार्च 1920 हंटर कमीशन ने जी अपनी रिपोर्ट जारी की, उन्हें माइकल अडवायर साफ बरी करता, तो डायर जोड़ा सगा जलियांवाला बाग लिए दोषी ठहराया। उन्होंने दो पक्षों से दोषी ठहराया, पहला पक्ष से कि इन्होंने बिना चेतावनी दी गोली चलाने की आग्ञा दी, भीड़ के तितर बितर हो जाने के उपरांत भी गोलाबारी करता रहा। दूजा उन्होंने कहा भी अपनी जिम्मेवारी गलत समझता रहा। तो हंटर कमीशन की जी रिपोर्ट से उस तो बाद जो डायर जोड़ा है ये नौकरी तो हटा दिता सगा, तो उस तो बाद आर्मी कौंसल का भी जो फैसला से वह भी मान लिया गया सगा, इनू फिर फौजी कमांड तो भी हटाता सगा, तो भी कहा कि इनू भारत के कितने भी नौकरी ना दी जाए, तो जी यदी तनखा सी अद्धी कर दी जाए। तो जोड़ा डायर से 63 साल की उम्र के 1927 जोड़ा सगा बीमार होकर उतों मर गया। उस तो बाद मेरा कहना मतलब बहुत साफ रूप दे विच है कि जलियांवाला बाग लई माइकल डवायर नूं तां पता ही नहीं सीगा, पहली गल। दूजी गल कि जदों हंटर कमिश्न बैठे, हंटर कमिश्न माइकल डवायर नूं बरी कहते, क्योंकि जिहड़ा सारा फैसला सी इह डायर ने ही लिता सीगा। फिर आने आपां उधम सिंह दी जिंदगी बारे, भारत दे जिहड़ा विदेशां दे विच जिंदगी बारे, उस तो बाद अगे तोड़दे गल कि इह जदों उधम सिंह सीगा जून 1919 दे विच भारत आए, ते इह अमृतसर दे विच इधर उधर तुरते फिरते रहे। 11,000 रुपए के इन्होंने अपना मकान बेचा, तो फिर कहा जाता है कि 1921 के वापस जोड़े है दोबारा इंग्लैंड डोवर आए, 2-3 महीने उत्थे रह के मैक्सीको राही जोड़े ये अपने अमरीका चले गए। इतने अमरीका के उन्होंने डेट्रोइट के फोर्ड कंपनी च काम किया, 6 महीने टूल मेकर का काम किया, फिर ये छड़ के कैलिफोर्निया चले गए, तो कैलिफोर्निया तो बाद 2-3 साल 2-3 गराजा काम किया, फिर इन्होंने फुल तोड़न की नौकरी भी उत्थे की, वो फिर पूर्वी जिहड़े न्यूयॉर्क चले गए, उत्थे 5 साल रहे। US शिपिंग लाइन के कई जहाज़ों पैरटोरिकन के तौर पर उन्होंने काम किया। इन्होंने उत्थे जिहड़ा हैगा अपने अपना जिहड़ा सीगा नाम बदल के फ्रैंक ब्राजील दा जिहड़ा हैगा सीमैन दा उत्थे सर्टिफिकेट भी उन्होंने उत्थों इशू करवा रखा सीगा। न्यूयॉर्क तो फिर ये यूरोप का दौरा किए, फ्रांस गए, बेल्जियम गए, जर्मनी गए, लुथानिया गए, फिर ये वापसी वेले हंगरी, पोलैंड, स्विट्जरलैंड, इटली, फ्रांस राही वापस फिर ये अमरीका गए। अमरीका फिर इन्होंने जो कुछ महीने US जो है जहाज़ नौकरी की, SS जलपा च तरखान की इन्होंने नौकरी वगैरह करते रहे। तो उस तो बाद इन्हों आंदा जिक्र डॉक्यूमेंट्स कि 27 जुलाई 1927 ये फिर भारत में वापस आ गए। उस तो बाद जो 30 अगस्त 1927 के करीब यह अमृतसर के हाल बाज़ार के खुफिया पुलिस की जानकारी के उत्ते इन्हों अरैसट कर लिया गया, जो फड़े गए थे इन्हों को पिस्तौल तो कारतूस फड़े गए थे, तो इन्ह की निशानदेही तो एक कारखाने के एक संदूक मिलेगा, वो भी पिस्तौल से कुछ कारतूस से कुछ गदर पार्टी का जोड़ा साहित वो इन्हों को मिलेगा, तो एक जोड़ा सर्टिफिकेट इन्होंने बनाया सीमैन वाला फ्रैंक ब्राजील का नाँ का वह बरामद होया। तो इन्होंने पुलिस को बयान दिता कि मैं ये रिवालवर जी है देश द्रोहियों यमराज के घर भेजन लिए लिया, मैं जदों तक जीता हाँ इंसाफ के बैरियाँ अंग्रेजों मारन का पूरा यतन करांगा।
ਇਹਨਾਂ ਨੂੰ 1 ਅਪ੍ਰੈਲ 1927 ਨੂੰ 5 ਸਾਲ ਦੀ ਜਿਹੜੀ ਹੈਗੀ ਹੈ ਬਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਹਨਾਂ ਨੇ ਹਾਈਕੋਰਟ 'ਚ ਅਪੀਲ ਵੀ ਕੀਤੀ ਸੀ, ਅਪੀਲ ਖਾਰਜ ਹੋ ਗਈ ਅਤੇ ਇਹਨਾਂ ਨੂੰ ਫਿਰ ਉਸ ਵੇਲੇ ਮੁਲਤਾਨ ਦੀ ਜੇਲ੍ਹ ਦੇ ਵਿੱਚ ਉਸ ਵੇਲੇ ਭੇਜ ਦਿੱਤਾ ਗਿਆ ਸੀਗਾ। ਅਤੇ ਕੁਛ ਉਹਨਾਂ ਦਾ ਵੀ ਕਹਿਣਾ ਹੈ, ਕੁਛ ਇਤਿਹਾਸਕਾਰਾਂ ਦਾ ਕਹਿਣਾ ਕਿ ਬਾਅਦ ਦੇ ਵਿੱਚ ਇਹ ਪਿਸ਼ਾਵਰ, ਰਾਵਲਪਿੰਡੀ, ਲਾਹੌਰ ਅਤੇ ਮੀਆਂਵਾਲੀ ਦੀ ਜੇਲ੍ਹ ਵਿੱਚ ਵੀ ਇਹ ਰਹੇ। ਇੱਥੇ ਵੀ ਇਹਨਾਂ ਨੇ ਆਪ ਲਿਖਿਆ ਸੀ ਕਿ ਮੇਰੇ 3 ਵਾਰ ਕੋੜੇ ਮਾਰੇ ਗਏ ਅਤੇ ਇਹਨਾਂ ਨੂੰ ਕਰੀਬ ਕੁੱਲ ਮਿਲਾ ਕੇ ਜਿਹੜਾ ਹੈਗਾ 23 ਅਕਤੂਬਰ 1931 ਨੂੰ ਜਿਹੜਾ ਹੈਗਾ ਜੇਲ੍ਹ ਦੇ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਹ ਫਿਰ ਕੁਛ ਦੇਰ ਸੁਨਾਮ ਰਹੇ, ਆਪਣੇ ਰਿਸ਼ਤੇਦਾਰਾਂ ਨੂੰ ਮਿਲੇ, ਭਵਾਨੀਗੜ੍ਹ ਇਹਨਾਂ ਦੇ ਦੋਸਤ ਸੀ ਉਹਨਾਂ ਕੋਲ ਗਏ, ਨੰਦ ਸਿੰਘ ਸੁਨਾਮ ਦੇ ਵਿੱਚ ਹਲਵਾਈ ਆ ਉਹਨਾਂ ਨੂੰ ਮਿਲੇ ਅਤੇ 1932 ਦੇ ਵਿੱਚ ਕਰੀਬ ਫਿਰ ਇਹ ਇੱਕ ਕਸ਼ਮੀਰ ਦੇ ਵਿੱਚ ਸਾਧੂ ਦੇ ਭੇਸ ਦੇ ਵਿੱਚ ਗਏ ਅਤੇ ਸਵਰਨ ਸਿੰਘ ਜਿਹੜੇ ਉੱਥੇ ਸੀ ਉਹਨਾਂ ਕੋਲ 2-2 ਹਫ਼ਤੇ ਰਹੇ ਇਹ। ਅਤੇ ਸਵਰਨ ਸਿੰਘ ਨੇ ਦੱਸਿਆ ਸੀ ਕਿ ਇਹਨਾਂ ਨੇ ਕਿਹਾ ਸੀ ਕਿ ਅਮਰੀਕਾ ਵਿੱਚ ਮੈਂ ਮਤਲਬ ਜਿਹੜਾ ਗਦਰ ਪਾਰਟੀ 'ਚ ਕੰਮ ਕਰਦਾ ਮੈਂ। ਸਵਰਨ ਸਿੰਘ ਅਤੇ ਇੰਦਰ ਸਿੰਘ ਮੁਤਾਬਕ ਉਹਨਾਂ ਨੇ ਕਿਹਾ ਵੀ ਇਨਕਲਾਬੀ ਜਿਹੜੀ ਸ਼ਾਇਰੀ ਦੇ ਬੜੇ ਸ਼ੌਕੀਨ ਸੀਗੇ, ਇਹ ਲਾਈਨਾਂ ਅਕਸਰ ਮਤਲਬ ਕਿ ਜਿਹੜੇ ਗੁਣਗੁਣਾਉਂਦੇ ਸੀ, ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ਵੇ ਕਾਤਲ ਮੇਂ ਹੈ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਇਹ ਜਿਹੜੀ ਸਜ਼ਾ ਭੁਗਤਣ ਤੋਂ ਬਾਅਦ ਇਹ ਜਿਹੜੇ ਪੁਲਿਸ ਰਿਕਾਰਡ ਦੇ ਵਿੱਚ ਆ ਗਏ ਸੀਗੇ, ਕਿਉਂਕਿ ਇਹਨਾਂ ਦਾ ਨਾਂ ਉਦੇ ਸਿੰਘ, ਸ਼ੇਰ ਸਿੰਘ, ਫਰੈਂਕ ਬ੍ਰਾਜ਼ਿਲ ਵਗੈਰਾ ਜਿਹੜਾ ਹੈਗਾ ਪੁਲਿਸ ਰਿਕਾਰਡ 'ਚ ਆ ਗਿਆ ਸੀ, ਇਹ ਵੀ ਆ ਗਿਆ ਸੀ ਕਿ ਇਹ ਗਦਰ ਪਾਰਟੀ ਤੋਂ ਪ੍ਰਭਾਵਿਤ ਹੈ। ਤਾਂ ਫਿਰ ਬ੍ਰਿਟਿਸ਼ ਸਰਕਾਰ ਨੇ ਇਹਨਾਂ ਨੂੰ ਜਿਹੜਾ ਪਾਸਪੋਰਟ ਨਵਾਂ ਜਾਰੀ ਕਰਨ ਤੋਂ ਮਨਾ ਕਰਤਾ ਸੀਗਾ। ਤਾਂ ਫਿਰ ਇਹਨਾਂ ਨੇ ਆਪਣੀ ਜਿਹੜੀ ਪੁਰਾਣੀ ਪਹਿਚਾਣ ਨੂੰ ਛੁਪਾ ਕੇ ਊਧਮ ਸਿੰਘ ਦੇ ਨਾਂ 'ਤੇ ਪਹਿਲੀ ਵਾਰ ਜਿਹੜਾ ਪਾਸਪੋਰਟ ਸੀਗਾ 20 ਮਾਰਚ 1933 ਨੂੰ ਲਾਹੌਰ ਤੋਂ ਜਾਰੀ ਕਰਵਾਇਆ ਸੀ, ਉਹਦੇ ਵਿੱਚ ਇਹਨਾਂ ਨੇ ਜਿਹੜਾ ਆਪਣਾ ਕੀਤਾ ਸੀਗਾ ਉਹ ਵਪਾਰ ਦੱਸਿਆ ਸੀਗਾ। ਅਤੇ ਸਾਲ 1934 ਦੇ ਵਿੱਚ ਫਿਰ ਇਹ ਇੰਗਲੈਂਡ ਚਲੇ ਗਏ ਸੀਗੇ। ਇੰਗਲੈਂਡ ਦੇ ਵਿੱਚ ਇਹ ਫੇਰੀ ਜਿਹੜੇ ਹੈਗੇ ਕੱਪੜੇ ਵੇਚਣ ਦਾ, ਫੇਰੀ ਦੇ ਵਾਲੇ ਦਾ ਕੰਮ ਕਰਦੇ ਰਹੇ ਹੈ। ਅਤੇ ਉਸ ਤੋਂ ਬਾਅਦ ਇਹ ਜ਼ਿਕਰ ਆਉਂਦਾ ਡਾਕੂਮੈਂਟ 'ਚ ਕਿ ਇਹ 16 ਮਈ 1936 ਨੂੰ ਬਰਲਿਨ ਗਏ ਅਤੇ ਉਹ ਫਿਰ 36 'ਚ ਇਹ ਰੂਸ ਗਏ, ਲੈਨਿਨਗ੍ਰਾਡ ਗਏ, ਮਾਸਕੋ ਗਏ, 42 ਦਿਨ ਉੱਥੇ ਰਹੇ, ਫਿਰ ਪੋਲੈਂਡ, ਲੇਟਵੀਆ, ਆਸਟੋਨੀਆ 3 ਮਹੀਨੇ ਉੱਥੇ ਰਹੇ, ਫਿਰ ਲੈਨਿਨਗ੍ਰਾਡ ਤੋਂ ਸਮੁੰਦਰ ਰਾਹੀਂ ਵਾਪਸ ਆ ਗਏ। ਅਤੇ ਇਹ ਵੀ ਕਿਹਾ ਜਾਂਦਾ ਕਿ ਇਹਨਾਂ ਨੇ ਉੱਥੇ ਮਤਲਬ ਇੰਗਲੈਂਡ ਦੇ ਵਿੱਚ ਆ ਕੇ ਵਾਪਸ ਇੱਥੇ 2 ਫਿਲਮਾਂ ਦੇ ਵਿੱਚ ਸਹਾਇਕ ਦਾ ਰੋਲ ਵੀ ਕੀਤਾ। ਜਿਹੜੀ ਫਿਲਮ ਸੀ ਸਾਬੂ ਦਾ ਐਲੀਫੈਂਟ ਬੋਏ ਤਾਂ ਦਾ 4 ਫੈਦਰਸ ਵਿੱਚ, ਦੋਨਾਂ ਦੇ ਵਿੱਚ ਇਹਨਾਂ ਨੇ ਬਹੁਤ ਮਾਮੂਲੀ ਜਿਹਾ ਜਿਹੜਾ ਹੈ ਉਹ ਰੋਲ ਕੀਤਾ। ਫਿਰ ਇਹ 1938 ਦੇ ਵਿੱਚ ਜਰਮਨ ਗਏ, ਫਿਰ ਬਰਲਿਨ ਦੇ ਕਲੋਨਜ਼ੀ 1 ਮਹੀਨਾ ਰਹੇ, ਕਲੋਨਜ਼ਨੀ ਦੇ ਵਿੱਚ। ਫਿਰ ਇਹ ਪੋਲੈਂਡ ਗਏ 10 ਦਿਨ ਰਹੇ, ਫਿਰ ਰੂਸ ਵਾਪਸ ਆ ਗਏ, ਲੇਟਵੀਆ ਗਏ, ਮਤਲਬ ਕਾਫੀ ਕੰਟਰੀ ਦੇ ਵਿੱਚ ਇਹ ਘੁੰਮਦੇ ਗਏ। 1938 ਦੇ ਵਿੱਚ ਫਿਰ ਇੰਗਲੈਂਡ ਵਾਪਸ ਆ ਗਏ। ਅਤੇ 1938 ਦੇ ਵਿੱਚ ਹੀ ਪੁਲਿਸ ਵੱਲੋਂ ਇਹਨਾਂ ਨੂੰ ਊਧਮ ਸਿੰਘ ਅਤੇ ਮੂਲ ਚੰਦ ਨੂੰ ਮਤਲਬ ਇਹਨਾਂ ਦੇ ਮੁਕੱਦਮਾ ਦਰਜ ਕੀਤਾ ਕਿ ਇਹਨਾਂ ਨੇ ਕੋਈ ਸ਼ਾਇਦ ਜਿਹੜਾ ਫੈਜ਼ਲ ਸ਼ਾਹ ਹੈਗਾ ਇਹ ਤੋਂ ਜ਼ਬਰਦਸਤੀ ਪੈਸੇ ਮੰਗੇ ਹੈਗੇ। ਇਹਨਾਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ, ਇਹਨਾਂ ਦੇ ਮੁਕੱਦਮਾ ਚੱਲਾ, ਮੁਕੱਦਮਾ 'ਚ ਇਹ ਬਰੀ ਵੀ ਹੋ ਗਏ। ਬਾਅਦ 'ਚ ਇਹਨਾਂ ਨੇ ਰੋਸ ਵੀ ਜ਼ਾਹਰ ਕੀਤਾ ਸੀ ਕਿ ਮੇਰਾ 200 ਪਾਉਂਡ ਖਰਚ ਹੋ ਗਿਆ, ਮੈਨੂੰ ਗਲਤ ਜਿਹੜਾ ਮੁਕੱਦਮੇ 'ਚ ਫਸਾਇਆ ਗਿਆ ਸੀ, ਵੀ ਮੇਰਾ ਕੋਈ ਕਸੂਰ ਨਹੀਂ ਸੀਗਾ। ਉਸ ਤੋਂ ਬਾਅਦ ਫਿਰ ਇਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਇਹ ਮੈਸਜ ਬਿੰਪੀ ਦੀ ਜਿਹੜੀ ਦੁਕਾਨ ਹੈਗੀ ਆ ਉੱਥੇ ਉੱਤੇ 5 ਮਹੀਨੇ ਜਿਹੜੇ ਹੈਗੇ ਕੰਪਨੀ, ਯਾਨੀ ਕਿ ਉੱਥੇ ਇਹ ਤਰਖਾਨ ਦੇ ਤੌਰ 'ਤੇ ਇਹਨਾਂ ਨੇ ਉੱਥੇ ਕੰਮ ਕਰਦੇ ਰਹੇ। ਇਹ ਮਤਲਬ ਇਹਨਾਂ ਬਾਰੇ ਇਹ ਜ਼ਿਕਰ ਆਉਂਦਾ ਕਿ ਇੰਗਲੈਂਡ ਦੇ ਵਿੱਚ ਵੀ ਇਹ ਲਗਾਤਾਰ ਇੱਕ ਥਾਂ ਟਿਕ ਕੇ ਨਹੀਂ ਬੈਠੇ, ਥਾਂ ਤਾਂ ਇਹਨਾਂ ਨੇ ਆਪਣੇ ਨਾਮ ਬਦਲਦੇ ਰਹੇ, ਥਾਂ ਤਾਂ ਆਪਣਾ ਪਹਿਰਾਵਾ ਵੀ ਕਿਹਾ ਜਾਂਦਾ ਕਿ ਇਹ ਆਪਣਾ ਲਗਾਤਾਰ ਪਹਿਰਾਵਾ ਵੀ ਬਦਲਦੇ ਰਹੇ ਅਤੇ ਜਗ੍ਹਾ ਵੀ ਬਦਲਦੇ ਰਹੇ। ਬਸ ਸਾਰੇ ਇਹ ਲਗਾਤਾਰ ਹੀ ਮਤਲਬ ਕਿ ਕਦੇ ਕਿਤੇ ਦੇਖੇ ਜਾਂਦੇ ਰਹੇ ਸੀ, ਕਦੇ ਕਿਤੇ ਦੇਖੇ ਜਾਂਦੇ ਰਹੇ ਸੀਗੇ। ਫਿਰ ਇਹਨਾਂ ਨੇ 11 ਸਤੰਬਰ 1929 ਨੂੰ ਮਤਲਬ 1939 ਨੂੰ ਇਹ ਮਤਲਬ ਕਿ ਇਹਨਾਂ ਦਾ ਜ਼ਿਕਰ ਆਉਂਦਾ ਕਿ ਪਰਕਿੰਸ ਐਂਡ ਕੰਪਨੀ ਦੇ ਵਿੱਚ ਵੀ ਇਹਨਾਂ ਨੇ ਕੁਛ 2 ਮਹੀਨੇ ਤਰਖਾਣ ਦੇ ਤੌਰ 'ਤੇ ਕੰਮ ਕੀਤਾ। ਅਤੇ ਇਹਨਾਂ ਨੂੰ ਲੋਕ ਬਾਵਾ ਦੇ ਨਾਮ 'ਤੇ ਵੀ ਉੱਥੇ ਜਾਣਦੇ ਸੀਗੇ। ਜਿਹੜੇ ਸ਼ਿਵ ਸਿੰਘ ਜੋਲ ਸੀਗੇ ਇਹਨਾਂ ਦੇ ਕਾਫੀ ਅੱਛੇ ਜਿਹੜੇ ਮਿੱਤਰ ਸੀਗੇ। ਇਹ ਵੀ ਕਿਹਾ ਜਾਂਦਾ ਕਿ ਇੰਗਲੈਂਡ ਦੇ ਵਿੱਚ ਅਕਸਰ ਇਹਨਾਂ ਨੂੰ ਮੋਟਰਸਾਈਕਲ 'ਤੇ ਦੇਖਿਆ ਜਾਂਦਾ ਸੀਗਾ ਅਤੇ ਇਹ ਅੰਗਰੇਜ਼ੀ ਪਹਿਰਾਵੇ ਦੇ ਵਿੱਚ ਹੁੰਦੇ ਸੀਗੇ। 12 ਮਾਰਚ 1940 ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਇਹ ਭਾਰਤੀ ਦਫ਼ਤਰ ਦੇ ਵਿੱਚ ਜਦੋਂ ਗਏ ਸੀ ਉੱਥੇ ਇਹਨਾਂ ਨੂੰ ਜਿਹੜਾ ਕੈਕਸਟਨ ਹਾਲ ਦੀ ਜਿਹੜੀ ਮੀਟਿੰਗ ਹੈਗੀ ਹੈ ਉਹਦਾ ਇਹਨਾਂ ਨੂੰ ਪਤਾ ਲੱਗਿਆ ਸੀ ਕਿ ਕੈਕਸਟਨ ਹਾਲ ਦੇ ਵਿੱਚ ਕੋਈ ਮੀਟਿੰਗ ਹੋਣ ਜਾ ਰਹੀ ਹੈ। ਹੁਣ ਮੈਂ ਤੁਹਾਨੂੰ ਕੈਕਸਟਨ ਹਾਲ ਦੀ ਘਟਨਾ ਬਾਰੇ ਗੱਲ ਦੱਸਾਂਗਾ ਕਿ ਕੈਕਸਟਨ ਹਾਲ ਦੀ ਘਟਨਾ ਬਾਰੇ ਬਹੁਤ ਕੁਛ ਪ੍ਰਚਲਿਤ ਹੈ, ਪਰ ਜਦੋਂ ਹੁਣ ਡਾਕੂਮੈਂਟ ਆ ਗਏ ਇਹਦੇ ਵਿੱਚ ਤਾਂ 1-1 ਸਕਿੰਟ ਦੀ ਘਟਨਾ ਦਾ ਉੱਥੇ ਜ਼ਿਕਰ ਹੈ। ਅਸਲ ਦੇ ਵਿੱਚ ਕੀ ਸੀਗਾ ਕਿ 13 ਮਾਰਚ 1940 ਨੂੰ 3 ਵਜੇ ਈਸਟ ਇੰਡੀਆ ਐਸੋਸੀਏਸ਼ਨ ਅਤੇ ਰੋਇਲ ਸੈਂਟਰ ਏਸ਼ੀਆ ਸੁਸਾਇਟੀ ਵਾਲਿਆਂ ਦੀ ਇੱਕ ਸਮੂਹਿਕ ਉੱਥੇ ਮੀਟਿੰਗ ਸੀਗੀ, ਜਿਨ੍ਹਾਂ ਦੇ ਵਿੱਚ ਟੌਪਿਕ ਸੀਗਾ ਉਸ ਵੇਲੇ ਜਿਹੜਾ ਸੀਗਾ ਅਫਗਾਨਿਸਤਾਨ ਦਾ ਪ੍ਰੈਜੈਂਟ ਪੋਜੀਸ਼ਨ, ਇਹਦੇ ਉੱਤੇ ਕੁਛ ਲੋਕਾਂ ਨੇ ਬੋਲਣਾ ਸੀਗਾ। 130 ਦੀ ਉੱਥੇ ਅਕੋਮੋਡੇਸ਼ਨ ਸੀ, ਲੇਕਿਨ ਉਸ ਦਿਨ ਕਾਫੀ ਘੱਟ ਸੀ, 130-150 ਦੇ ਕਰੀਬ ਲੋਕ ਜਿਹੜੇ ਉੱਥੇ ਪਹੁੰਚੇ ਹੋਏ ਸੀਗੇ। ਉਸ ਦਿਨ ਮਾਈਕਲ ਡਵਾਇਰ ਜਿਹੜੇ ਸੀਗੇ ਇਹ ਇਸ ਟੌਪਿਕ 'ਤੇ ਬੋਲੇ ਸੀ, ਉਹਦਾ ਟੌਪਿਕ ਸੀਗਾ ਅਫਗਾਨ
ਰਾਈਜ਼ਿੰਗ ਐਂਡ ਦਾ ਰਾਇਟਸ ਇਨ ਦਾ ਪੰਜਾਬ ਆਫਟਰ ਦਾ ਗ੍ਰੇਟ ਵਾਰ। ਅਤੇ ਊਧਮ ਸਿੰਘ ਦੇ ਉਸ ਵੇਲੇ ਊਧਮ ਸਿੰਘ ਦੇ ਬਲੂ ਰੰਗ ਦਾ 3-piece ਸੂਟ ਪਾਇਆ ਹੋਇਆ ਸੀਗਾ ਅਤੇ ਇਹਨਾਂ ਦੇ ਇੱਕ ਭੂਰੇ ਰੰਗ ਦੀ ਜਿਹੜੀ ਸੀ ਇਹ ਟੋਪੀ ਲਿੱਤੀ ਸੀ। ਇਹ ਹੌਲੀ ਹੌਲੀ ਸੱਜੇ ਪਾਸੇ ਤੋਂ ਮਤਲਬ ਖੜ੍ਹੇ ਸੀ ਸੀਟ ਇਹਨਾਂ ਨੂੰ ਮਿਲੀ ਨਹੀਂ ਸੀ, ਸਟੇਜ ਦੇ ਪਹਿਲੇ ਪਾਸੇ ਨੂੰ ਸੱਜੇ ਪਾਸੇ ਤੋਂ ਹੌਲੀ ਹੌਲੀ ਕਰਕੇ ਇਹ ਪ੍ਰੋਗਰਾਮ ਦੌਰਾਨ ਅੱਗੇ ਵੱਧਦੇ ਗਏ। ਜਦੋਂ ਪ੍ਰੋਗਰਾਮ 4:30 ਖਤਮ ਹੋ ਗਿਆ, ਮਾਈਕਲ ਐਡਵਾਇਰ, ਲਾਰਡ ਲੈਮਟਨ ਅਤੇ ਲੂਇਸ ਡੇਨ ਇੱਕ ਗਰੁੱਪ 'ਚ ਖੜ੍ਹੇ ਸੀ। ਜੈਟਲੈਂਡ ਜਿਹੜੇ ਸੀਗੇ ਇਹ ਪਲੇਟਫਾਰਮ ਤੋਂ ਉੱਤਰ ਰਹੇ ਸੀਗੇ, ਸਾਰੇ ਜਿਹੜੇ ਨੀਚੇ ਸੀਗੇ ਇਹਨਾਂ ਦਾ ਇੰਤਜ਼ਾਰ ਕਰ ਰਹੇ ਸੀ। ਤਾਂ ਉਸੇ ਵੇਲੇ ਊਧਮ ਸਿੰਘ ਨੇ ਆਪਣੀ ਪਿਸਤੌਲ ਤੋਂ 4 ਅੰਗਰੇਜ਼ ਅਫਸਰਾਂ 'ਤੇ 6 ਗੋਲੀਆਂ ਮਾਰੀਆਂ। ਡੇਲੀ ਮਿਰਰ ਜਿਹੜੀ ਅਖਬਾਰ ਜਿਹੜੀ ਹੈਗੀ ਹੈ 14 March 1940 ਦੀ ਰਿਪੋਰਟ ਮੁਤਾਬਕ ਊਧਮ ਸਿੰਘ ਨੇ ਪਹਿਲੀਆਂ 2 ਗੋਲੀਆਂ ਮਾਰਕਸ ਆਫ ਜੈਟਲੈਂਡ 'ਤੇ ਮਾਰੀਆਂ, ਬਾਅਦ ਦੇ ਵਿੱਚ ਮਾਈਕਲ ਐਡਵਾਇਰ 'ਤੇ 2 ਗੋਲੀਆਂ, ਲਾਰਡ ਲੈਮਟਨ ਅਤੇ ਲੂਇਸ ਡੇਨ 'ਤੇ 1-1 ਗੋਲੀ ਮਾਰੀ। ਅਤੇ ਊਧਮ ਸਿੰਘ ਨੂੰ ਇਹਨਾਂ ਨੂੰ ਮੌਕੇ 'ਤੇ ਫੜ ਲਿਆ। ਇਹਨਾਂ ਨੇ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ ਸੀਗਾ। ਅਤੇ ਉਦੋਂ ਇਹਨਾਂ ਨੇ ਜਦੋਂ ਇਹਨਾਂ ਨੂੰ ਫੜ ਲਿਆ ਸੀਗਾ ਤਾਂ ਇਹਨਾਂ ਨੇ ਪੁਲਿਸ ਵਾਲੇ ਨੂੰ ਪੁੱਛਿਆ ਕਿ ਜੈਟਲੈਂਡ ਮਰ ਗਿਆ, ਫਿਰ ਆਪਣੇ ਆਪ ਹੀ ਕਿਹਾ ਇਹ ਵੀ ਮਰਨਾ ਚਾਹੀਦਾ। ਫਿਰ ਕਹਿੰਦੇ ਸਿਰਫ ਇੱਕ ਉਹ ਪਿਆ, ਉਂਗਲੀ ਵਾਲ ਇਸ਼ਾਰਾ ਕਰਕੇ, ਮੈਂ ਕਈਆਂ ਨੂੰ ਮਾਰ ਦਿੱਤਾ ਹੋਵੇਗਾ, ਮੇਰਾ ਯਕੀਨ ਸੀ, ਪਰ ਮੈਂ ਕਾਫੀ ਸੁਸਤ ਰਿਹਾ ਕਿਉਂਕਿ ਰਸਤੇ ਵਿੱਚ ਕਾਫੀ ਔਰਤਾਂ ਸਨ। ਇਹਨਾਂ ਨੂੰ ਜਦੋਂ ਇਹ ਮੌਕੇ 'ਤੇ ਫੜੇ ਗਏ ਸੀ, ਇਹਨਾਂ ਕੋਲ ਕੁਛ ਹੋਰ ਕਈ ਸਮਾਨ ਮਿਲਿਆ ਸੀ, ਇੱਕ ਡੈਰੀ ਵੀ ਜਿਹੜੀ ਸਾਲ 1940 ਦੀ ਮਿਲੀ ਸੀ, ਉਹਦੇ 21 ਅਤੇ 27 ਅਪ੍ਰੈਲ ਦੇ ਪੰਨੇ 'ਤੇ ਜਿਹੜੇ ਲਿਖੇ ਹੋਏ ਲਫ਼ਜ਼ ਸਨ, ਮੈਂ ਦੁਨੀਆ ਦੇਖ ਲਈ ਹੈ, ਇੱਕੋ ਹੀ ਖਾਹਿਸ਼ ਰਹਿ ਗਈ ਹੈ ਕਿ ਮੈਂ ਭਾਰਤ ਨੂੰ ਆਜ਼ਾਦ ਦੇਖਣਾ ਚਾਹੁੰਦਾ ਹਾਂ। 8:50 'ਤੇ ਇਹਨਾਂ ਨੂੰ ਫਿਰ ਕੈਨਨ ਰੋ ਪੁਲਿਸ ਸਟੇਸ਼ਨ ਲੈ ਕੇ ਗਏ, ਇਹਨਾਂ ਦਾ ਬਿਆਨ ਲਿੱਤਾ। ਬਿਆਨ ਦੇ ਵੀ ਜਿਹੜੇ ਦਸਖਤ ਇਹਨਾਂ ਨੇ ਮੁਹੰਮਦ ਸਿੰਘ ਆਜ਼ਾਦ ਦੇ ਨਾਂ 'ਤੇ ਕੀਤੇ। ਇੱਥੇ ਸਾਡੀ ਕਵਿਤਾਵਾਂ ਦੇ ਵਿੱਚ, ਜਿਹੜਾ ਨਾਟਕਾਂ ਦੇ ਵਿੱਚ, ਗੀਤਾਂ ਦੇ ਵਿੱਚ ਇਹ ਜ਼ਿਕਰ ਆਉਂਦਾ ਕਿ ਊਧਮ ਸਿੰਘ ਨੇ ਜਿਹੜਾ ਸੀਗੀਆਂ ਇਹ ਮਤਲਬ ਕਿ ਮਾਈਕਲ ਐਡਵਾਇਰ ਦੀ ਛਾਤੀ ਦੇ ਵਿੱਚ ਗੋਲੀਆਂ ਮਾਰੀਆਂ, ਅਤੇ ਫਿਰ ਗੀਤ ਗਾਇਆ ਫੜ ਲਓ ਲੰਦਨ ਵਾਸੀਆਂ ਨੂੰ ਫੜਾ ਪਕਾਰਾ। ਅਤੇ ਦੂਜਾ ਇਹ ਵੀ ਸੀਗਾ, ਆਪ ਦਿਖਾਇਆ ਜਾਂਦਾ ਕਿ ਜਿਹੜੇ ਪਿਸਤੌਲ ਸੀਗੇ ਇਹ ਕਿਤਾਬ ਦੇ ਵਿੱਚ ਲੈ ਕੇ ਗਏ। ਐਕਚੁਲੀ ਇਹ ਸਾਰਾ ਕੁਛ ਪ੍ਰਚਲਿਤ ਹੈ, ਅਸਲ ਫੈਕਟ ਕੀ ਹੈ, ਇਹ ਜਿਹੜੇ ਪਿਸਤੌਲ ਸੀ 3-piece ਸੂਟ 'ਚ ਲੈ ਕੇ ਗਏ ਸੀ, ਮਾਈਕਲ ਐਡਵਾਇਰ ਦੇ ਵੀ ਜਿਹੜੀਆਂ ਉਹਨਾਂ ਦੇ ਗੋਲੀਆਂ ਮਾਰੀਆਂ ਸੀਗੀਆਂ ਉਹ ਬੱਕੀ ਦੇ ਵਿੱਚੋਂ ਪਿੱਛੋਂ ਕਹਿ ਸਕਦੇ ਹਾਂ 6 ਅਤੇ 8 ਇੰਚ ਦੂਰੀ ਤੋਂ ਮਾਰੀਆਂ ਸੀਗੀਆਂ। ਅਤੇ ਜਿਹੜਾ ਗੀਤ ਵਾਲੀ ਗੱਲ ਹੈ, ਇਹੋ ਜਿਹੀ ਕੋਈ ਗੀਤ ਨਹੀਂ ਗਾਇਆ, ਇਹ ਸਗੋਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ ਉੱਥੋਂ ਨਿਕਲਣ ਦੀ, ਉੱਥੋਂ ਵਰਥਾ ਹੀਰਿੰਗ ਨਾਂ ਦੀ ਔਰਤ ਨੇ ਇਹਨਾਂ ਨੂੰ ਰੋਕਿਆ ਸੀਗਾ, ਅਤੇ ਉਹ ਬਾਅਦ ਦੇ ਵਿੱਚ ਹੋਰ ਲੋਕਾਂ ਨੇ ਜਿਹੜਾ ਸੀਗਾ ਇਹਨਾਂ ਨੂੰ ਫੜ ਲਿਆ ਸੀਗਾ। ਅਸਲ ਦੇ ਵਿੱਚ ਕੀ ਸੀਗਾ, ਜਿਹੜਾ ਮਾਈਕਲ ਐਡਵਾਇਰ ਸੀਗਾ, ਮਾਈਕਲ ਐਡਵਾਇਰ ਜਿਹੜਾ ਹੈਗਾ ਇਹ ਪੰਜਾਬ ਦਾ ਜਿਹੜਾ ਲੈਫਟੀਨੈਂਟ May 1913 ਤੋਂ ਲੈ ਕੇ 26 May 1919 ਤੱਕ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ। ਇਹ ਬਹੁਤ ਹੀ ਬਰੂਟਲ ਅੰਗਰੇਜ਼ ਅਫਸਰ ਰਿਹਾ। ਇਹਨੇ ਸਾਰੀ ਗਦਰ ਲਹਿਰ ਨੂੰ, ਕਿਉਂਕਿ ਜਿਹੜੀ ਗਦਰ ਲਹਿਰ ਸੀਗੀ ਜਿਹਦੀ ਨੀਂਹ 1913 ਦੇ ਵਿੱਚ ਆਸਟੋਰੀਆ 'ਚ ਰੱਖੀ ਗਈ ਸੀ, ਉਹਨਾਂ ਨੇ 1914 ਦੇ ਵਿੱਚ ਅਗਸਤ ਦੇ ਵਿੱਚ ਕਰੀਬ ਸੱਦਾ ਦਿੱਤਾ ਸੀ ਕਿ ਮਤਲਬ ਭਾਰਤ ਜਾ ਕੇ ਅੰਗਰੇਜ਼ਾਂ ਨੂੰ ਕੱਢਣ ਵਾਸਤੇ, ਗਦਰ ਕਰਨ ਵਾਸਤੇ ਬਚਾਉਣ ਦਾ ਸੱਦਾ ਦਿੱਤਾ ਸੀਗਾ। ਉਹਦੇ ਵਿੱਚ ਹਜ਼ਾਰਾਂ ਹੀ ਗਦਰੀ ਜਿਹੜੇ ਸੀਗੇ ਕਈ ਮੁਲਕਾਂ ਦੇ ਵਿੱਚੋਂ ਆਪਣਾ ਜਾਇਦਾਦ ਵਗੈਰਾ ਛੱਡ ਕੇ ਭਾਰਤ ਦੇ ਵਿੱਚ ਗਦਰ ਕਰਨ ਵਾਸਤੇ ਆਏ ਸੀ। ਇਹ ਸਾਰੀ ਗਦਰ ਮੂਵਮੈਂਟ ਨੂੰ, ਜਿਨ੍ਹਾਂ ਦੇ ਵਿੱਚ ਕਰਤਾਰ ਸਿੰਘ ਸਰਾਭਾ ਹੋ ਗਿਆ, ਵਿਸ਼ਨੂੰ ਗਣੇਸ਼ ਪਿੰਗਲੇ, ਕਾਂਸ਼ੀ ਰਾਮ ਡੋਲੀ ਵਾਲੇ, ਬਹੁਤ ਲੰਬੀ ਲਿਸਟ ਹੈ, ਇਹਨਾਂ ਸਾਰਿਆਂ ਨੂੰ ਉਹਨਾਂ ਨੇ ਫਾਂਸੀ ਦੇਣ ਦੇ ਵਿੱਚ ਕਾਲੀ ਪਾਣੀ ਭੇਜਿਆ, ਬਹੁਤ ਨੂੰ ਬਹੁਤ ਦੀ ਜਾਇਦਾਦਾਂ ਜ਼ਬਤ ਕੀਤੀਆਂ, ਤਸੀਹੇ ਦਿੱਤੇ, ਸਧਾਰਨ ਜਾਂ ਬਿਨਾਂ ਕਾਰਨ ਨਜ਼ਰਬੰਦ ਕੀਤਾ, ਹਰੋ ਤਸੀਹੇ ਦਿੰਦੇ ਸੀ, ਮਾੜੇ ਬੋਲ ਬੋਲਦੇ ਸੀ, ਦਾੜੀਆਂ ਖਿੱਚਦੇ ਸੀ, ਔਰਤਾਂ ਦੇ ਮੂੰਹ 'ਤੇ ਥੁੱਕਦੇ ਸੀਗੇ, ਮਤਲਬ ਵਕੀਲਾਂ ਦੀ, ਵਿਦਵਾਨਾਂ ਦੀ, ਸਭ ਦੀ ਉਹਨਾਂ ਨੇ ਮਤਲਬ ਬੇਇੱਜ਼ਤੀ ਕੀਤੀ। ਮਤਲਬ ਇਹ ਇਸ ਮਤਲਬ ਇਹ ਜਿਹੜਾ ਸੀਗਾ ਇਹ ਲਗਾਤਾਰ ਹੀ ਜਿਹੜੇ ਸੀਗੇ ਮਾਈਕਲ ਐਡਵਾਇਰ ਨੇ, ਯਾਨੀ ਕਿ ਇਹ ਕਹਿੰਦਾ ਸੀਗਾ ਕਿ ਵੀ ਇੱਥੇ ਡੈਮੋਕ੍ਰੇਸੀ ਦਾ ਕੋਈ ਸਵਾਲ ਨਹੀਂ, ਅਸੀਂ ਜਿਹੜੇ ਹੈਗਾ ਡੰਡੇ ਦੇ ਜ਼ੋਰ 'ਤੇ ਰਾਜ ਕਰਾਂਗੇ। ਇਹਨੇ ਉਸ ਵੇਲੇ ਪੱਤਰਕਾਰਤਾ ਜਿਹੜੀ ਸੀਗੀ ਬਹੁਤ ਜਿਹੜੇ ਸੀਗੇ ਕੁਛ ਅਖਬਾਰ ਦੇ ਜਿਹੜੇ ਪੰਜਾਬ 'ਚ ਦਾਖਲੇ, ਜਿਵੇਂ ਸਦਾਕਤ ਹੋ ਗਿਆ, ਜ਼ਮਹੂਰ ਹੋ ਗਿਆ, ਨਿਕਾਸ ਹੋ ਗਿਆ, ਇਹਨਾਂ ਦੇ ਦਾਖਲੇ ਬੰਦ ਕਰ ਦਿੱਤੇ ਸੀਗੇ। ਅਤੇ ਇਹ ਸਗੋਂ ਮਾਈਕਲ ਐਡਵਾਇਰ ਕਹਿੰਦਾ ਹੁੰਦਾ ਸੀ ਕਿ ਮੈਂ ਗਦਰ ਦਾ ਝੰਡਾ ਬਾਹਰ ਟਰਾਫੀ ਵੱਲੋਂ ਸੇਵਾ ਮੁਕਤੀ ਤੋਂ ਬਾਅਦ ਮਤਲਬ ਕਿ ਇੰਗਲੈਂਡ ਲੈ ਕੇ ਗਿਆ ਸੀਗਾ। ਜਿਹੜੇ ਦੂਜੇ ਸੀਗੇ ਹੋਰ ਜਿਹੜੇ ਜ਼ਖਮੀ ਹੋ ਗਏ ਸੀ, ਮਾਰਕਸ ਆਫ ਜੈਟਲੈਂਡ ਸੀਗੇ, ਸੈਕਟਰੀ ਟੂ ਸਟੇਟ ਸੀ, ਇਹ ਵੀ ਭਾਰਤ 'ਚ ਗਵਰਨਰ ਰਹੇ ਸੀਗੇ। ਅਤੇ ਜਿਹੜੇ ਲੂਇਸ ਡੇਨ ਸੀਗੇ ਇਹ ਵੀ ਇਹ ਸਗੋਂ ਪੰਜਾਬ 'ਚ ਹੀ ਗਵਰਨਰ ਰਹੇ ਸੀ, ਮਾਈਕਲ ਐਡਵਾਇਰ ਤੋਂ ਪਹਿਲਾਂ 1908 ਤੋਂ ਲੈ ਕੇ ਉਸ ਤੋਂ ਬਾਅਦ ਤੱਕ ਇਹ ਪੰਜਾਬ ਦੇ ਗਵਰਨਰ ਰਹੇ ਸੀ। ਲਾਰਡ ਲੈਮਟਨ ਵੀ ਜਿਹੜੇ ਸੀਗੇ ਇਹ ਜਿਹੜੇ ਸੀਗੇ ਇਹ ਵੀ ਮਤਲਬ ਭਾਰਤ ਦੇ ਵਿੱਚ ਗਵਰਨਰ ਸੀ, ਅਤੇ ਇਹ ਚਾਰੇ ਹੀ ਜਿਹੜੇ ਮਤਲਬ ਭਾਰਤ ਦੀ ਆਜ਼ਾਦੀ ਦੇ ਵਿਰੁੱਧ ਸੀਗੇ। ਅਸਲ ਦੇ ਵਿੱਚ ਮਤਲਬ ਕਿ ਊਧਮ ਸਿੰਘ ਤਾਂ ਚਾਰਾਂ ਨੂੰ ਮਾਰਨਾ ਚਾਹੁੰਦਾ ਸੀਗਾ, ਚਾਰੇ ਮਰੇ ਕਿਉਂ ਨਹੀਂ? ਇਹਦੇ ਵਿੱਚ ਇੱਕ ਗੱਲ ਬਾਅਦ ਦੇ ਵਿੱਚ ਜਿਹੜੀ ਸਾਹਮਣੇ ਆਈ ਗਿਆ, ਇਹ ਜਿਹੜੀ ਪਿਸਤੌਲ ਸੀਗੀ ਇਹ ਰੋਬਰਟ ਚਰਚਰ ਜਿਹੜਾ ਬੰਦੂਕ ਮਾਰ ਸੀਗਾ ਇਹਨੇ ਮਤਲਬ ਕੋਲ ਗਈ ਟੈਸਟ ਕਰਨ ਵਾਸਤੇ। ਮੈਂ ਇੱਕ ਹੋਰ ਇਤਿਹਾਸਿਕ ਮਤਲਬ ਕਿ ਨੁਕਤਾ ਦੱਸਣਾ ਚਾਹੁੰਦਾ ਕਿ ਭਗਤ ਸਿੰਘ ਦੀ ਵੀ ਜਿਹੜੀ ਪਿਸਤੌਲ ਸੀਗੀ ਟੈਸਟ ਵਾਸਤੇ ਰੋਬਰਟ ਚਰਚਰ ਕੋਲ ਹੀ ਗਈ ਸੀਗੀ। ਜਿਹੜਾ
ਇਸ ਜਦੋਂ ਇਹ ਟੈਸਟ ਕੀਤੀ ਗਈ ਉਹਦੇ ਵਿੱਚ ਇਹ ਪਤਾ ਲੱਗਿਆ ਵੀ ਜਿਹੜਾ ਇਹਦਾ ਰਿਵਾਲਵਰ ਦਾ ਜਿਹੜਾ ਸੁਰਾਖ ਹੈਗਾ ਉਹ ਵੱਡਾ ਸੀਗਾ ਤੇ ਗੋਲੀ ਜਿਹੜੀ ਸੀਗੀ ਉਹ ਛੋਟੀ ਸੀਗੀ ਜਿਸ ਕਰਕੇ ਉਹ ਉਸ ਫ੍ਰੀਕੁਐਂਸੀ ਨਾਲ ਨਹੀਂ ਲੱਗ ਪਾਈ ਜਿਹਦੇ ਕਰਕੇ ਕੀ ਸੀਗਾ ਕਿ ਉਹ ਇਹ ਬਚ ਗਏ ਦੇ ਜਿਹੜਾ ਮਾਈਕਲ ਐਡਵਾਇਰ ਸੀ ਇਹਦੇ ਬਿਲਕੁਲ ਨੇੜੇ ਤੋਂ ਗੋਲੀ ਲੱਗੀ ਸੀਗੀ ਇਹ ਜਿਹੜਾ ਸੀਗਾ ਮਾਈਕਲ ਐਡਵਾਇਰ ਸੀਗਾ ਜਿਹੜਾ ਹੈਗਾ ਇਹ ਮੌਕੇ ਤੇ ਉਸ ਵੇਲੇ ਇਹ ਮਾਰੇ ਗਏ ਸੀਗੇ ਉਸ ਤੋਂ ਬਾਅਦ ਜਿਹੜਾ ਸੀਗਾ ਇਹਨਾਂ ਦਾ ਮੁਕੱਦਮਾ ਚੱਲਿਆ 4 ਤੇ 5 ਜੂਨ ਨੂੰ ਮੁਕੱਦਮਾ ਚੱਲਿਆ ਮਤਲਬ ਕਿ ਇਹਦੇ ਵਿੱਚ ਜਿਹੜੇ ਜੱਜ ਸੀਗੇ ਐਟਕਿੰਸਨ ਸੀਗੇ ਜੂਰੀ ਦੇ 10 ਮੈਂਬਰ ਜਿਹਦੇ ਵਿੱਚ 2 ਔਰਤਾਂ ਸੀਗੀਆਂ 24 ਗਵਾਹ ਭੁਗਤਾਏ ਗਏ 5 ਜੂਨ ਨੂੰ ਮਤਲਬ ਜਿਹੜਾ ਸੀਗਾ ਊਧਮ ਸਿੰਘ ਦੇ ਹੋਰਾਂ ਦੀ ਇਹਨਾਂ ਦੀ ਵਾਰੀ ਆਈ ਇਹਨਾਂ ਦੇ ਵੀ ਬਿਆਨ ਹੋਏ ਕਾਫੀ ਸਵਾਲ ਜਵਾਬ ਇਹਨਾਂ ਤੋਂ ਪੁੱਛੇ ਅਤੇ ਜੂਰੀ ਨੇ ਜਦੋਂ ਇਹਨਾਂ ਨੂੰ ਮਤਲਬ ਕਿ ਇਹ ਡਿਕਲੇਅਰ ਕਰਤਾ ਕਿ ਤੁਹਾਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਤਾਂ ਊਧਮ ਸਿੰਘ ਨੇ ਮਤਲਬ ਕਿ ਇਹ ਗੱਲ ਕਹੀ ਕਿ ਵੀ ਹਾਂ ਮੈਂ ਕੁਛ ਕਹਿਣਾ ਚਾਹੁੰਦਾ ਉਹ ਫਿਰ ਆਪਣੇ ਜਿਹੜੇ 8 ਪੇਜ ਗੁਰਮੁਖੀ ਉਰਦੂ ਅਤੇ ਅੰਗਰੇਜ਼ੀ ਵਿੱਚ ਲਿਖ ਕੇ ਗਏ ਸੀ ਉਹਨਾਂ ਨੇ ਜੇਬ 'ਚੋਂ ਕੱਢ ਕੇ ਆਪਣਾ ਜਿਹੜਾ ਹੈਗਾ ਪੜ੍ਹਨੇ ਸ਼ੁਰੂ ਕੀਤੇ ਉਹਨਾਂ ਦੀ ਜਿਹੜੀ ਮਤਲਬ ਕਿ ਸ਼ੁਰੂਆਤ ਕੀਤੀ ਬ੍ਰਿਟਿਸ਼ ਸਾਮਰਾਜ ਮੁਰਦਾਬਾਦ ਇੰਗਲੈਂਡ ਮੁਰਦਾਬਾਦ ਅੰਗਰੇਜ਼ ਲੋਕਤੰਤਰ ਮੁਰਦਾਬਾਦ 8 ਪੇਜਾਂ ਦੇ ਵਿੱਚ ਮੈਂ ਕੁਛ ਗੱਲਾਂ ਤੁਹਾਨੂੰ ਦੱਸ ਦਾਂਗਾ ਜਿਹੜੀਆਂ ਮੁੱਖ ਮੁੱਖ ਗੱਲਾਂ ਉਹਨਾਂ ਨੇ ਕਹੀਆਂ ਉਹਨਾਂ ਨੇ ਜ਼ੁਲਮਾਂ ਬਾਰੇ ਇਹ ਗੱਲ ਕਹੀ ਸੀਗੀ ਉਹਦੇ ਵਿੱਚ ਲਿਖੇ ਹੋਏ ਜਿਹੜੀ ਬੋਲੇ ਵੀ ਸੀਗੇ ਕੁਛ ਲਿਖਿਆ ਜਿਹੜਾ ਸੀਗਾ ਸੜਕਾਂ 'ਤੇ ਤੁਹਾਡੀਆਂ ਮਸ਼ੀਨ ਗੰਨਾਂ ਹਜ਼ਾਰਾਂ ਹੀ ਗਰੀਬ ਔਰਤਾਂ ਦੇ ਬੱਚਿਆਂ ਦੇ ਬਹਿਸ਼ਾਨਾ ਕਤਲ ਕਰ ਰਹੀਆਂ ਨੇ ਭਾਰਤ ਨੇ ਕਦੇ ਵੀ ਅੰਗਰੇਜ਼ਾਂ ਦਾ ਦਿਆਲੂਪਣਾ ਨਹੀਂ ਦੇਖਿਆ ਸਿਰਫ ਗੁਲਾਮ ਕਰਨ ਵਾਲਾ ਅੰਗਰੇਜ਼ੀ ਜਾਨਵਰ ਜਿਹੜਾ ਕਤਲਗਤ ਕਰਦਾ ਹੈ ਕੱਟਾ ਵੱਢੀ ਕਰਦਾ ਹੈ ਤਬਾਹੀ ਮਚਾਉਂਦਾ ਹੈ ਦੇਖਿਆ ਹੈ ਅੰਗਰੇਜ਼ਾਂ ਨੇ ਸਾਡੇ ਮੁਲਕ ਨੂੰ ਇੱਕ ਜੇਲ੍ਹ ਅਤੇ ਨਰਕ ਵਿੱਚ ਤਬਦੀਲ ਕਰ ਦਿੱਤਾ ਹੈ ਅਨੇਕਾਂ ਰਾਸੀ ਕੈਦੀਆਂ ਨੂੰ ਜੇਲ੍ਹਾਂ ਵਿੱਚ ਕੁੱਟਿਆ ਮਾਰਿਆ ਜਾ ਰਿਹਾ ਹੈ ਤਸੀਹੇ ਦਿੱਤੇ ਜਾਂਦੇ ਆ ਬੇਇੱਜ਼ਤੀਆਂ ਕੀਤੀਆਂ ਜਾ ਰਹੀਆਂ ਔਰਤਾਂ ਨੂੰ ਹਿੰਸਕ ਤਰੀਕੇ ਨਾਲ ਧੂ ਕੇ ਗਲੀਆਂ ਸੜਕਾਂ 'ਤੇ ਲਿਜਾਇਆ ਜਾ ਰਿਹਾ ਜਿੱਥੇ ਉਹਨਾਂ ਦੀ ਬੇਇੱਜ਼ਤੀ ਕਰਕੇ 1000 ਉਹਨਾਂ ਦੇ ਮਤਲਬ ਜਿਹੜੇ ਹੈਗੇ ਆ ਸਰੀਰਾਂ ਦੇ ਵਿੱਚ ਖੋਭ ਦਿੱਤੇ ਜਾ ਰਹੇ ਨੇ ਮਜ਼ਦੂਰਾਂ ਕਿਸਾਨਾਂ ਬਾਰੇ ਵੀ ਜਿਹੜਾ ਉਹਨੇ ਵਿੱਚ ਲਿਖਿਆ ਹੈ ਮੈਂ ਇੱਕ ਭਾਰਤੀ ਪੁੱਤਰ ਦੇ ਤੌਰ 'ਤੇ ਅਤੇ ਆਪਣੇ ਪਿੰਡ ਦੇ ਜ਼ਮੀਨ ਬਹਾਕ ਦੇ ਤੌਰ 'ਤੇ ਬ੍ਰਿਟਿਸ਼ ਰਾਜ ਨੂੰ ਦੇਖਦਾ ਹਾਂ ਜਿਹੜਾ ਜ਼ਾਲਮਾਨਾ ਹੈ ਅਤੇ ਭਾਰਤੀ ਲੋਕਾਂ ਦੀ ਜ਼ਿੰਦਗੀ ਲਈ ਹਾਨੀਕਾਰਕ ਹੈ ਵੱਡੇ ਜ਼ਿਮੀਂਦਾਰ ਭਾਰਤ ਦੇ ਮਾਲਕ ਜਿਹੜੇ ਅਸਲ ਦੇ ਵਿੱਚ ਮੇਰੇ ਦੇਸ਼ ਦੇ ਉਦਯੋਗਾਂ ਦੇ ਮਾਲਕ ਨੇ ਉਹ ਜਿਨ੍ਹਾਂ ਦਾ ਉਦਯੋਗਾਂ 'ਤੇ ਕਬਜ਼ਾ ਉਹ ਆਪਣੇ ਲਾਲਚ ਲਈ ਉਪਜ ਲੈ ਜਾਂਦੇ ਅਤੇ ਕਾਮਿਆਂ ਨੂੰ ਜਿਉਣ ਦੇ ਹੱਕ ਤੋਂ ਵਾਂਝਾ ਕਰ ਦਿੰਦੇ ਆਪ ਉਹਨਾਂ ਦੀ ਜ਼ਮੀਨ ਜਾਇਦਾਦ ਦਾ ਆਨੰਦ ਮਾਣਦੇ ਆ ਸਕੂਲ ਦੀ ਵਿੱਦਿਆ ਪ੍ਰਸਾਰ ਬਾਰੇ ਵੀ ਉਹਨੂੰ ਲਿਖਿਆ ਵੀ ਇਹ ਕੁਛ ਨਹੀਂ ਕਰਦੇ ਸਾਨੂੰ ਲੁੱਟ ਕੇ ਲੈ ਜਾਂਦੇ ਅਤੇ ਸਾਰੇ ਭਾਰਤੀ ਲੋਕਾਂ 'ਚ ਵਿੱਦਿਆ ਦਾ ਪ੍ਰਸਾਰ ਨਹੀਂ ਕਰਦੇ ਦੇਸ਼ ਦੀ ਆਜ਼ਾਦੀ ਵਾਸਤੇ ਉਹਨਾਂ ਨੇ ਜਿਹੜਾ ਕਿਹਾ ਹੈਗਾ ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ ਇਹ ਮੇਰੇ ਵਾਸਤੇ ਕੁਝ ਵੀ ਨਹੀਂ ਹੈ ਮੈਨੂੰ ਮਰ ਜਾਣ ਦੀ ਕੋਈ ਪਰਵਾਹ ਨਹੀਂ ਇਸ ਬਾਰੇ ਮੈਨੂੰ ਫਿਕਰ ਨਹੀਂ ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ ਅਸੀਂ ਬ੍ਰਿਟਿਸ਼ ਸਾਮਰਾਜ ਦੇ ਹੱਥੋਂ ਸਤਾਏ ਹੋਏ ਹਾਂ ਮੈਨੂੰ ਮਰਨ 'ਤੇ ਮਾਣ ਹੈ ਆਪਣੀ ਜਨਮ ਭੂਮੀ ਨੂੰ ਆਜ਼ਾਦ ਕਰਾਉਣ ਲਈ ਆਪਣੇ ਮਰਨ 'ਤੇ ਮਾਣ ਹੋਵੇਗਾ ਮੈਨੂੰ ਉਮੀਦ ਹੈ ਜਦੋਂ ਮੈਂ ਚਲਾ ਗਿਆ ਮੇਰੇ ਹਜ਼ਾਰਾਂ ਦੇਸ਼ ਵਾਸੀ ਤੁਹਾਨੂੰ ਗੰਦੇ ਕੁੱਤਿਆਂ ਨੂੰ ਬਾਹਰ ਧੱਕਣਗੇ ਅਤੇ ਮੇਰੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅੱਗੇ ਆਉਣਗੇ ਅਤੇ ਉਹਨਾਂ ਨੂੰ ਜਦੋਂ ਜ਼ਬਰਦਸਤੀ ਫੜ ਕੇ ਹੋਰ ਬਹੁਤ ਕੁਛ ਬੋਲੇ ਹੋ ਜਦੋਂ ਉਹਨਾਂ ਨੂੰ ਜ਼ਬਰਦਸਤੀ ਫੜ ਕੇ ਲਾਇਆ ਗਿਆ ਇਹਨਾਂ ਨੇ ਜੂਰੀਵਾਲ ਨੂੰ ਥੁੱਕਿਆ ਅਤੇ ਤਿੰਨ ਨਾਰੇ ਵਗੈਰਾ ਲਾਏ ਇਨਕਲਾਬ 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 ਬ੍ਰਿਟਿਸ਼ ਸਾਮਰਾਜ ਮੁਰਦਾਬਾਦ ਅੰਗਰੇਜ਼ ਕੁੱਤੇ ਮੁਰਦਾਬਾਦ ਭਾਰਤ ਅਮਰ ਹੈ ਇਹਨਾਂ ਨੂੰ ਜ਼ਬਰਦਸਤੀ ਕਟਹਿਰੇ 'ਚੋਂ ਲਾ ਕੇ ਸਿੱਟਿਆ ਗਿਆ ਫਿਰ ਇਹਨਾਂ ਨੇ ਜਿਹੜੇ 8 ਪੇਜ ਸੀਗੇ ਤੋੜ ਮਰੋੜ ਕੇ ਫਾੜ ਕੇ ਅਤੇ ਸਿੱਟਤੇ ਅਤੇ ਜੱਜ ਨੇ ਉਸ ਵੇਲੇ ਪ੍ਰੈਸ ਨੂੰ ਕਿਹਾ ਸੀਗਾ ਕਿ ਇਹਨਾਂ ਦੀ ਕੋਈ ਵੀ ਗੱਲ ਜਿਹੜੀ ਹੈਗੀ ਹੈ ਉਹ ਨਾ ਛਾਪੀ ਜਾਵੇ ਇਹਨਾਂ ਡਿਟੇਲ ਤੋਂ ਬਾਅਦ ਕੁਛ ਉਹਨਾਂ ਦੇ ਨੋਟ ਸੀਗੇ ਇਸ ਬਾਰੇ ਸੀਗੇ ਜਿਹੜੇ ਬਜਬਜ ਘਾਟ 'ਤੇ ਜਿਹੜੀ ਕਾਮਾਗਾਟਾ ਮਾਰੂ ਜਹਾਜ਼ ਜਦੋਂ ਗਦਰ ਪਾਰਟੀ ਦਾ ਆਇਆ ਸੀਗਾ ਅਤੇ ਅੰਗਰੇਜ਼ਾਂ ਨੇ ਗੋਲੀ ਚਲਾਈ ਸੀ ਉਦੋਂ ਕੁਛ ਲੋਕ ਮਾਰੇ ਗਏ ਸੀ ਉਹਦਾ ਜ਼ਿਕਰ ਹੈ ਨਨਕਾਣਾ ਸਾਹਿਬ ਦਾ ਜ਼ਿਕਰ ਹੈ ਜਿਹਦੇ 200 ਬੰਦੇ ਜਿਹੜੇ ਮਰ ਗਏ ਸੀਗੇ ਯਾਨੀ ਕਿ 1929 ਦੇ ਵਿੱਚ ਜਿਹੜੀ ਭੁੱਖ ਹੜਤਾਲ ਭਗਤ ਸਿੰਘ ਹੋਰਾਂ ਨੇ ਕੀਤੀ ਸੀ ਉਹਦਾ ਨੋਟਸ ਹੈ ਈਵਨ ਕਿ ਇਸ ਤੋਂ ਵੀ ਬਿਨਾਂ ਕੁਛ ਉਹਦੇ ਵਿੱਚ ਜਿਹੜੇ ਸ਼ੇਅਰ ਟਾਈਪ ਵੀ ਲਿਖੇ ਹੈ ਜਿਹੜੇ ਹੱਥ ਲਿਖਤ ਦੇ ਵਿੱਚ ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਢੇਰ ਜੀ ਰਕੇਸ਼ ਕੁਮਾਰ ਜੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਆਈ ਥਿੰਕ ਉਹਨਾਂ ਦਾ ਥੋੜ੍ਹਾ ਨੈੱਟ ਦਾ ਪ੍ਰੋਬਲਮ ਹੋ ਰਿਹਾ ਜਿਸ ਤਰ੍ਹਾਂ ਸਾਡਾ ਰਾਬਤਾ ਦੁਬਾਰਾ ਉਹਨਾਂ ਦੇ ਨਾਲ ਹੁੰਦਾ ਅਸੀਂ ਤੁਹਾਨੂੰ ਬਹੁਤ ਮਾਦਤ ਉਹਨਾਂ ਦੇ ਨਾਲ ਇੰਟਰਨੈੱਟ ਦਾ ਕੋਈ ਇਸ਼ੂ ਹੈ ਜਿਸ ਤਰ੍ਹਾਂ ਹੀ ਉਹ ਆਉਂਦੇ ਨੇ ਉਹ ਅਸੀਂ
ਫਿਰ ਇਹ ਸਿਲਸਿਲਾ ਸ਼ੁਰੂ ਕਰਨੇ ਆ ਅਸੀਂ ਉਹਨਾਂ ਦੇ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਪਲੀਜ਼ ਥੋੜ੍ਹਾ ਜਿਹਾ ਥੋੜ੍ਹੀ ਬਰਦਾਸ਼ਤ ਕਰਨਾ ਪਲੀਜ਼ ਮਾਦਰਤ ਇਹਦੇ 'ਤੇ ਇੰਟਰਨੈਟ ਦੇ ਵੱਧ ਰਿਸੋਰਸ ਪਰਸਨ ਵੱਲੋਂ ਸਾਨੂੰ ਇੰਟਰਨੈਟ ਦਾ ਬਹੁਤ ਪ੍ਰੋਬਲਮ ਹੁੰਦਾ ਸੋ ਅਸੀਂ ਉਹਨਾਂ ਦੇ ਨਾਲ ਕਨੈਕਟ ਕਰ ਰਹੇ ਹਾਂ ਜਿਸ ਤਰ੍ਹਾਂ ਹੀ ਉਹ ਕਨੈਕਟ ਹੁੰਦੇ ਨੇ ਫਿਰ ਅਸੀਂ ਜ਼ਿਲ੍ਹਾ ਹੈ ਨੂੰ ਸ਼ੁਰੂ ਕਰਦੇ ਹਾਂ ਪਲੀਜ਼ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਅਸੀਂ ਉਹਨਾਂ ਦੇ ਨਾਲ ਕਨੈਕਟ ਕਰਦੇ ਜੀ ਜਿਸ ਤਰ੍ਹਾਂ ਹੀ ਸਾਡੇ ਸਕੋਲਰ ਸਾਡੇ ਨਾਲ ਦੁਬਾਰਾ ਕਨੈਕਟ ਹੁੰਦੇ ਨੇ ਅਸੀਂ ਉਹਨਾਂ ਨੂੰ ਜਿਹੜਾ ਹੈ ਉਹ ਦੁਬਾਰਾ ਸ਼ੁਰੂ ਕਰਵਾ ਰਹੇ ਹਾਂ ਅਜੇ ਤੱਕ ਉਹਨਾਂ ਦੇ ਨਾਲ ਸਾਡਾ ਰਾਬਤਾ ਨਹੀਂ ਹੋ ਪਾ ਰਿਹਾ ਹੈਲੋ ਹਾਂਜੀ ਜੀ ਸਰ ਜੀ ਸਰ ਗੱਲ ਜਾਰੀ ਰੱਖੋ ਠੀਕ ਹੈ ਠੀਕ ਓਕੇ ਥੈਂਕ ਯੂ ਇਕਬਾਲ ਦੀ ਸ਼ਾਇਰੀ ਦੀਆਂ ਕੁਛ ਲਾਈਨਾਂ ਉਹਦੇ ਵਿੱਚ ਜਿਹੜੀਆਂ ਊਧਮ ਸਿੰਘ ਦੇ ਹੱਥ ਲਿਖਤਾਂ ਵਿੱਚ ਲਿਖਿਆ ਸੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ ਹਮ ਬੁਲਬੁਲੇ ਹੈ ਇਸਕੇ ਇਹ ਗੁਲਿਸਤਾਂ ਹਮਾਰਾ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ ਹਿੰਦੀ ਹੈ ਹਮ ਵਤਨ ਹੈ ਹਿੰਦੁਸਤਾਂ ਹਮਾਰਾ ਗੁਲਬਤ ਮੇਂ ਹੋ ਅਗਰ ਹਮ ਰਹਿਤਾ ਹੈ ਦਿਲ ਵਤਨ ਮੇਂ ਸਮਝੋ ਵਹੀ ਹਮੇਂ ਵੀ ਦਿਲ ਹੋ ਜਾਂ ਹਮਾਰਾ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਊਧਮ ਸਿੰਘ ਦੇ ਗਦਰ ਪਾਰਟੀ ਨਾਲ ਜਿਹੜੇ ਸੰਬੰਧ ਸੀਗੇ ਊਧਮ ਸਿੰਘ ਦੇ ਵਿੱਚ ਕਿਹਾ ਜਾਂਦਾ ਕਿ ਜਦੋਂ ਇਹ ਅਮਰੀਕਾ ਦੇ ਵਿੱਚ ਸੀ ਇਹ ਗਦਰ ਪਾਰਟੀ ਨਾਲ ਇਹ ਪ੍ਰਭਾਵ 'ਚ ਆ ਗਏ ਸੀ ਅਤੇ ਗਦਰ ਲਿਟਰੇਚਰ ਇਹਨਾਂ ਨੇ ਪੜ੍ਹਨਾ ਸ਼ੁਰੂ ਕਰਤਾ ਸੀਗਾ ਜਦੋਂ ਇਹ ਕਰਾਚੀ ਵੀ ਤੋਂ ਵਾਪਸ ਆਏ ਸੀਗੇ ਜਦੋਂ ਮਤਲਬ ਕਿ ਕਰਾਚੀ ਉਤਰੇ ਸੀਗੇ ਉਸ ਵੇਲੇ ਇਹਨਾਂ ਕੋਲੋਂ ਗਦਰ ਲਿਟਰੇਚਰ ਫੜਾਏ ਗਏ ਸੀ ਇਹਨਾਂ ਨੂੰ ਜੁਰਮਾਨਾ ਵੀ ਹੋਇਆ ਸੀਗਾ ਜਿਹੜਾ 30 ਅਗਸਤ 1927 ਨੂੰ ਜਦੋਂ ਇਹ ਗੁਪਤ ਸੂਚਨਾ ਦੇ ਆਧਾਰ 'ਤੇ ਅੰਮ੍ਰਿਤਸਰ ਦੇ ਵਿੱਚ ਫੜੇ ਗਏ ਸੀ ਉਦੋਂ ਇਹਨਾਂ ਕੋਲੋਂ ਜਿਹੜਾ ਗਦਰ ਦਾ ਸਹਿ ਸੀ ਗਦਰ ਦੀ ਗੂੰਜ ਰੂਸੀ ਗਦਰ ਗਿਆਨ ਪਾਂਪਲੇਟ ਗੁਲਾਮੀ ਦਾ ਜ਼ਹਿਰ ਗਦਰ ਦੀ ਦੂਰੀ ਦੇਸ਼ ਭਗਤਾਂ ਦੀ ਜਾਨ ਵਗੈਰਾ ਪ੍ਰਾਪਤ ਹੋਏ ਸੀਗੇ ਇੱਕ ਇੰਟੈਲੀਜੈਂਸ ਬਿਊਰੋ ਨੇ ਇੱਕ ਡਾਇਰੈਕਟਰੀ 1934 'ਤੇ ਵੀ ਛਾਪੀ ਸੀ ਜਿਹੜੀ ਹੂ ਬਹੂ ਪੰਜਾਬੀ ਯੂਨੀਵਰਸਿਟੀ ਨੇ ਵੀ ਛਾਪੀ ਹੋਈ ਹੈ ਉਹਨਾਂ ਵਿੱਚ ਉਹਨਾਂ ਗਦਰੀਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਅਮਰੀਕਾ ਯੂਰਪ ਅਫਗਾਨਿਸਤਾਨ ਭਾਰਤ ਦੇ ਵਿੱਚ ਗਦਰ ਪਾਰਟੀ 'ਚ ਗਦਰ ਲਹਿਰ ਦੇ ਵਿੱਚ ਹਿੱਸਾ ਲਿੱਤਾ ਸੀ ਉਹਨਾਂ ਦੇ ਵਿੱਚ ਊਧਮ ਸਿੰਘ ਦਾ ਜਿਹੜਾ ਨੰਬਰ ਹੈਗਾ ਉਹ S47 ਦੇ ਉੱਤੇ ਹੈਗਾ ਉਹਦੇ ਵਿੱਚ ਵੀ ਉਹਨਾਂ ਨੇ ਇਹ ਲਿਖਿਆ ਸੀਗਾ ਕਿ ਮਤਲਬ ਕਿ ਇਹਦੇ ਵਿੱਚ ਲਿਖਿਆ ਹੋਇਆ ਕਿ ਮੈਂ ਜਿਹੜਾ ਮੇਰਾ ਮਕਸਦ ਹੈ ਯੂਰਪੀਆਂ ਨੂੰ ਮਾਰਨਾ ਜਿਹੜੇ ਭਾਰਤੀਆਂ 'ਤੇ ਰਾਜ ਕਰਦੇ ਸੀ ਅਤੇ ਮੇਰੀ ਮਤਲਬ ਕਿ ਉਹਨਾਂ ਦੀ ਬਾਲਸ਼ਵਿਕਾਂ ਨਾਲ ਹਮਦਰਦੀ ਹੈ ਕਿਉਂਕਿ ਜਿਹੜੇ ਬਾਲਸ਼ਵਿਕ ਆ ਉਹਨਾਂ ਦਾ ਵੀ ਮਕਸਦ ਹੈ ਉਹ ਭਾਰਤ ਨੂੰ ਆਜ਼ਾਦ ਦੇਖਣਾ ਚਾਹੁੰਦੇ ਸੀਗੇ ਈਵਨ ਕਿ ਇਹਨਾਂ ਦੇ ਜਿਹੜਾ ਜਦੋਂ ਇਹਨਾਂ ਦਾ ਟ੍ਰਾਇਲ ਵੀ ਚੱਲਿਆ ਸੀਗਾ ਉਦੋਂ ਜਿਹੜਾ ਸਟਾਕਟਨ ਗੁਰਦੁਆਰੇ ਦਾ ਸੀਗਾ ਜਿਹੜਾ ਅਜਮੇਰ ਸਿੰਘ ਉਹ ਲਗਾਤਾਰ ਇਹ ਵੀ ਪਤਾ ਕਰਦਾ ਰਿਹਾ ਸੀਗਾ ਕਿ ਊਧਮ ਸਿੰਘ ਦੀ ਜਿਹੜਾ ਹੈਗਾ ਇਹਨਾਂ ਦੇ ਉਹਦੇ ਵਾਸਤੇ ਕੀ ਕੁਛ ਕੀਤਾ ਜਾ ਰਿਹਾ ਹੈਗਾ ਯਾਨੀ ਕਿ ਮੁਕੱਦਮੇ ਵਾਸਤੇ ਕੀ ਤਿਆਰੀਆਂ ਕੀਤੀਆਂ ਕੋਈ ਪੈਸੇ ਦੀ ਲੋੜ ਵੀ ਉਹਨਾਂ ਨੇ ਪੈਸੇ ਵੀ ਉਸ ਵੇਲੇ ਜਿਹੜੀ ਗਦਰ ਪਾਰਟੀ ਨੇ ਅਮਰੀਕਾ ਤੋਂ ਇਹਨਾਂ ਦੇ ਉਸ ਵੇਲੇ ਪਹੁੰਚਵਾਏ ਸੀ ਇੱਕ ਭਗਤ ਸਿੰਘ ਨਾਲ ਵੀ ਜਿਹੜਾ ਊਧਮ ਸਿੰਘ ਨੇ ਜਿਹੜਾ ਚਿੱਠੀਆਂ ਦੇ ਵਿੱਚ ਜ਼ਿਕਰ ਮਿਲਦਾ ਕਿ ਮਤਲਬ ਕਿ ਜਿਹੜਾ ਊਧਮ ਸਿੰਘ ਸੀ ਭਗਤ ਸਿੰਘ ਨੂੰ ਆਪਣਾ ਦੋਸਤ ਦੱਸਦੇ ਸੀਗੇ ਜਿਹੜੇ ਜੇਲ੍ਹ ਦੇ ਵਿੱਚੋਂ ਮਤਲਬ ਦੋ ਚਿੱਠੀਆਂ ਦੇ ਵਿੱਚ ਭਗਤ ਸਿੰਘ ਬਾਰੇ ਜ਼ਿਕਰ ਮਿਲਦਾ ਹੈ ਜਿਹੜੀ ਇੱਕ ਚਿੱਠੀ ਹੈਗੀ 30 ਮਾਰਚ 1940 ਦੀ ਉਹਦੇ ਵਿੱਚ ਮੈਂ ਕੁਛ ਦੱਸਣਾ ਚਾਹਾਂਗਾ ਉਹਦੇ ਵਿੱਚ ਉਹਨੇ ਜਿਹੜਾ ਭਗਤ ਸਿੰਘ ਦਾ ਜ਼ਿਕਰ ਕੀਤਾ ਮੈਂ ਮਰਨ ਤੋਂ ਕਦੇ ਨਹੀਂ ਡਰਿਆ
सो मैं जल्दी ही मौत नाल विआह कर लवांगा। मैनू इस बारे कोई अफसोस नहीं क्योंकि मैं अपने देश का सिपाही हाँ। इस नू 10 साल हो गए जदों मेरा सब तो वधिया दोस्त मैनू पिछ के छड्ड के चला गया सी। मेरा यकीन है कि मेरे मरण तो बाद मैं उसनू मिलांगा। वह मेरा इंतजार कर रहा है। यह 23 तारीख सी। मेरी उम्मीद है कि यह मैनू भी उसी दिन फांसी देंगे। 5 अप्रैल 1940 की चिट्ठी जिहड़ा जिक्र है, मेरा प्यारा दोस्त सिर्फ 21 मैं जिहड़ा बनाया पिछे छड्ड आया हाँ। मैं नहीं कहा पर कहना चाहांगा अपनी जिंदगी विच कदे नहीं दस्या कि उस तो बिना जीवन का कोई फायदा नहीं। उसनू फांसी दिती गई सी, ठीक है। मैं भी उवें मरना चाहना। उसनू रात नू फांसी दिती गई सी, हो सकता मैनू सवेरे मिले। इसी तरह बहुत घट लोगों ने यह भी पता है कि ऊधम सिंह जेल के 42 दिन की भुख हड़ताल से रहे। 26 अप्रैल 1940 तो लैके 6 जून 1940 तक भुख हड़ताल से रहे। उदों भी बाद दे विच भुख हड़ताल तड़वाने वास्ते ब्रिटिश गवर्नमेंट जिहड़ी सरकार सी उस वेले जेल अधिकारी इन्हां ने इन्हां दी जिहड़ी फूड दी नाली विच जबरदस्ती फूड पाया सी। इन्हां ने उदों मंगां रखियां सीगियां कि मैनूं 10 दिनां दी थां ते हर रोज़ नहाउण दित्ता जावे, मैनूं ऐनकां जिहड़ियां वापस कीतियां जाण, मेरे दोस्तां ने जिहड़ियां मैनूं किताबां भेजी हैगियां उह मैनूं वापस दित्तियां। बिल्कुल सेम पैटर्न जिस तरह भगत सिंह ने जेल दे विच भगत सिंह साथियां ने जेल दे विच आके अपनी लड़ाई आजादी दी जारी, इसी सेम पैटर्न ते ऊधम सिंह ने भी जिहड़ा कोई ना कोई बहाना कढ के करदा रहा। इस तो बिना मैं एक गल होर जरूर चर्चा रहित करांगा कि ऊधम सिंह के नाम बारे जिहड़ी गल आउंदी है। ऊधम सिंह के नाम बारे भी कुछ भुलेखे ने, कुछ इहो जिहियां गल्लां ने जिहड़ा मैं तुहानूं सब साफ करना चाहांगा कि ऊधम सिंह जिहड़ा बचपन का नाम सी उह शेर सिंह सीगा। बाद दे विच जिहड़ा उहनां दे नाम जिहड़ा सीगा उदय सिंह चर्चा च आया सीगा। फिर उन्होंने फ्रैंक ब्राज़ील जिहड़ा चर्चा च आया। लाहौर तो जदों पासपोर्ट जारी कराया सीगा उदों उन्होंने ऊधम सिंह अपना नाम रख्या सीगा। ते उस तो बाद जिहड़े असी कुछ जिहड़े मैंने नाम लभे 14 दे करीब जिहड़े उन्हां दे नाम सानूं जिहड़े लभे ने उन्हां विच बावा हो गया, जिवें US सिद्धू हो गया, मोहन सिंह हो गया, US आजाद हो गया, सिद्धू सिंह हो गया, मुहम्मद सिंह आजाद, मुहम्मद आजाद सिंह, मतलब इस तरह के उन्होंने नाल। पर एक गल जिहड़ा प्रचलित नाम है राम मुहम्मद सिंह आजाद, ये असल दे विच उन्होंने जिहड़ा आम साढ़े इत्थे किताबां च कवितावां च लिखा जांदा है, ईवन कि सुनाम दे विच जिहड़ी उन्हां दी यादगार लाट बनी है उत्थे भी राम मुहम्मद सिंह आजाद लिखा। ऊधम सिंह जिहड़ा घर है सुनाम दे विच उहदे विच इक फोटो भी उत्थे भी राम मुहम्मद सिंह आजाद लिखा है, जदों कि राम मुहम्मद सिंह आजाद उन्होंने किते भी नहीं वरत्या। जदों फड़े गए सी उन्होंने मतलब कि उदों मुहम्मद सिंह आजाद वरत्या, जदों इन्होंने दस्तखत भी जिहड़े उत्थे कीते सीगे जदों पहला मतलब फड़न तों बाद जिहड़ा अपना बयान दित्ता सी उह भी मुहम्मद सिंह आजाद ने कीता। ईवन कि जदों फड़े उन्हां दी बांह दे उत्ते भी जिहड़े इक टैटू मुहम्मद सिंह आजाद दा बणिया होया सीगा। ते इन्हें कि जिहड़ी जेल चों चिट्ठियां भी लिखियां उह सारियां MS आजाद मुहम्मद सिंह आजाद दे नां ते लिखियां। अपने दोस्त बिशन जिहड़े बाबा बिशन कहा जांदा उन्होंने जिहड़ी इक जिहड़ी फोटो भेजी सी उहदे बैक साइड ते उह भी मतलब कि MS आजाद मुहम्मद सिंह आजाद दे नां ते कीते। ईवन कि मतलब कि इह जदों मतलब उत्थे जेल दे विच इह जदों इन्हां नूं पुछया गया सीगा वी तुसीं अपना नाम मुहम्मद सिंह आजाद करो कि इन्हां ने उदों इह कहा सी इह मुस्लिम सिख हिंदू एकता दा प्रतीक है। मेरा कहिण दा मतलब कि बहुत साढ़े इत्थे क्लब जिहड़े हैगे आ मुहम्मद सिंह आजाद दा नाम जिहड़ा हैगा दी थां ते राम मुहम्मद सिंह आजाद वरती जांदे, इन्हां नूं ठीक दुरुस्त करन दी लोड़ है। ते इह जिहड़ा उन्हां दा आखरी सफर सीगा इन्हां दा 31 जुलाई 1940 नूं उहनां नूं सवेरे 9 बजे पेंटलविल जेल दे विच जिहड़ा उत्थे जिहड़ा सीगा उहनां नूं फांसी दे दित्ती गई सीगी। ते 11 बजे पोस्टमार्टम तो बाद इन्हां नूं जिहड़ा सीगा कब्रिस्तान दे विच जिहड़ा सीगा उत्थे मतलब कि मदन लाल ढींगरिया दी कबर दे नाल जिहड़ा सीगा उहनां नूं दफना दित्ता गया सी इक छोटे पत्थर दे उत्ते जिहड़ा उहनां दी उहदे बाद उत्थे US कुरेद दित्ता गया सीगा। ते ही जी मैं अपनी गल बंद कर रहा। जी सर बहुत शुक्रिया सर। असी कुछ ताड़ी गलबात सुनते हैं, साढ़े नूं काफ़ी सारे क्वेश्चन भी आए सन। तो मैं क्वेश्चन अज जिस तरह साढ़े पहला जिहड़ा क्वेश्चन साढ़े वल आया सी वह हरदीप सिंह होरां दा सी। उन्होंने ये गल की सी कि जिहड़ा तुसी उन्हां दे एक मिनट मैनू इन्हां नूं वेख लैंदे हो। हरदीप सिंह होरां दा क्वेश्चन सी हाँ जी कि जिहड़ा उन्हां दा उत्थे यतीम खाना सी जिहदे विच उह पढ़े ऊधम सिंह जी उत्थे उन्हां दी जिंदगी दे 15 साल गुजरे। बहुत घट हुंदा है कि उहनूं हाईलाइट कीता जाए, इहदी कोई खास वजह है कि उहनूं हाईलाइट नहीं कीता जांदा जां लोक तवज्जो नहीं दिंदे? नहीं इस तरह दा हाईलाइट नहीं, जदों उहनां दी जिहड़ी उहनां दी जिंदगी प्रति जिन्नियां वी बायोग्राफीज लिखियां गईआं हैगीआं जिहड़ी ऑथेंटिक बायोग्राफी किताबां दे विच पूरा जिक्र है कि यतीम खाने रहे हो उत्थे, मतलब इस तरह का तो कोई नहीं कि उन्होंने इग्नोर किया गया, इस तरह का कोई नहीं है। वैसे जिन्हें भी डॉक्यूमेंट है किताबों के यतीमखाने का जिक्र आता कि उत्थे इन्ना समा जिहड़े यतीमखाने रहे सीगे, इस तरह की कोई गल नहीं है। हाँ जी दूजा सवाल जिहड़ा असीं तुहाडे
ਤੋਕ ਜਿਹੜੀ ਅਸੀਂ ਸੁਣ ਰਹੇ ਸਾਂ ਔਰ ਇੱਧਰ ਵੀ ਗੱਲ ਚੱਲ ਰਹੀ ਸੀ ਕਿ ਜਿਹੜਾ ਅਡਵਾਇਰ ਔਰ ਡਾਇਰ ਦੇ ਦਰਮਿਆਨ ਇੱਕ ਤੇ ਹਰਦੀਪ ਸਿੰਘ ਔਰ ਨੇ ਪੁੱਛਿਆ ਸੀ ਕਿ ਇਹ ਟਾਰਗੇਟ ਕੌਣ ਸੀ ਅਡਵਾਇਰ ਜਾਂ ਡਾਇਰ ਉਹ ਤੇ ਮੇਰਾ ਖਿਆਲ ਤੁਸੀਂ ਬੜੇ ਅੱਛੇ ਤਰੀਕੇ ਨਾਲ ਐਕਸਪਲੇਨ ਕਰਤਾ ਉਹਨਾਂ ਨੂੰ ਟਾਰਗੇਟ ਤਾਂ ਉਹ ਤਾਂ ਬ੍ਰਿਟਿਸ਼ ਸਾਮਰਾਜਵਾਦ ਦੇ ਖਿਲਾਫ ਸੀ ਕੋਈ ਟਾਰਗੇਟ ਤਾਂ ਕੋਈ ਵੀ ਨਹੀਂ ਸੀ ਟਾਰਗੇਟ ਤਾਂ ਚਾਰ ਹੀ ਸੀਗੇ ਹਾਂਜੀ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਜਿਹੜਾ ਅਡਵਾਇਰ ਸੀ ਉਹਦੇ ਤੇ ਰਿਸਪੋਨਸਿਬਿਲਿਟੀ ਦੇ ਹਵਾਲੇ ਨਾਲ ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਤੇ ਰਿਸਪੋਨਸਿਬਿਲਿਟੀ ਆਉਂਦੀ ਹੈ ਜਾਂ ਨਹੀਂ ਦੇਖੋ ਜਲਿਆਂਵਾਲਾ ਬਾਗ ਤੇ ਜਿਹੜੀ ਡਾਇਰੈਕਟ ਗੱਲ ਕਰੀਏ ਜਲਿਆਂਵਾਲਾ ਬਾਗ ਦੀ ਸਪੈਸੀਫਿਕ ਘਟਨਾ ਦੇ ਵਿੱਚ ਕਿਉਂਕਿ ਡਾਇਰ ਨੇ ਖੁਦ ਹੰਟਰ ਕਮਿਸ਼ਨ ਦੇ ਵਿੱਚ ਸਾਰੇ ਜਵਾਬ ਸਵਾਲ ਹੋਏ ਉਹਦੇ ਵਿੱਚ ਉਹਨੇ ਖੁਦ ਮੰਨਿਆ ਕਿ ਇਹ ਫੈਸਲਾ ਮੈਂ ਲਿੱਤਾ ਜਦੋਂ ਕਿ ਉਹਨਾਂ ਨੇ ਹੰਟਰ ਕਮਿਸ਼ਨ ਨੇ ਬਹੁਤ ਸਪੈਸੀਫਿਕ ਪਾਰਟੀਕੂਲਰ ਪੁੱਛਿਆ ਵੀ ਮਾਰਸ਼ਲਾਂ ਲਈ ਲੱਗਿਆ ਤੂੰ ਡਿਪਟੀ ਕਮਿਸ਼ਨਰ ਤੋਂ ਪੁੱਛ ਲੈਂਦਾ ਉਹਨੇ ਆਪਣੇ ਸਾਰੇ ਸਵਾਲਾਂ ਜਵਾਬਾਂ ਦੇ ਵਿੱਚ ਬਹੁਤ ਸਪਸ਼ਟ ਰੂਪ ਦੇ ਵਿੱਚ ਕਿਹਾ ਹੈ ਕਿ ਇਹ ਫੈਸਲਾ ਮੇਰਾ ਸੀਗਾ ਮੈਨੂੰ 30 ਸਕਿੰਟ ਲੱਗੇ ਫੈਸਲਾ ਲੈਣ ਦੇ ਵਿੱਚ ਤੇ ਮੈਂ ਹੀ ਗੋਲਾਬਾਰੀ ਜਿਹੜੀ ਹੈਗੀ ਮੈਂ ਹੀ ਚਲਾਈ ਹੈਗੀ ਜੇ ਸਪੈਸੀਫਿਕ ਘਟਨਾ ਬਾਰੇ ਕਿਹਾ ਜਾਵੇ ਦੇਖੋ ਉਹ ਤਾਂ ਭਾਰਤੀਆਂ ਤੇ ਜ਼ੁਲਮ ਦੀ ਗੱਲ ਕਰੀਏ ਜਾਂ ਹੋਰ ਸਾਰੇ ਕਾਰਵਾਈਆਂ ਵਿੱਚ ਉਹ ਤਾਂ ਮਾਈਕਲ ਅਡਵਾਇਰ ਦਾ ਮੇਨ ਰੋਲ ਰਿਹਾ ਲੇਕਿਨ ਸਪੈਸੀਫਿਕ ਜੇ ਆਪਾਂ ਜਲਿਆਂਵਾਲਾ ਬਾਗ ਦੀ ਘਟਨਾ ਦੀ ਗੋਲਾਬਾਰੀ ਦੀ ਗੱਲ ਕਰੀਏ ਇਹ ਸਾਰਾ ਨਰੋਲ ਫੈਸਲਾ ਜਿਹੜਾ ਸੀਗਾ ਇਹ ਨਰੋਲ ਫੈਸਲਾ ਮਾਈਕਲ ਜਿਹੜਾ ਡਾਇਰ ਮਤਲਬ ਜਿਹੜਾ ਬ੍ਰਿਗੇਡੀਅਰ ਜਨਰਲ ਡਾਇਰ ਦਾ ਸੀਗਾ ਜੀ ਸਰ ਇਹਨਾਂ ਦੀ ਅਪਾਇੰਟਮੈਂਟ ਦੇ ਬਾਰੇ ਤੁਸੀਂ ਕੀ ਕਹੋਗੇ ਕਿ ਅਡਵਾਇਰ ਕਿਉਂਕਿ ਜ਼ਾਹਿਰ ਹੈ ਉਹਨੂੰ ਉਹਦੇ ਅੰਡਰ ਉਹ ਸਬੋਰਡੀਨੇਟ ਹੈ ਡਾਇਰ ਸਬੋਰਡੀਨੇਟ ਇਹਨਾਂ ਦੀ ਅਪਾਇੰਟਮੈਂਟ ਦੇ ਹਵਾਲੇ ਨਾਲ ਕਿਉਂਕਿ ਅਪਾਇੰਟਮੈਂਟ ਤੇ ਮੇਰਾ ਖਿਆਲ ਕਿ ਜਲੰਧਰ ਤੋਂ ਜਿਹੜੀ ਕਮਾਂਡ ਸੀਗੀ ਫੌਜੀ ਏਰੀਆ ਇਹਨਾਂ ਦੇ ਅੰਡਰ ਪੈਂਦਾ ਸੀ ਇਸ ਕਰਕੇ ਇਹਨਾਂ ਨੂੰ ਇੱਥੇ ਸ਼ਿਫਟ ਕੀਤਾ ਗਿਆ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਸੀਗਾ ਵੀ ਡਾਇਰ ਨੇ ਐਕਸ਼ਨ ਕਰਨਾ ਜਲਿਆਂਵਾਲਾ ਬਾਗ ਦੇ ਵਿੱਚ ਸਪੈਸੀਫਿਕ ਸੋਚ ਕੇ ਆਇਆ ਸੀ ਕਿ ਮੈਂ ਗੋਲੀਆਂ ਚਲਾਵਾਂਗਾ ਮਾਰਾਂਗਾ ਇਸ ਤਰ੍ਹਾਂ ਦਾ ਕੋਈ ਨਹੀਂ ਸੀ ਉਦੋਂ ਆਜ਼ਾਦੀ ਦੀ ਲਹਿਰ ਸੀਗੀ ਉਹਨੂੰ ਦਬਾਉਣ ਵਾਸਤੇ ਉਹਨਾਂ ਨੇ ਫੌਜੀ ਟੁਕੜੀ ਭੇਜੀ ਉਹਦੀ ਕਮਾਂਡ ਡਾਇਰ ਕੋਲ ਸੀ ਉਹ ਤਾਂ ਕੋਈ ਹੋਰ ਵੀ ਅਫਸਰ ਹੋ ਸਕਦਾ ਸੀਗਾ ਇਸ ਕਰਕੇ ਐਂ ਤਾਂ ਪਾਰਟੀਕੁਲਰ ਹੈ ਨਹੀਂ ਸੀਗਾ ਕਿ ਵੀ ਇਹਨੂੰ ਕੋਈ ਸਪੈਸ਼ਲ ਚੁਣ ਕੇ ਭੇਜਿਆ ਗਿਆ ਕਿਉਂਕਿ ਜਲੰਧਰ ਸੀ ਨੇੜੇ ਕਮਾਂਡ ਉਹ ਪੈਂਦੀ ਸੀ ਹੈੱਡਕੁਆਰਟਰ ਦੇ ਹਦਾਇਤਾਂ ਮੈਂ ਤਾਂ ਇਹਨੂੰ ਭੇਜਦਾ ਸੀਗਾ ਜੀ ਅਸੀਂ ਜਦੋਂ ਤੁਸੀਂ ਬ੍ਰਿਟਿਸ਼ ਡਾਕੂਮੈਂਟ ਦੀ ਗੱਲ ਕਰਦੇ ਹੋ ਬ੍ਰਿਟਿਸ਼ ਡਾਕੂਮੈਂਟ ਦੇ ਹਵਾਲੇ ਨਾਲ ਅਸੀਂ ਕਾਫੀ ਦੇਰ ਤੋਂ ਇਹ ਗੱਲਬਾਤ ਕਰਦੇ ਜਾਂਦੇ ਹਾਂ ਕਿ ਉਹ ਡਾਕੂਮੈਂਟ ਕਿੱਦਾਂ ਬਣਾਏ ਜਾਂਦੇ ਨੇ ਉਹਨਾਂ ਦਾ ਕੀ ਸੋਰਸ ਸੀ ਔਰ ਉਹਨਾਂ ਨੇ ਕਿਸ ਤਰ੍ਹਾਂ ਸਟੈਬਲਿਸ਼ ਕਰ ਰਹੇ ਸਨ ਮਸਲਨ ਅਸੀਂ ਬਹੁਤ ਸਾਰੇ ਐਸੇ ਡਾਕੂਮੈਂਟ ਵੇਖੇ ਨੇ ਜਿਹੜੀ ਤੁਸੀਂ ਹੀ ਗੱਲ ਕੀਤੀ ਇੱਥੇ ਪ੍ਰੋਫੈਸਰ ਸੁਖਦੇਵ ਸੋਲੋਰੀ ਵੀ ਇਹ ਗੱਲ ਕਰ ਰਹੇ ਸਨ ਕਿ ਜਿੱਦਾਂ ਉਹਨਾਂ ਨੇ ਊਧਮ ਸਿੰਘ ਦਾ ਲਿਖਿਆ ਕਿ ਉਹ ਉੱਥੇ ਹੈ ਨਹੀਂ ਸੀ ਉਹ ਕਿਉਂ ਏਡਾ ਇੰਪੋਰਟੈਂਟ ਸੀ ਉਹ ਕਿਉਂ ਦੱਸ ਰਹੇ ਨੇ ਕਿ ਉੱਥੇ ਨਹੀਂ ਹੈ ਸੀ ਜਾਂ ਉਹ ਕਿਉਂ ਅਡਵਾਇਰ ਨੂੰ ਬਚਾਉਣਾ ਚਾਹ ਰਹੇ ਨੇ ਉਹਦੀ ਤੇ ਰਿਸਪੋਨਸਿਬਿਲਿਟੀ ਨਹੀਂ ਆਉਣ ਦੇਣਾ ਨਹੀਂ ਇਸ ਤਰ੍ਹਾਂ ਦੀ ਐਕਚੁਅਲੀ ਮੈਨੂੰ ਐ ਲੱਗਦਾ ਜਿਸ ਤਰ੍ਹਾਂ ਮੈਂ ਪੜ੍ਹਿਆ ਜਿੰਨਾ ਐਕਚੁਅਲੀ ਕੀ ਸੀ ਕਿ ਬ੍ਰਿਟਿਸ਼ ਜਿਹੜੀ ਗਵਰਨਮੈਂਟ ਨੇ ਊਧਮ ਸਿੰਘ ਨਾਲ ਸੰਬੰਧਿਤ ਕੱਲੀ ਕੱਲੀ ਛੋਟੀ ਛੋਟੀ ਵੀ ਜਿਹੜੀ ਕਾਰਵਾਈ ਸੀ ਉਹਦੇ ਸੰਬੰਧਿਤ ਕੋਈ ਵੀ ਸੀ ਉਹਦੀ ਪੂਰੀ ਤਹਿਕੀਕਾਤ ਕੀਤੀ ਕੱਲੀ ਜਲਿਆਂਵਾਲਾ ਬਾਗ ਵਾਲੀ ਗੱਲ ਨਹੀਂ ਉਹਦੀ ਕੱਲੀ ਕੱਲੀ ਜਿੱਥੇ ਵੀ ਉਹ ਗਿਆ ਕੋਈ ਵੀ ਜਿੱਥੇ ਜਿੱਥੇ ਵੀ ਸੀ ਆਈ ਡੀ ਪੂਰੀ ਝੋਕ ਕੇ ਪੂਰਾ ਸਟਾਫ ਝੋਕ ਕੇ ਇਹਨਾਂ ਦੀ ਸਾਰੀਆਂ ਸਰਗਰਮੀਆਂ ਜਿਹੜੀਆਂ ਇੰਗਲੈਂਡ ਦੇ ਵਿੱਚ ਹੋਈਆਂ ਕਿੰਨਾ ਕਿੰਨਾ ਬੰਦਿਆਂ ਨੂੰ ਮਿਲਦੇ ਕਿੱਥੇ ਕਿੱਥੇ ਰਹੇ ਉੱਥੇ ਸਾਰਾ ਕੁਛ ਹੀ ਤਹਿਕੀਕਾਤ ਕੀਤਾ ਕੱਲਾ ਜੀ ਆਪਾਂ ਐਂ ਗੱਲ ਕਹੀਏ ਵੀ ਸਪੈਸੀਫਿਕ ਜਲਿਆਂਵਾਲਾ ਬਾਗ ਦੀ ਘਟਨਾ ਜਿਹੜੀ ਉਹਨੇ ਬਿਆਨ ਦਿੱਤਾ ਉਹਨਾਂ ਨੇ ਸਾਰਾ ਕੁਛ ਹੀ ਜਿਹੜੀ ਸੀ ਆਈ ਡੀ ਦੇ ਇੰਨੇ ਬੜੇ ਜਿਹੜੇ ਪੇਜ ਹੈਗੇ ਆ ਘੱਟੋ ਘੱਟ 1600-1700 ਪੇਜ ਬਣਦੇ ਜਿਹੜੇ ਡਾਕੂਮੈਂਟ ਫਾਈਲਾਂ ਰਿਲੀਜ਼ ਕੀਤੀਆਂ ਹੋਈਆਂ ਇਹ ਸਾਰਿਆਂ ਦੇ ਵਿੱਚ ਇਹੀ ਹੈ ਕਿ ਹਰ ਇੱਕ ਇੰਨੀਆਂ ਜ਼ਿਆਦਾ ਰਿਪੋਰਟਾਂ ਕੋਈ ਸੀ ਆਈ ਡੀ ਦੀ ਰਿਪੋਰਟ ਆ ਕੋਈ ਕਿਹਦੀ ਇੰਸਪੈਕਟਰੀ ਦੀ ਰਿਪੋਰਟ ਆ ਕੋਈ ਕਿਹਦੀ ਰਿਪੋਰਟ ਹੈ ਉਹ ਸਾਰੀਆਂ ਦੇ ਵਿੱਚ ਇਹਦੀ ਹਰ ਇੱਕ ਗੱਲ ਦੀ ਉਹਨਾਂ ਨੇ ਤਹਿਕੀਕਾਤ ਕੀਤੀ ਹੋਈ ਹੈ ਵੀ ਕੋਈ ਗੱਲ ਰਹਿ ਨਾ ਜਾਵੇ ਛੋਟੀ ਤੋਂ ਛੋਟੀ ਗੱਲ ਦੀ ਵੀ ਇਹਨੇ ਚਿੱਠੀਆਂ ਲਿਖਦਾ ਸੀ ਉਹਤੇ ਵੀ ਉਹ ਖੋਜ ਕਰਦੇ ਸੀ ਵੀ ਕਿਹਨੂੰ ਲਿਖਦਾ ਉਹਦਾ ਵੀ ਸਾਰਾ ਉਹ ਕਰਦੇ ਸੀ ਪੁੱਛ ਪੜਤਾਲ ਇਹਨੂੰ ਜੇਲ੍ਹ 'ਚ ਕੌਣ ਮਿਲਣ ਦਾ ਪੂਰੀ ਪੁੱਛ ਪੜਤਾਲ ਕਰਦੇ ਸੀ ਘਰ ਵੀ ਉਹਨਾਂ ਨੇ ਫੌਰੀ ਜਦੋਂ ਉਹਨੂੰ ਅਰੈਸਟ ਕੀਤਾ ਉਸੇ ਵੇਲੇ ਘਰ ਛਾਪਾ ਮਾਰਿਆ ਹਾਲੇ ਤਾਂ ਅਰੈਸਟ ਉਹਨੂੰ ਘੰਟਾ ਹੀ ਨਹੀਂ ਹੋਇਆ ਸੀਗਾ ਉਸੇ ਵੇਲੇ ਜਿੱਥੇ ਰਹਿੰਦਾ ਸੀ ਸਾਰਾ ਛਾਪਾਮਾਰੀ ਕੀਤਾ ਸਾਰੇ ਕਿਤੇ ਮਤਲਬ ਇਕੱਲਾ ਸਪੈਸੀਫਿਕ ਨਹੀਂ ਸੀਗਾ ਜਿਹੜਾ ਡਾਕੂਮੈਂਟ ਤਾਂ ਉਹਨਾਂ ਨੇ ਹਰ ਇੱਕ ਦੀ ਕਾਰਵਾਈ ਦੀ ਹਰ ਇੱਕ ਗੱਲ ਘਟਨਾ ਦੀ ਉਹਨਾਂ ਨੇ ਪੂਰੀ ਤਹਿਕੀਕਾਤ ਕੀਤੀ ਜੀ ਸਾਡੇ ਨਾਲ ਪ੍ਰੋਫੈਸਰ ਹਰਦੀਪ ਕੌਰ ਰੈਚ ਹੋਰੀ ਨੇ ਉਹਨਾਂ ਨੇ ਇਹ ਪੁੱਛਿਆ ਕਿ ਜਦੋਂ ਉਹਨਾਂ ਦਾ ਇਹ ਸਾਰਾ ਮੁਕੱਦਮਾ ਜਾਂ ਉਹਨਾਂ ਦੇ ਹਵਾਲੇ ਨਾਲ ਊਧਮ ਸਿੰਘ ਹੋਰਾਂ ਦੇ ਉੱਤੇ ਜਦੋਂ ਉਹਨਾਂ ਨੂੰ ਫਾਂਸੀ ਹੋਈ ਤੇ ਜਿਹੜੇ ਉੱਥੇ ਪਾਰਲੀਮੈਂਟ ਦੇ ਵਿੱਚ ਬ੍ਰਿਟਿਸ਼ ਦੇ ਵਿੱਚ ਕੋਈ ਬਰਤਾਨੀਆ ਵਿੱਚ ਕੋਈ ਰਿਐਕਸ਼ਨ ਆਇਆ ਸੀ ਉਸ ਵੇਲੇ ਚਰਚਿਲ ਉਹਨੂੰ ਬਿਆਨ ਦੇਣਾ ਪਿਆ ਜਿਹੜੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨੇ ਉੱਥੇ ਬਿਆਨ ਦੇਣਾ ਪਿਆ ਸੀਗਾ ਅਸੈਂਬਲੀ ਦੇ ਵਿੱਚ ਇਸ ਮਤੇ ਮਤਲਬ ਕਿ ਉਹਦੇ ਬਾਰੇ ਉਹ ਬੋਲੇ ਸੀਗੇ ਜਦੋਂ ਇੱਕ ਮਿੰਟ ਰਿਪੀਟ ਕਰਨਾ ਕਹਿਣ ਲਈ ਬਰਤਾਨੀਆ ਦੇ ਵਿੱਚ ਜਿਹੜਾ ਹਾਊਸ ਆਫ ਲਾਰਡ ਹੈ ਔਰ ਹਾਊਸ ਆਫ ਕਾਮਨ ਹੈ ਉਹਦੇ ਵਿੱਚ ਕੋਈ ਰਿਐਕਸ਼ਨ ਆਇਆ ਸੀ ਇਸ ਫੈਸਲੇ ਦੇ ਹਵਾਲੇ ਨਾਲ ਕਿ ਨਹੀਂ ਨਹੀਂ ਉਹ ਫਾਂਸੀ ਦੇ ਫੈਸਲੇ ਨਾਲ ਨਹੀਂ ਕੋਈ ਆਇਆ ਸੀਗਾ ਬਹੁਤ ਸਪਸ਼ਟ ਸੀਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਸ ਵੇਲੇ ਜਿਹੜਾ ਸੀਗਾ
ਮਤਲਬ ਕਿ ਰਾਮਗੜ੍ਹ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਇਜਲਾਸ ਚੱਲ ਰਿਹਾ ਸੀਗਾ ਤਾਂ ਮਹਾਤਮਾ ਗਾਂਧੀ ਨੇ ਜਿਹੜੇ ਸੀਗੇ ਉਸ ਵੇਲੇ ਕਾਂਗਰਸ ਪਾਰਟੀ ਦੇ ਇਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਸਰ ਮਾਈਕਲ ਅਡਵਾਇਰ ਦੀ ਮੌਤ, ਲਾਰਡ ਜੈਟਲੈਂਡ, ਲਾਰਡ ਲੈਮਟਨ ਅਤੇ ਸਰ ਲੂਇਸ ਡੇਨ ਦੇ ਜ਼ਖਮੀ ਹੋਣ ਦਾ ਮੈਨੂੰ ਡੂੰਘਾ ਦੁੱਖ ਹੋਇਆ। ਮੈਂ ਸਰ ਮਾਈਕਲ ਦੇ ਪਰਿਵਾਰ ਨਾਲ ਹਮਦਰਦੀ ਜਟਾਉਂਦਾ। ਉਮੀਦ ਕਰਦਾ ਕਿ ਜ਼ਖਮੀ ਛੇਤੀ ਤੰਦਰੁਸਤ ਹੋਣਗੇ। ਮੈਂ ਇਸ ਕਾਰਨਾਮੇ ਨੂੰ ਪਾਗਲਪਨ ਸਮਝਦਾ ਹਾਂ। ਇਹੋ ਜਿਹੇ ਕਾਰਨਾਮੇ ਉਹਨਾਂ ਮੰਤਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਿਨ੍ਹਾਂ ਲਈ ਉਹ ਕੀਤੇ ਜਾਂਦੇ ਹਨ। ਮੈਨੂੰ ਆਸ ਹੈ ਕਿ ਰਾਜਸੀ ਫੈਸਲੇ ਵੇਲੇ ਇਸ ਨੂੰ ਅਸਰਅੰਦਾਜ਼ ਨਹੀਂ ਹੋਣ ਦਿੱਤਾ ਜਾਵੇਗਾ। ਈਵਨ ਕਿ ਨਹਿਰੂ ਦਾ ਵੀ ਉਦੋਂ ਬਿਆਨ ਆਇਆ ਸੀਗਾ ਕਿ ਇਸ ਕਤਲ ਦਾ ਵੱਡੇ ਪੱਧਰ 'ਤੇ ਪਛਤਾਵਾ ਹੈ ਅਤੇ ਆਸ ਹੈ ਕਿ ਇਹ ਭਾਰਤ ਦੇ ਰਾਜਸੀ ਭਵਿੱਖ 'ਤੇ ਦੂਰਗਾਮੀ ਪ੍ਰਭਾਵ ਨਹੀਂ ਪਾਵੇ। ਜੀ, ਸਾਡੇ ਨਾਲ ਇੱਥੇ ਰਵੀਦਿਤ ਕਾਂਗ ਹੋ ਰਹੀ ਨੇ, ਉਹਨਾਂ ਨੇ ਪੁੱਛਿਆ ਕਿ ਸਰਦਾਰ ਊਧਮ ਸਿੰਘ ਤੋਂ ਬਿਨਾਂ ਕਿਸੇ ਹੋਰ ਬੰਦੇ ਨੇ ਵੀ ਇਸ ਤਰ੍ਹਾਂ ਕੋਈ ਬਦਲਾ ਲੈਣ ਦਾ ਸੋਚਿਆ ਸੀ ਜਾਂ ਉਹ ਇਕੱਲੇ ਕਰ ਰਹੇ ਸਨ? ਨਹੀਂ, ਦੇਖੋ ਬ੍ਰਿਟਿਸ਼ ਡਾਕੂਮੈਂਟ ਦੇ ਵਿੱਚ ਤਾਂ ਕੋਈ ਹੋਰ ਬੰਦਾ, ਦੇਖੋ ਇੱਕ ਗੱਲ ਤਾਂ ਸਾਫ਼ ਹੈ ਕਿ ਊਧਮ ਸਿੰਘ ਬਹੁਤ ਇੰਟੈਲੀਜੈਂਟ ਸੀਗਾ, ਨਾ ਤਾਂ ਉਹਦੇ ਕੋਲੋਂ ਖੁਦ ਪਰਸਨਲ ਜੇਬ ਤੋਂ ਵਿੱਚੋਂ ਵੀ ਕਿਸੇ ਬੰਦੇ ਦਾ ਕੋਈ ਐਡਰੈਸ ਨਹੀਂ ਮਿਲਿਆ, ਕਿਸੇ ਬੰਦੇ ਦੀ ਵੀ ਕੋਈ ਮਤਲਬ ਕਿ ਇੱਕ ਵੀ ਸਬੂਤ ਪਰਸਨਲ ਜੇਬ 'ਚੋਂ ਨਹੀਂ ਮਿਲੇ। ਅਤੇ ਨਾ ਹੀ ਜਦੋਂ ਉਸ ਤੋਂ ਬਾਅਦ ਉਹਨੂੰ ਅਰੈਸਟ ਕਰ ਲਿਆ ਸੀਗਾ ਉਸੇ ਵੇਲੇ ਉਹਦੇ ਘਰ ਵੀ ਛਾਪਾ ਮਾਰਿਆ। ਉਹਨਾਂ ਨੂੰ ਉੱਥੋਂ ਕੋਈ ਵੀ ਇਹੋ ਜਿਹਾ ਡਾਕੂਮੈਂਟ ਜਿਸ ਨਾਲ ਇਹ ਜੁੜਿਆ ਹੋਵੇ, ਜਿਸ ਨਾਲ ਕੋਈ ਸੰਬੰਧ ਹੋਵੇ, ਕੁਛ ਨਹੀਂ ਮਿਲਿਆ। ਤਾਂ ਬ੍ਰਿਟਿਸ਼ ਸਰਕਾਰ ਨੇ ਇਹ ਮੰਨੇ ਵੀ ਇਹਨੇ ਇਕੱਲੇ ਨਹੀਂ ਐਕਸ਼ਨ ਕੀਤਾ ਹੈ। ਜੀ, ਇੱਕ ਤੇ ਸਰ ਉਹਨਾਂ ਦੇ ਨਾਲ ਤੁਸੀਂ ਜਿਸ ਤਰ੍ਹਾਂ ਉਹਨਾਂ ਦੀ ਗੱਲ ਕੀਤੀ ਕਿ ਉਹਨਾਂ ਦੇ ਹੀਰ ਦਾ ਵੀ ਐਲੀਮੈਂਟ ਇੱਥੇ ਇੱਕ ਜੁੜਿਆ ਹੋਇਆ ਉਹਨਾਂ ਦੇ ਨਾਲ ਕਿ ਹੀਰ ਦੇ ਵੀ ਪੜ੍ਹਦੇ ਸਨ, ਉਹ ਗਾਉਂਦੇ ਸਨ। ਜੇਕਰ ਆਉਂਦਾ ਕਿ ਹੀਰ ਦੀ ਕਿਤਾਬ ਉਹਨਾਂ ਕੋਲ ਅਕਸਰ ਜਿਹੜੀ ਹੈਗੀ ਹੁੰਦੀ ਸੀ, ਹੀਰ ਪੜ੍ਹਨ ਦੇ ਬੜੇ ਸ਼ੌਕੀਨ ਹੁੰਦੇ ਸੀਗੇ ਅਤੇ ਕਿਹਾ ਜਾਂਦਾ ਕਿ ਜਿਹੜੀ ਉਹ ਹੀਰ ਦੀ ਕਾਪੀ ਸੀਗੀ ਇਹ ਇਹਨਾਂ ਦੇ ਦੋਸਤ ਕੋਲ ਸੀਗੀ ਅਤੇ ਉਹਨਾਂ ਨੂੰ ਦਿੱਤੀ ਸੀਗੀ ਅਤੇ ਉਹ ਕਾਪੀ ਅੱਜ ਕੱਲ੍ਹ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬ੍ਰੇਰੀ ਦੇ ਵਿੱਚ ਹੈ। ਉਹਦੇ ਉੱਤੇ ਜਿਹੜਾ ਕੁਛ ਇੱਕ ਪੇਜ ਦੇ ਉੱਤੇ ਉਹਨਾਂ ਦੇ ਦਸਤਖਤ ਵੀ ਨੇ ਹੀਰ ਦੀ ਕਾਪੀ। ਉਹ ਹੀਰ ਪੜ੍ਹਦੇ ਸਨ, ਉਹ ਕਿਹਦੀ ਲਿਖੀ ਹੋਈ ਹੀਰ ਸੀ? ਬਾਰਸ਼ਾਹ ਲਈ ਹੀਰ ਸੀਗੀ, ਮੈਂ ਦੇਖੀ ਨਹੀਂ ਹੈਗੀ ਐਕਚੁਅਲੀ। ਮੈਂ ਇਸ ਬਾਰੇ ਐਂ ਨਹੀਂ ਕਹਿ ਸਕਦਾ ਵੀ ਐਗਜੈਕਟ ਕਿਸ ਬਾਰੇ, ਲੇਕਿਨ ਉਹਦੀ ਕਾਪੀ ਉੱਥੇ ਜਿਹੜੀ ਹੈਗੀ ਇਸ ਵੇਲੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਲਾਇਬ੍ਰੇਰੀ ਦੇ ਵਿੱਚ ਉਹ ਸੰਭਾਲੀ ਪਈ ਹੈ। ਜੀ, ਮੈਂ ਅਗਰ ਹਿਸਟਰੀ ਸਟੂਡੈਂਟਸ ਦੀ ਗੱਲ ਕਰਾਂ ਤੇ ਜਿਹੜਾ ਸਾਡੇ ਵਾਲੀ ਸਾਈਡ ਤੇ ਹੈ, ਇੱਧਰ ਅਜੇ ਊਧਮ ਸਿੰਘ ਹੋਰਾਂ ਦੇ ਹਵਾਲੇ ਨਾਲ ਕੋਈ ਬਹੁਤ ਜਿਹੜਾ ਹੈ ਉਹ ਘੱਟ ਕੰਮ ਹੋਇਆ ਔਰ ਨਾ ਹੋਣ ਦੇ ਬਰਾਬਰ ਕੋਈ ਨਜ਼ਰ ਨਹੀਂ ਆਉਂਦਾ ਤੇ ਔਰ ਇਸੇ ਤਰ੍ਹਾਂ ਤਾਰੀਖ ਦੇ ਵਿੱਚ ਵੀ ਉਹ ਨਜ਼ਰ ਘੱਟ ਆਉਂਦੇ ਨੇ ਸਾਨੂੰ, ਤੇ ਇਸ ਸਾਈਡ ਤੇ ਤੁਸੀਂ ਕੋਈ ਸਟੂਡੈਂਟ ਤੁਹਾਡੇ ਨਾਲ ਮਿਲੇ, ਕੋਈ ਇਹਦੇ ਤੇ ਕੰਮ ਹੋ ਰਿਹਾ ਹੈ, ਮਾਮਾ ਸਿੰਘ ਆਜ਼ਾਦ ਦੇ ਉੱਪਰ ਕੋਈ ਕੰਮ ਕਰ ਰਹੇ ਨੇ ਲੋਕੀ ਕਿੱਧਰ? ਇੱਧਰ ਭਾਰਤ? ਹਾਂਜੀ ਹਾਂਜੀ, ਇਹ ਤੁਹਾਡੇ ਵਾਲੇ ਪਾਸੇ ਵੀ ਇੱਕ ਸੀਗੇ ਮਿੱਤਰ, ਉਹਨਾਂ ਦਾ ਫੋਨ ਆਇਆ ਸੀਗਾ, ਉਹਨਾਂ ਨੇ ਮੇਰੀ ਕਿਤਾਬ ਜਿਹੜੀ ਸੀਗੀ ਉਹਨਾਂ ਨੇ ਸ਼ਾਹਮੁਖੀ ਦੇ ਵਿੱਚ ਉਹਦਾ ਤਰਜਮਾ ਤਾਂ ਕੀਤਾ ਪਿਆ ਸੀਗਾ, ਉਹਨਾਂ ਨੇ ਮੈਨੂੰ ਮੈਸੇਜ ਵੀ ਭੇਜਿਆ ਸੀ, ਲੇਕਿਨ ਕੋਈ ਮਤਲਬ ਕਿ ਕੋਈ ਉਹਨਾਂ ਨੂੰ ਪਬਲਿਸ਼ਰ ਨਹੀਂ ਮਿਲਿਆ, ਨਹੀਂ ਉਹ ਸ਼ਾਹਮੁਖੀ ਦੇ ਵਿੱਚ ਹੋ ਜਾਣੀ। ਉਹਨਾਂ ਨੇ ਮੇਰੇ ਕੋਲ ਗੁਰਮੁਖ 'ਚ ਮੰਗਾਈ ਸੀ, ਕਨਵਰਟ ਵੀ ਹੋ ਚੁੱਕੀ ਸੀ, ਉਹਨਾਂ ਨੇ ਮੈਨੂੰ ਮੇਰੇ ਖਿਆਲ ਕੁਛ 5-6 ਮਹੀਨੇ ਪਹਿਲਾਂ ਮੈਸੇਜ ਵੀ ਭੇਜਿਆ ਸੀ ਵੀ ਕਨਵਰਟ ਹੋ ਗਏ, ਅਸੀਂ ਜਲਦੀ 'ਚ ਪਵਾਵਾਂਗੇ ਉੱਧਰਲੇ ਪਾਸੇ। ਜਿੱਥੇ ਹੈਗਾ ਇੱਧਰਲੇ ਪਾਸੇ ਹੈਗਾ ਨਹੀਂ, ਐਟ ਪ੍ਰੈਜੈਂਟ ਤਾਂ ਨਹੀਂ ਕੋਈ ਮੈਨੂੰ ਇਸ ਤਰ੍ਹਾਂ ਦਾ ਇੱਧਰ ਮਿਲਿਆ ਕੋਈ, ਉੱਥੇ ਕੋਈ MPhil PhD ਵਗੈਰਾ ਕੋਈ ਕਰਦਾ ਹੋਵੇ। ਵੈਸੇ ਜਨਰਲ ਮਤਲਬ ਕਿ ਕੋਈ ਸਟੂਡੈਂਟ ਵਗੈਰਾ ਤਾਂ ਜਨਰਲ ਉਹਦੀ ਲਾਈਫ ਬਾਰੇ ਜਾਂ ਹੋਰ ਬਾਰੇ ਗੱਲਾਂ ਤਾਂ ਹੁੰਦੇ ਰਹਿੰਦੇ, ਪੁੱਛ ਰਹਿੰਦੇ ਯੂਨੀਵਰਸਿਟੀਆਂ ਦੇ ਕਾਲਜਾਂ ਵਿੱਚ ਵੀ। ਮੈਂ ਊਧਮ ਸਿੰਘ ਦੇ ਮਤਲਬ ਦਿਹਾੜੇ ਦੇ ਉੱਤੇ ਮਤਲਬ ਕਿ ਲੈਕਚਰ ਦੇਣ ਲਈ ਉਹਨੇ ਜ਼ਿੰਦਗੀ ਬਾਰੇ ਤਾਂ ਜਾਣਦੇ, ਲੇਕਿਨ ਪਾਰਟੀਕੁਲਰਲੀ ਇਸ ਰੂਪ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਨੇ ਐਂ ਕੰਟੈਕਟ ਨਹੀਂ ਕੀਤਾ। ਕੋਈ MPhil ਤੇ ਕੋਈ PhD ਹੋ ਰਹੇ ਮੇਰੇ ਤਾਂ ਇਸ ਵੇਲੇ ਕੋਈ ਧਿਆਨ 'ਚ ਨਹੀਂ ਆ। ਜੀ, ਇੱਥੇ ਸਾਡੇ ਦੋਸਤ ਨੇ ਖਾਲਦ ਅਮੀਦ ਹੋਰੀ, ਉਹਨਾਂ ਨੇ ਪੁੱਛਿਆ ਕਿ ਕੋਈ ਲੈਫਟ ਦੀ ਪਾਰਟੀ ਨੇ ਜਾਂ ਮੁਸਲਿਮ ਲੀਗ ਵੱਲੋਂ ਵੀ ਕੋਈ ਗੱਲਬਾਤ ਹੋਈ ਉਹਨਾਂ ਦੇ ਹਵਾਲੇ ਨਾਲ ਜਾਂ ਨਹੀਂ, ਉਹਨਾਂ ਦੀ ਜਿਹੜਾ ਫਾਂਸੀ ਦਾ ਫੈਸਲਾ ਸੀ? ਨਹੀਂ, ਉਹਨਾਂ ਦਾ ਹਾਂ ਆਇਆ ਹੋਏਗਾ, ਮੇਰੇ ਹੁਣ ਇਸ ਵੇਲੇ ਮੈਂ ਉਹਦੇ ਵਿੱਚ ਨਹੀਂ ਹੈਗਾ, ਲੇਕਿਨ ਉਸ ਵੇਲੇ ਬਹੁਤ ਲੋਕਾਂ ਦੇ ਬਿਆਨ ਆਏ ਸੀਗੇ, ਬਹੁਤ ਲੰਬੀ ਚੌੜੀ ਲਿਸਟ ਹੈਗੀ ਹੈ। ਮੈਂ ਬਾਅਦ ਦੇ ਵਿੱਚ ਉਹਨਾਂ ਦਾ ਜਵਾਬ ਦੇ ਸਕਦਾ, ਪਾਰਟੀਕੁਲਰ ਮੇਰੇ ਨਾਲ ਗੱਲ ਕਰਕੇ ਮੈਂ ਦੇਖ ਕੇ ਡਾਕੂਮੈਂਟ ਚੈੱਕ ਕਰਕੇ ਦੇਖ। ਹਾਂ, ਬਹੁਤ ਲੋਕ ਬੋਲੇ ਸੀ, ਬਹੁਤ ਲੀਡਰਾਂ ਦੇ ਬਿਆਨ ਆਏ ਸੀ ਉਸ ਵੇਲੇ, ਬਹੁਤ ਲੰਬੀ ਚੌੜੀ ਲਿਸਟ ਹੈ। ਸਰ, ਤੁਹਾਡਾ ਬਹੁਤ ਸ਼ੁਕਰੀਆ, ਅੱਜ ਤੁਸੀਂ ਸਾਨੂੰ ਟਾਈਮ ਦਿੱਤਾ ਔਰ ਸਾਡੇ ਨਾਲ ਲੈਕਚਰ 'ਚ ਆਏ। ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਅੱਜ ਦੇ ਇਸ ਲੈਕਚਰ ਦੇ ਹਵਾਲੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਕਮੈਂਟ ਦੇ ਵਿੱਚ ਮੌਜੂਦ ਨੇ, ਅਤੇ ਤੁਸੀਂ ਪਲੀਜ਼ ਉਹਨਾਂ ਨੂੰ ਜ਼ਰੂਰ ਵੇਖਣਾ, ਜਿਹਦਾ ਤੁਸੀਂ ਜਵਾਬ ਦੇਣਾ ਚਾਹੋ ਤੁਸੀਂ ਦੇ ਦੇਣਾ, ਅਦਰਵਾਈਜ਼ ਤੁਸੀਂ ਦੋਸਤਾਂ ਦਾ ਜਿਹੜਾ ਇਨਪੁੱਟ ਹੈ ਜਾਂ ਗੱਲਬਾਤ ਹੈ ਤੁਸੀਂ ਉਹ ਜ਼ਰੂਰ ਵੇਖ ਲੈਣਾ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਸਰ, ਤੁਸੀਂ ਅੱਜ ਆਏ ਔਰ ਅੱਜ ਦਾ ਦਿਨ ਔਰ ਅੱਜ ਦੀ ਇੱਕ ਵੱਡੀ ਪਰਸਨੈਲਿਟੀ ਨਾਲ ਸਾਨੂੰ ਰੋਸ਼ਨਾਸ ਕਰਾਇਆ, ਬੜੀ ਮਿਹਰਬਾਨੀ। ਠੀਕ ਹੈ ਜੀ, ਧੰਨਵਾਦ।
ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਗੱਲ ਇੰਜੇ ਕਿ ਅੱਜ ਸਾਡੇ ਜਿਹੜੇ 50 ਲੈਕਚਰ ਪੂਰੇ ਹੋਏ ਆ ਤੇ ਅਸੀਂ ਇਹ ਜਿਹੜੀ ਬ੍ਰੌਡਕਾਸਟ ਇਹ ਮੈਂ ਬੰਦ ਕਰਕੇ ਤੇ ਕੋਈ 10-15 ਮਿੰਟ ਦੀ ਅਸੀਂ ਬ੍ਰੌਡਕਾਸਟ ਮੈਂ ਦੁਬਾਰਾ ਸ਼ੁਰੂ ਕਰਾਂਗਾ ਤੁਸੀਂ ਉਹਦੇ ਵਿੱਚ ਆ ਸਕਦੇ ਹੋ ਕੋਈ ਗੱਲਬਾਤ ਕਰ ਸਕਦੇ ਹੋ ਸਾਡੇ ਨਾਲ ਆਪਣੀ ਸਾਂਝੀ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਸੋ ਸਿਰਫ 2 ਮਿੰਟ ਦੇ ਵੇਟ ਤੋਂ ਬਾਅਦ ਅਸੀਂ ਦੂਜੀ ਬ੍ਰੌਡਕਾਸਟ ਚਾਹਾਂਗੇ ਕਿਉਂਕਿ ਇਹ ਲੈਕਚਰ ਵੀ ਹੈ ਤੇ ਅਸੀਂ ਇਹਦੇ ਵਿੱਚ ਮਜ਼ੀਦ ਐਕਸਟੈਂਡਿੰਗ ਕਰ ਸਕਦੇ ਤੇ 2 ਮਿੰਟ ਦੇ ਦੌਰਾਨ ਅਸੀਂ ਦੁਬਾਰਾ ਲਾਈਵ ਹੁੰਦੇ ਹਾਂ ਤੁਸੀਂ ਉੱਧਰ ਆ ਕੇ ਆਪਣੀ ਗੱਲਬਾਤ ਕਰ ਸਕਦੇ ਸ਼ੁਕਰੀਆ ਜੀ